कार्लोस था ना जवाक, मैं देखा सी आप जवाक गए सी कार्लोस, एक दूजे नूं फोन करदे हुंदे ना कार्लोस। अच्छा, उस तों बाद फिरोज़ साहब मैनूं कार्लोस ही बुलाउंदे सी। मैं नाभे पीपीएस च भी पढ़ाया, पंजाब पब्लिक। इंसान किधर नूं भजदा? अपने सपनिआं दे पिछे, अपने ड्रीम्स दे पिछे। जिथे तुहाडा ड्रीम पूरा होणा ना, तुसीं उत्थे नूं भजोगे। मंजिल की बातें तो ख्वाब जैसी बातें हैं, मंजिल की बातें तो ख्वाब जैसी बातें हैं। उम्र बीत जाती है रास्ते बनाने में। रिटर्न टिकट ले लो, डिब्बे दे लास्ट जाके बह गए, उत्थे सौंगे। इन्नी प्रैक्टिस होगी कि किसी से गिरते सी कहना सी भाई साहब सीधे बैठो। पौने के तीन महीने मैं ये करता रहा। वो किवें होया कि नींद नहीं पूरी होंदी? कहंदे तू अपनी परसनैलिटी च, तेरी आवाज़ अच्छी है, तू अपनी परसनैलिटी च, अपनी एक्टिंग ऐसे तेवर पैदा कर मेहनत करके कि तेरा ऑल्टरनेटिव मार्केट च ना होवे। इतना गरूर अच्छा नहीं है पिताजी। मैं कह 300 रुपये महीने ते दूंगा तैनू, 10 रुपये रोज। यानी स्कूटर किराए ते चढ़ाया, फिर रोजी रोटी चली। मैं उन्होंने एवं पूछ लिया, मैं थोड़ा नाम की है? कहती माधुरी दीक्षित। उसकी माँ कहती इन्हें कम दो, वो भी स्ट्रगलर सी बेचारी। तुसी 50,000 तो उत्ते किताब पढ़ चुके हो। हर चेहरा एक बहुत बड़ी किताब है। देखो कुदरत कहती है भी जे इत्थे तक पहुंचे हैं इहदा मतलब अगे रस्ता बनेगा, वरना आ ही ना बनता। जेड़ी स्वर्ग एंड नरक है ना, ये कोई जोग्राफिकल जगह है नहीं, ये सिर्फ काल्पनिक ने। इसलिए जीवन दे विच तुसी आए हो, अपना जीवन भी जियो, अपने सपने पूरे करके निकल जाओ। असीं जींदे है नहीं, असीं जीवन कटदे हां। ये मेरी एक फिल्म है जिहदा नाम है चोर दिल। ये फिल्म बहुत वधिया फिल्म है। मैं इसलिए वधिया कह रहा कि फिल्म तो मेरे लिए सारी ही वधिया ने। ये फिल्म थ्रिलर है। पंजाबी दे विच ना थ्रिलर बहुत घट पड़ती है। तेरे अंदर मेरे जीजा जी का दिल है, दिल च खजाने दा प्यार आज पता कर। पर मैं यूथ नूं कहना भी थोड़े कम दी फिल्म आई है। भाई कितनी तारीख नूं आ रही है? 25 अक्टूबर ਅਸੀਂ ਰਾਜਦੂਤ ਮੋਟਰਸਾਈਕਲ ਤੇ ਮਲੇਰਕੋਟਲੇ 9-9 ਬੰਦੇ ਬੈਠ ਕੇ ਫਿਲਮ ਦੇਖਣ ਜਾਂਦੇ। ਕੋਈ ਮੁੜਗਾਰਡ ਤੇ ਬੈਠਾ ਹੈ, ਕੋਈ ਹੈਂਡਲ ਤੇ ਬੈਠਾ ਹੈ, ਕੋਈ ਉਹਦੇ ਤੇ ਪੈਟਰੋਲ ਉਹਦੇ ਤੇ ਟੈਂਕੀ ਤੇ ਬੈਠਾ, ਉਦੋਂ ਬਹਿ ਜਾਂਦੇ ਸੀ ਵਿੱਚ ਬੈਠੇ, ਪਿੱਛੇ ਵੀ ਲਟਕਿਆ ਹੋਇਆ ਕੋਈ। ਔਰ ਕਿਆ ਕਰ ਰਹੇ ਹੋ? ਉਹ ਫੋਕਰਪੰਥੀ ਨਹੀਂ ਹੁੰਦੀ ਜਿਵੇਂ ਐਵੇਂ 2-3 ਫਿਲਮਾਂ ਜਿਹੀਆਂ ਕਰ ਰਿਹਾ ਸੀਗਾ। ਮੈਂ ਗਣਾਤੀਆਂ ਆਹ ਕਰ ਰਿਹਾ, ਆਹ ਕਰ ਰਿਹਾ, ਆਹ ਕਰ। ਫਿਰੋਜ਼ ਖਾਨ ਕਹਿੰਦੇ ਯਾਰ ਸਾਨੂੰ ਤਾਂ ਨਵਾਂ ਬੰਦਾ ਚਾਹੀਦਾ। ਮੈਂ ਆਪਣੇ ਆਪ 'ਤੇ ਗੁੱਸਾ ਆਇਆ ਵੀ ਮੈਨੂੰ ਬੋਲਣ ਦੀ ਕੀ ਲੋੜ ਸੀ। ਫਿਰ ਅਸੀਂ ਪਾਕਿਸਤਾਨ ਦਾ ਇੱਕ ਐਕਟਰ ਚੁਣਿਆ। ਉਦੋਂ ਫਿਰ ਬਾਲ ਠਾਕਰੇ ਸਾਹਿਬ ਨੇ ਮਨਾ ਕੀਤਾ ਸੀ ਵੀ ਪਾਕਿਸਤਾਨੀ ਐਕਟਰ ਨਹੀਂ ਲੈਣੇ। ਡਰਾਈਵਿੰਗ ਆਉਂਦੀ ਹੈ? ਮੈਂ ਕਿਹਾ ਹਾਂਜੀ ਆਉਂਦੀ ਹੈ, ਮੈਨੂੰ ਨਹੀਂ ਸੀ ਆਉਂਦੀ। ਮੈਂ ਜਦੋਂ ਬੰਬੇ ਸੀਗਾ, ਮੈਂ 4 ਲੱਖ ਦੇ ਵਿੱਚ ਪੰਜਾਬੀ ਫਿਲਮ ਵੀ ਬਣ ਜਾਂਦੀ, 5-6 ਲੱਖ 'ਚ ਹਿੰਦੀ ਫਿਲਮ ਬਣ ਜਾਂਦੀ, ਅਤੇ ਹੁਣ ਦੇਖੋ 15-18 ਕਰੋੜ 20 ਕਰੋੜ 'ਚ ਪੰਜਾਬੀ ਫਿਲਮ ਬਣਦੀ। ਚੋਮਾ ਦੇਈ ਦੇ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੌਫੀ ਵਿਦ ਕਾਂਗੜ ਦੇ ਵਿੱਚ। ਨਵੇਂ ਐਪੀਸੋਡ 'ਚ ਤੁਹਾਡਾ ਸਵਾਗਤ ਹੈ, ਅਤੇ ਤੁਹਾਨੂੰ ਵਾਅਦਾ ਕੀਤਾ ਹੋਇਆ ਵੀ ਤੁਹਾਨੂੰ ਚੰਗੇ ਚੰਗੇ ਆਰਟਿਸਟਾਂ ਨਾਲ, ਇਨਸਾਨਾਂ ਨਾਲ ਮਿਲਾਉਂਦੇ ਰਹਾਂਗੇ, ਅਤੇ ਅੱਜ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅਤੇ ਬਹੁਤ ਹੀ ਸਾਡੇ ਰਿਸਪੈਕਟਡ ਵੱਡੇ ਭਾਅ ਜੀ ਰਾਣਾ ਜੰਗ ਬਹਾਦਰ ਜੀ, ਜਿਹਨਾਂ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ, ਮੈਨੂੰ ਲੱਗਦਾ ਕੋਈ ਹੋਊ ਜਿਹੜੀ ਇਹਨਾਂ ਤੋਂ ਬਿਨਾਂ ਬਣ ਗਈ ਹੋਊਗੀ ਅਤੇ ਚੱਲ ਗਈ ਹੋਊਗੀ। ਸਾਰੀਆਂ ਜੀ ਇਹ ਆਉਂਦੇ ਨੇ ਹਿੰਦੀ ਪੰਜਾਬੀ ਸੈਂਕੜੇ ਹੀ ਮੇਰੇ ਜਨਮ ਤੋਂ ਪਹਿਲਾਂ ਹੀ ਕਰ ਲਈਆਂ ਸੀ ਇਹਨਾਂ ਨੇ, ਅਤੇ ਸਾਡਾ ਬਹੁਤ ਸਾਨੂੰ ਸੁਭਾਗ ਪ੍ਰਾਪਤ ਹੋਇਆ ਵੀ ਭਾਅ ਜੀ ਦੀ ਸੰਗਤ ਕਰਨ ਮਿਲੀ ਹੈ। ਭਾਅ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਲਾਡੀ ਜੀ, ਬਹੁਤ ਅੱਛਾ ਲੱਗਿਆ, ਤੁਸੀਂ ਜ਼ਿਆਦਾ ਹੀ ਮਤਲਬ ਮੇਰੀ ਤਾਰੀਫ ਕਰਤੀ, ਭੂਮਿਕਾ ਪਤਾ ਨਹੀਂ ਇਸ ਦੇ ਕਾਬਲ ਹੈ ਜਾਂ ਨਹੀਂ। ਨਹੀਂ ਭਾਅ ਜੀ, ਪਰ ਬਹੁਤ ਅੱਛਾ ਲੱਗਿਆ ਅੱਜ ਤੁਹਾਨੂੰ ਮਿਲ ਕੇ, ਤੁਹਾਡੇ ਬਾਰੇ ਸੁਣਿਆ ਬੜਾ ਕੁਛ ਸੀਗਾ। ਅੱਛਾ ਜੀ, ਕਿਉਂਕਿ ਇਸ ਫਿਲਮ ਦੇ ਡਾਇਰੈਕਟਰ ਜੰਗਵੀਰ ਜੀ ਨੇ, ਜੀ ਜੀ ਜੀ, ਉਹ ਤੁਹਾਡੀਆਂ ਗੱਲਾਂ ਕਰਦੇ ਹੁੰਦੇ, ਸਭ ਤੋਂ ਬਾਰਾਂ ਤੁਹਾਨੂੰ ਮੈਂ ਇਹ ਦੱਸ ਦਿੰਦਾ ਵੀ ਭਾਜੀ ਪੰਜਾਬ ਤੋਂ ਬਿਲੋਂਗ ਕਰਦੇ ਆ, ਅਮਰਗੜ੍ਹ ਤੋਂ, ਤੇ ਇਹ ਆਪਣੇ ਲਈ ਮਾਣ ਵਾਲੀ ਗੱਲ ਹੈ ਵੀ ਅਮਰਗੜ੍ਹ ਤੋਂ ਉੱਠ ਕੇ, ਠੀਕ ਹੈ, ਤੇ ਬੰਬੇ ਦੇ ਵਿੱਚ ਧੱਕ ਪਾਈ ਇਹਨਾਂ ਨੇ, ਫੂਲ ਔਰ ਕਾਂਟੇ, ਯਤੀਮ, ਠੀਕ ਹੈ, ਇਹਨਾਂ ਦਾ ਬਹੁਤ ਕਈ ਫਿਲਮਾਂ 'ਤੇ ਉਹਨਾਂ ਦੇ ਕਰੈਕਟਰ ਜਿਹੜੇ ਬਹੁਤ ਫੇਮਸ ਹੋਏ, ਇੱਕ ਕਾਰਲੋਸ ਕਰੈਕਟਰ ਹੋਇਆ ਸੀ ਭਾਅ ਜੀ, ਬਹੁਤ ਫੇਮਸ ਹੋਇਆ, ਯਲਗਾਰ ਫਿਲਮ ਦਾ, ਯਲਗਾਰ ਫਿਲਮ ਸੀ, ਯਲਗਾਰ, ਹਾਂ, ਪ੍ਰੋਡਿਊਸਡ ਐਂਡ ਡਾਇਰੈਕਟਡ ਬਾਏ ਫਿਰੋਜ਼ ਖਾਨ। ਹਾਂਜੀ, ਫਿਰੋਜ਼ ਖਾਨ ਨੇ ਭਾਅ ਜੀ ਨੇ ਉਹ ਕੀਤੇ, ਮਤਲਬ ਇੱਦਾਂ ਵੀ ਇਹਨਾਂ ਨੇ ਆਪਦਾ ਉੱਥੇ ਜਾ ਕੇ ਵੀ ਲੋਹਾ ਮਨਵਾਇਆ, ਅਤੇ ਆਓ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਭਾਅ ਜੀ ਫਿਰ ਇਹ ਸਿਲਸਿਲਾ ਕਿਵੇਂ ਸ਼ੁਰੂ ਹੋਇਆ? ਮੈਨੂੰ ਇਹ ਵੀ ਆਪਾਂ ਲੋਕਾਂ ਨਾਲ ਹੀ ਕਰ ਲਈਏ, ਆਪਾਂ ਤਾਂ ਅੱਧੀਆਂ ਕਰ ਲਈਆਂ। ਹਾਂਜੀ ਹਾਂਜੀ ਹਾਂਜੀ, ਸਿਲਸਿਲਾ ਇਹ ਸੀ ਕਿ
ਜਦੋਂ ਮੈਂ ਮਲੇਰਕੋਟਲੇ ਪੜ੍ਹਨ ਜਾਂਦਾ ਸੀ ਬੀਏ 'ਚ ਸਨ ਭਾਜੀ ਹਾਂਜੀ ਸਨ ਸਨ ਇਹੀ ਹੋਣਾ ਮਤਲਬ 68-69 ਹਾਂ ਠੀਕ ਹੈ ਜੀ ਅਤੇ ਪਿੰਡ ਤੋਂ ਵੀ ਨਾ ਅਸੀਂ ਫਿਲਮਾਂ ਦੇਖਣ ਜਾਂਦੇ ਸੀ ਮੇਰੇ ਦੋ ਦੋਸਤ ਸੀਗੇ ਤਰਲੋਚਨ ਔਰ ਪ੍ਰਕਾਸ਼ ਜੀ ਤਰਲੋਚਨ ਮਿਸਤਰੀਆਂ ਦਾ ਮੁੰਡਾ ਸੀ ਜੀ ਅਤੇ ਉਹਦੇ ਕੋਲ ਰਾਜਦੂਤ ਮੋਟਰਸਾਈਕਲ ਪਤਾ ਨਹੀਂ ਉਹਨੂੰ ਵਿਆਹ 'ਚ ਮਿਲਿਆ ਸੀ ਜਾਂ ਕੀ ਸੀ ਅਸੀਂ ਰਾਜਦੂਤ ਮੋਟਰਸਾਈਕਲ 'ਤੇ ਮਲੇਰਕੋਟਲੇ ਨੌ ਨੌ ਬੰਦੇ ਬੈਠ ਕੇ ਫਿਲਮ ਦੇਖਣ ਜਾਂਦੇ ਉਦੋਂ ਕੋਈ ਮੁੜਗਾੜ 'ਤੇ ਬੈਠਾ ਹੈ ਕੋਈ ਹੈਂਡਲ 'ਤੇ ਬੈਠਾ ਹੈ ਕੋਈ ਉਹਦੇ 'ਤੇ ਪੈਟਰੋਲ ਉਹਦੇ 'ਤੇ ਟੈਂਕੀ 'ਤੇ ਬੈਠਾ ਉਦੋਂ ਬਹਿ ਜਾਂਦੇ ਸੀ ਵਿੱਚ ਬੈਠੇ ਪਿੱਛੇ ਵੀ ਲਟਕਿਆ ਹੋਇਆ ਕੋਈ ਅਤੇ ਅੱਠ ਅੱਠ ਨੌ ਨੌ ਬੰਦੇ ਅਸੀਂ ਜਾਂਦੇ ਸੀ ਅਤੇ ਮਲੇਰਕੋਟਲੇ ਫਿਲਮ ਦੇਖਣੀ ਘਰਦਿਆਂ ਨੂੰ ਕਹਿਣਾ ਰੋਟੀ ਖਾ ਕੇ ਜੀ ਮੈਂ ਜਲਦੀ ਸੌਣਾ ਹਾਂਜੀ ਕੋਠੇ 'ਤੇ ਚਲੇ ਜਾਣੇ ਹਾਂਜੀ ਅਤੇ 7 ਵਜੇ ਹੀ ਅਤੇ ਉਸ ਤੋਂ ਬਾਅਦ ਬਸ ਘਰਦਿਆਂ ਨੂੰ ਮਾੜਾ ਜਿਹਾ ਦੇਖਣਾ ਥੱਲੇ ਬਨੇਰੇ ਤੋਂ ਹਾਂਜੀ ਵੀ ਉਹ ਆਪਣਾ ਉਹ ਵੀ ਖਾ ਪੀ ਕੇ ਹੁਣ ਮਤਲਬ ਮੰਜੇ 'ਚ ਡਾਹ ਰਹੇ ਨੇ ਜੀ ਪਿੱਛੋਂ ਇੱਕ ਬਰੋਟਾ ਹੁੰਦਾ ਸੀ ਬਰੋਟੇ ਦੀ ਇੱਕ ਟਾਹਣੀ ਸੀ ਜਿਹੜੀ ਸਾਡੇ ਉਹਦੇ ਨਾਲ ਲੱਗਦੀ ਸੀ ਹਾਂਜੀ ਕੋਠੇ 'ਤੇ ਉਹਦੇ ਤੋਂ ਹੌਲੀ ਜਿਹੀ ਉਤਰ ਕੇ ਸਿੱਧਾ ਤਰਲੋਚਨ ਦੀ ਦੁਕਾਨ 'ਤੇ ਉਹ ਪਹਿਲਾਂ ਹੀ ਤਿਆਰ ਹੁੰਦੇ ਸੀ ਮੈਂ ਮੋਟਰਸਾਈਕਲ 'ਤੇ ਬੈਠੇ ਮਲੇਰਕੋਟਲੇ ਗਏ ਔਰ ਫਿਲਮਾਂ ਦੇਖੀਆਂ ਔਰ ਫਿਲਮ ਜਦੋਂ ਮੈਂ ਦੇਖਦਾ ਹੁੰਦਾ ਸੀ ਮੈਨੂੰ ਇਹ ਲੱਗਦਾ ਸੀ ਵੀ ਯਾਰ ਇਹ ਅਲੱਗ ਹੀ ਲੋਕ ਨੇ ਇਹ ਅਲੱਗ ਹੀ ਜੀਵਨ ਹੈ ਹਾਂਜੀ ਇਹ ਬਿਲਕੁਲ ਵੱਖਰੇ ਨੇ ਹਾਂਜੀ ਅਤੇ ਯਾਰ ਮੈਂ ਇਹੀ ਕੁਛ ਕਰਨਾ ਚਾਹੁੰਦਾ ਇਹ ਜਿਹੜੇ ਵਿਚਾਰ ਸੀ ਇਹ ਮੇਰੇ ਜਿਹੜੀ ਹਾਇਰ ਸੈਕੰਡਰੀ ਪੜ੍ਹਦਾ ਹੋਊਗਾ ਉਦੋਂ ਤੋਂ ਹੀ ਆ ਗਏ ਸੀ ਕਿਉਂਕਿ ਅਸੀਂ ਭੱਜ ਕੇ ਫਿਲਮ ਦੇਖਦੇ ਸੀ ਜਦੋਂ ਮਲੇਰਕੋਟਲੇ ਕਾਲਜ ਪਹੁੰਚ ਗਏ ਫਿਰ ਤਾਂ ਫਿਲਮਾਂ ਦੇਖਣੀਆਂ ਹੁੰਦੀਆਂ ਸੀ ਜੇ ਅਸੀਂ ਪੜ੍ਹਨ ਗਏ ਕਲਾਸਾਂ ਲਾਈਆਂ ਫਿਰ ਫਿਲਮ ਜਿਹੜੀ ਵੀ ਨਵੀਂ ਲੱਗੀ ਦੇਖ ਕੇ ਪਿੰਡ ਆਉਣਾ ਕਾਲਜ ਤੋਂ ਤਾਂ ਬੰਦਾ ਟਾਈਮ ਨਾਲ ਵਿਹਲਾ ਹੋ ਜਾਂਦਾ ਬਹੁਤ ਟਾਈਮ ਨਾਲ ਵਿਹਲਾ ਉਹ ਕੀ ਚੱਕਰ ਹੈ ਕਿ ਇੱਕ ਸੁਪਨਾ ਜਿਹਾ ਮਨ 'ਚ ਇਹ ਬਣ ਗਿਆ ਤੁਹਾਨੂੰ ਇੱਕ ਗੱਲ ਇਹ ਦੱਸਦਾ ਕਿ ਇਨਸਾਨ ਕਿੱਧਰ ਨੂੰ ਭੱਜਦਾ ਆਪਣੇ ਸੁਪਨਿਆਂ ਦੇ ਪਿੱਛੇ ਆਪਣੇ ਡਰੀਮਸ ਦੇ ਪਿੱਛੇ ਜਿੱਥੇ ਤੁਹਾਡਾ ਡਰੀਮ ਪੂਰਾ ਹੋਣਾ ਨਾ ਤੁਸੀਂ ਉੱਥੇ ਨੂੰ ਭੱਜੋਗੇ ਕਿਉਂਕਿ ਤੁਹਾਡੇ ਦਿਮਾਗ 'ਚ ਡਰੀਮ ਹੈ ਹੁਣ ਮੈਂ ਚੰਗਾ ਭਲਾ ਯੂਨੀਵਰਸਿਟੀ 'ਚ ਪੜ੍ਹਦਾ ਵੀ ਸੀ ਜੋਬ ਵੀ ਕਰਦਾ ਸੀ ਉਸ ਤੋਂ ਬਾਅਦ 81 'ਚ ਮੈਂ ਪਰਮਾਨੈਂਟ ਬੰਬੇ ਚਲਾ ਗਿਆ ਕਿਉਂ ਮੇਰਾ ਡਰੀਮ ਉੱਥੇ ਪੂਰਾ ਹੋਣਾ ਸੀ ਡਰੀਮ ਤੁਹਾਡੀ ਡਰਾਈਵਿੰਗ ਫੋਰਸ ਹੁੰਦੀ ਨੇ ਡਰੀਮ ਤੁਹਾਨੂੰ ਜਿੱਥੇ ਚਾਹੋ ਤਾਂ ਲੈ ਜਾਂਦੇ ਨੇ ਕਿਉਂਕਿ ਉਦੋਂ ਪੰਜਾਬੀ ਫਿਲਮ ਇੰਡਸਟਰੀ ਐਡੀ ਵੱਡੀ ਨਹੀਂ ਸੀ ਜਿਹੜੇ ਵੀ ਪੰਜਾਬੀ ਫਿਲਮਾਂ ਬਣਦੀਆਂ ਸੀ ਉਹ ਯੂਨਿਟ ਵੀ ਬੰਬੇ ਤੋਂ ਜਾਂਦੇ ਸੀ ਬੰਬੇ ਤੋਂ ਲਿਆਉਂਦੇ ਸੀ ਠੀਕ ਹੈ ਅਤੇ ਅਸੀਂ ਫਿਲਮਾਂ ਦੇਖਦੇ ਸ਼ੂਟਿੰਗਾਂ ਦੇਖਦੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਹੀਰ ਰਾਂਝਾ ਜੋ ਚੇਤਨ ਆਨੰਦ ਦੀ ਪਿਕਚਰ ਸੀ ਪੁਰਾਣੀ ਵਾਲੀ ਪੁਰਾਣੀ ਜਿਹਦੇ 'ਚ ਰਾਜਕੁਮਾਰ ਰਾਂਝਾ ਸੀ ਅਤੇ ਪ੍ਰਿਆ ਰਾਜਮਾ ਹੀਰ ਹੀਰ ਸੀ ਉਹ ਫਿਲਮ ਦੀ ਪੰਜਾਬ ਸ਼ੂਟਿੰਗ ਹੋ ਰਹੀ ਸੀ ਰੋਪੜ ਦੇ ਕੋਲ ਹਾਂਜੀ ਸਾਨੂੰ ਪਤਾ ਚੱਲ ਗਿਆ ਕਿਉਂਕਿ ਸ਼ੂਟਿੰਗ ਤਾਂ 10-15 ਦਿਨ ਚੱਲਣੀ ਸੀ ਅਸੀਂ ਪਿੰਡੋਂ ਜੀ ਬੱਸਾਂ ਫੜ ਕੇ ਉੱਥੇ ਪਹੁੰਚੇ ਰੋਪੜ ਪਹੁੰਚ ਕੇ ਉੱਥੇ ਸ਼ੂਟਿੰਗ ਦੇਖੀ ਘੰਟਾ ਡੇਢ ਬੱਸ ਨਹੀਂ ਕਿਉਂਕਿ ਫਿਰ ਅੱਗੇ ਵਾਪਸ ਵੀ ਜਾਣਾ ਸੀ ਪਿੰਡ ਹਾਂਜੀ ਭੱਜ ਕੇ ਸ਼ੂਟਿੰਗਾਂ ਦੇਖਣੀਆਂ ਫਿਰ ਮੇਰੇ ਇੱਕ ਦੋਸਤ ਨੇ ਵਿਜੇ ਟੰਡਨ ਹਾਂਜੀ ਉਹ ਹੀਰੋ ਹੁੰਦੇ ਸੀ ਹਾਂਜੀ ਅਤੇ ਉਹਨਾਂ ਦੀ ਇੱਕ ਫਿਲਮ ਸੀ ਸਰਦਾਰ ਊਧਮ ਸਿੰਘ ਸ਼ਹੀਦ ਏ ਆਜ਼ਮ ਇਹ ਵੀ ਪੁਰਾਣੀ ਫਿਲਮ ਠੀਕ ਹੈ ਜੀ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਅਸੀਂ ਪਟਿਆਲੇ ਜੇਲ 'ਚ ਸ਼ੂਟਿੰਗ ਸੀ ਠੀਕ ਹੈ ਜੀ ਅਸੀਂ ਉਹ ਸ਼ੂਟਿੰਗ ਅਸੀਂ ਡਿਪਾਰਟਮੈਂਟ ਵਾਲਿਆਂ ਨੂੰ ਕਿਹਾ ਵੀ ਸਾਨੂੰ ਲਿਖ ਕੇ ਦਿਓ ਲੈਟਰ ਜੇਲ੍ਹ 'ਚ ਸ਼ੂਟਿੰਗ ਹੈ ਸਾਨੂੰ ਜਾਣ ਦੇਣ ਅਸੀਂ ਥੀਏਟਰ ਦੇ ਬੰਦੇ ਹਾਂ ਹਾਂਜੀ ਅਤੇ ਉਦੋਂ ਵੀ ਸ਼ੂਟਿੰਗ ਦੇਖੀ ਪਰ ਮਨ 'ਚ ਇਹ ਸੁਪਨਾ ਸੀ ਜਾਣਾ ਹੀ ਜਾਣਾ ਇੱਧਰ ਨਹੀਂ ਹੋਣਾ ਇੱਧਰ ਨੂੰ ਜਾਣਾ ਮੈਂ 5 ਜੋਬ ਦੀ ਇੰਟਰਵਿਊ ਦਿੱਤੀ 5 'ਚ ਸਿਲੈਕਟ ਹੋਇਆ ਅਤੇ 5 'ਚ ਰਿਜ਼ਾਈਨ ਕੀਤਾ ਲਾਡੀ ਨਹੀਂ ਇਹਦੇ ਪਿੱਛੇ ਰੀਜ਼ਨ ਬਹੁਤ ਵੱਡਾ ਸੀ ਮੈਂ ਪਰਮਾਨੈਂਟ ਨਹੀਂ ਸੀ ਹੋਣਾ ਚਾਹੁੰਦਾ ਕਿਸੇ ਵੀ ਜੋਬ 'ਚ ਨਾ ਮੈਂ ਕਿਹਾ ਵੀ ਜੇ ਇੱਥੇ ਮੈਂ ਪੱਕਾ ਹੋ ਗਿਆ ਫਸ ਗਿਆ ਪੈਰ 'ਚ ਜ਼ੰਜੀਰਾਂ ਆ ਜਾਣਗੀਆਂ ਤਨਖਾਹ ਵਾਲਾ ਚੱਕਰ ਫਿਰ ਪ੍ਰੋਵੀਡੈਂਟ ਫੰਡ ਫਿਰ ਇਨਕਰੀਮੈਂਟ ਜੇ ਗਿਣ ਕੇ ਮੈਂ ਨਹੀਂ ਜਾ ਸਕਣਾ ਫਿਰ ਤੁਹਾਡੇ ਖਰਚੇ ਫਿਕਸ ਹੋ ਜਾਂਦੇ ਤਨਖਾਹ ਵੀ ਹਾਂ ਫਿਰ ਆਦਮੀ ਨੂੰ ਈਜ਼ੀ ਲਾਈਫ ਲੱਗਦੀ ਹੈ ਨਾ ਮੈਂ ਨਾ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਮੈਨੂੰ ਇਹ ਡਰ ਹੁੰਦਾ ਸੀ ਕਿਤੇ ਮੈਂ ਪੱਕਾ ਨਾ ਹੋ ਜਾਂ ਮੈਂ ਨਾ 6 ਮਹੀਨੇ ਸਾਲ ਜਾਣੀ ਨੌਕਰੀ ਦੇ ਹਿਸਾਬ ਨਾਲ ਜਿੱਥੇ ਨਹੀਂ ਮਨ ਲੱਗ ਰਿਹਾ 6 ਮਹੀਨੇ ਬਾਅਦ ਜਿੱਥੇ ਥੋੜ੍ਹਾ ਜਿਹਾ ਲੱਗ ਗਿਆ ਉਹ ਸਾਲ ਬਾਅਦ ਮੈਂ ਰੈਜ਼ਿਗਨੇਸ਼ਨ ਲੈ ਕੇ ਜੇਬ 'ਚ ਰੱਖਦਾ ਸੀ ਕਦੋਂ ਵੀ ਦੇਣਾ ਪਿਆ ਮਾੜੀ ਜਿਹੀ ਗੱਲ ਹੋਇਆ ਚੱਕੋ ਜੀ ਉਹ ਕਹਿੰਦੇ ਕੀ ਗੱਲ ਹੋਈ ਮੈਂ ਕਿਹਾ ਯਾਰ ਰਹਿਣਾ ਨਹੀਂ ਉਹ ਸਿਰਫ ਮੇਰੇ ਬਹਾਨੇ ਸੀ ਕਿਉਂਕਿ ਮੈਂ ਬੰਬੇ ਜਾਣਾ ਸੀ ਚਿੱਤ ਨਹੀਂ ਲੱਗਦਾ ਸੀ ਨਹੀਂ ਸੀ ਲੱਗਦਾ ਮੇਰੀ ਮਾਂ ਕਹਿੰਦੀ ਹੁੰਦੀ ਕਿ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਅਤੇ ਤੂੰ ਲੱਤਾਂ ਮਾਰਦਾ ਫਿਰਦਾ ਹੁਣ ਮੈਂ ਬੇਬੇ ਨੂੰ ਕੀ ਦੱਸਾਂ ਵੀ ਮੈਂ ਬੰਬੇ ਜਾਣਾ ਇਹ ਚੀਜ਼ ਵਿੱਚ ਗਾਲਾਂ ਵੀ ਪੈਂਦੀਆਂ ਸੀ ਅਤੇ ਇਸ ਲਈ ਸੁਪਨਾ ਸੀ
ਉਹ ਪੂਰਾ ਕਰਨ ਲਈ ਸਭ ਕੁਛ ਛੱਡ ਕੇ ਫਿਰ ਮੈਂ ਬੰਬੇ ਚਲਾ ਗਿਆ। ਬੰਬੇ ਆਪਣਾ ਸੀ ਜੀ ਕੋਈ ਕੋਈ ਵੀ ਨਹੀਂ ਸੀ। ਹਾਂਜੀ ਮੈਨੂੰ ਲਾਏ ਸੋਚਿਆ ਨਾ ਵੀ ਆਪਾਂ ਕਿਸੇ ਨੂੰ ਕਹਿੰਦੇ ਮੈਂ ਆ ਗਿਆ ਤੇਰੇ ਕੋਲੇ, ਮੈਂ ਤੈਨੂੰ ਦੱਸਦਾ ਨਾ ਜੀ। ਹਾਂਜੀ ਸਾਨੂੰ ਕੋਈ ਨਹੀਂ ਜਾਣਦਾ, ਕੋਈ ਗੋਡਫਾਦਰ ਨਹੀਂ। ਮੇਰੇ ਫਾਦਰ ਇਨ ਲਾਅ ਸੀ, ਉਹ ਕਹਿੰਦੇ ਵੀ ਮੇਰਾ ਇੱਕ ਦੋਸਤ ਹੈ, ਹਾਂਜੀ ਪ੍ਰਿੰਸੀਪਲ ਰਘਵੀਰ ਸਿੰਘ ਖਾਲਸਾ ਕਾਲਜ ਮਟੂੰਗਾ, ਉਹਦਾ ਪ੍ਰਿੰਸੀਪਲ ਹੈ। ਹਾਂਜੀ ਤੇ ਉਹਦਾ ਫੋਨ ਨੰਬਰ ਤਾਂ ਹੈ ਨਹੀਂ, ਤੇ ਮੈਂ ਇੱਕ ਦੋ ਵਾਰੀ ਗਿਆ ਬੰਬੇ ਕਿਸੇ ਫੰਕਸ਼ਨ ਤੇ, ਉੱਥੇ ਮਿਲਦੇ ਸੀ। ਉਹ ਮੇਰਾ ਖਾਸ ਦੋਸਤ ਹੈ ਤੇ ਉਹਦੇ ਨਾਲ ਲੈਟਰ ਦੇ ਦੇਣਾ, ਤੁਹਾਨੂੰ ਵਿਖਾ ਦੇ। ਹਾਂ ਉਹ ਕਰ ਦੂ, ਮੈਂ ਕਿਹਾ ਤਾਂ ਵਧੀਆ ਗੱਲ ਹੈ, ਕਿਸੇ ਹੋਸਟਲ 'ਚ ਰੱਖ ਦੇਣਗੇ ਜਾਂ ਕੁਛ ਵੀ ਰੱਖ ਦੇਣਗੇ, ਫਿਰ ਮੈਂ ਆਪਣੇ ਰਸਤੇ ਬਣਾ ਲੂੰਗਾ। ਲਾਡੀ ਸੁਣਨ ਵਾਲੀ ਗੱਲ ਹੈ, ਮੈਂ ਗਿਆ ਦਾਦਰ ਗੁਰਦੁਆਰੇ ਕਿਉਂਕਿ ਸਾਡੇ ਕੋਲ ਹੋਟਲਾਂ ਵਾਲੇ ਪੈਸੇ ਨਹੀਂ ਸੀਗੇ, ਹੈ ਨਾ। ਉਨੇ ਕੁ ਲੈ ਕੇ ਚੱਕੇ, ਉਨੇ ਕੁ ਲੈ ਕੇ 2000 ਰੁਪਇਆ ਲੈ ਕੇ, 2 ਪੈਂਟਾਂ 3 ਸ਼ਰਟਾਂ ਬਸ ਇਹ ਚੱਕ ਕੇ ਪਹੁੰਚ ਗਏ। ਤੁਸੀਂ ਇਕੱਲੇ ਗਏ? ਇਕੱਲੇ ਗਏ। ਓਕੇ ਅਤੇ ਬਸ ਇਹ ਦੇਖ ਲਿਆ ਵੀ ਅੱਗੇ ਹਨੇਰਾ ਤੁਰ ਪਏ ਅਤੇ ਦਾਦਰ ਗੁਰਦੁਆਰੇ ਕਹਿੰਦੇ ਇੱਥੇ ਜਗ੍ਹਾ ਹੈ ਨਹੀਂ। ਫਿਰ ਮੈਨੂੰ ਕਹਿੰਦੇ ਜੀ ਇੱਥੇ ਕੋਹਲੀ ਵਾਲਾ ਇੱਕ ਗੁਰਦੁਆਰਾ, ਉੱਥੇ ਤੁਸੀਂ ਚਲੇ ਜਾਓ, ਤੁਹਾਨੂੰ ਰਹਿਣ ਨੂੰ ਮਿਲ ਜੂ। ਹਾਂ ਮੈਂ ਉੱਥੇ ਗਿਆ ਅਤੇ ਗਿਆਨੀ ਜੀ ਨੇ ਦੱਸਿਆ ਜੀ ਇੱਥੇ 2 ਦਿਨ ਹੀ ਰਹਿ ਸਕਦੇ ਤੇ ਤੀਸਰਾ ਦਿਨ ਨਹੀਂ ਕੱਟ ਸਕਦੇ। ਉਹ ਚਲੋ ਇਹ ਸਾਰੇ ਕਿਤੇ ਹੀ ਹੈ, ਪੱਕਾ ਨਹੀਂ ਸਾਰੇ ਕਿਤੇ ਹੈ ਵੀ ਇੱਥੇ ਇੰਨੇ ਦਿਨ ਥੋੜ੍ਹੀ ਰਹਿਣਾ, ਇੱਕ ਦੋ ਰਾਤਾਂ ਵੀ ਮਜਬੂਰੀ ਵਾਲੀ ਨੂੰ ਰੱਖਦੇ ਆ ਉਹ। ਅਤੇ ਉਹ ਕਹਿੰਦੇ ਵੀ ਗੁਰਦੁਆਰੇ ਦੇ ਵਿੱਚ ਤੁਸੀਂ ਮੈਂ ਕਿਵੇਂ ਰਹਿਣਾ ਹੈ ਜੀ, ਉਹ ਸਿਰ ਉਹ ਢੱਕ ਕੇ ਸਾਰਾ ਕੁਛ ਉਹਨਾਂ ਨੇ ਦੱਸਿਆ। ਮੈਂ ਕਿਹਾ ਜੀ ਮੈਨੂੰ ਪਤਾ ਅਤੇ ਮੈਂ ਰਿਹਾ। ਕਹਿੰਦੇ ਫਿਰ ਤੁਸੀਂ ਕਰਨ ਕੀ ਆਏ ਹੋ? ਮੈਂ ਕਿਹਾ ਇਸ ਤਰ੍ਹਾਂ ਯਾਰ ਫਿਲਮ ਲਾਈਨ ਦਾ ਚੱਕਰ ਹੈ, ਮੈਨੂੰ ਜਾਣਦਾ ਕੋਈ ਨਹੀਂ, ਪਹਿਲਾ ਬੰਦਾ ਤੂੰ ਜਿਹਨੂੰ ਮੈਂ ਮਿਲਿਆ। ਕੱਲ੍ਹ ਮੈਂ ਪ੍ਰਿੰਸੀਪਲ ਨੂੰ ਮਿਲਣਾ, ਉੱਥੋਂ ਖਾਲਸਾ ਕਾਲਜ ਮਟੂੰਗਾ ਵਾਕਿੰਗ ਡਿਸਟੈਂਸ ਸੀਗਾ ਕੋਹਲੀ ਗੁਰਦੁਆਰਾ ਗੁਰਦੁਆਰੇ ਤੋਂ ਆ, ਅਤੇ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਨੂੰ ਮਿਲਣਾ, ਰਘਵੀਰ ਸਿੰਘ ਚਿੱਠੀ ਮੇਰੇ ਕੋਲ ਹੈ ਅਤੇ ਕੱਲ੍ਹ ਮੈਂ ਮਿਲੂੰਗਾ ਅਤੇ ਕੱਲ੍ਹ ਦਾ ਦਿਨ ਇੱਥੇ ਰੁਕੇ, ਪਰਸੋਂ 2 ਦਿਨ ਮੈਂ ਨਿਕਲ ਜੂੰਗਾ। ਕਹਿੰਦਾ ਠੀਕ ਹੈ। ਅਤੇ ਉਹ ਹੁਣ ਆਪਣਾ ਇਮੋਸ਼ਨਲ ਲੈਵਲ 'ਤੇ ਚਾਹ ਪੀਤੀ, ਉਹ ਵਿਚਾਰੇ ਨਾਲ ਬੈਠਿਆ, ਉਹਨੂੰ ਇੰਟਰਸਟ ਵੀ ਹੋ ਗਿਆ, ਪੰਜਾਬ ਤੋਂ ਮੁੰਡਾ ਆਇਆ। ਕਹਿੰਦਾ ਯਾਰ ਕੁਛ ਬਣ ਜਾਓਗੇ ਸਾਨੂੰ ਯਾਦ ਰੱਖਿਓ। ਮੈਂ ਕਿਹਾ ਬਿਲਕੁਲ ਯਾਦ ਰੱਖੂੰ ਯਾਰ, 2 ਰਾਤਾਂ ਤੂੰ ਕਟਾ ਰਿਹਾ, ਥੋੜ੍ਹੀ ਵਧੀਆ ਗੱਲ ਹੈ। ਮੈਂ ਗਿਆ ਜੀ ਦੂਸਰੇ ਦਿਨ ਮੱਥਾ ਟੇਕ ਕੇ ਗੁਰੂ ਘਰ, ਰੱਬ ਨੂੰ ਕਿਹਾ ਯਾਰ ਮੇਰੀ ਆ ਤਮੰਨਾ ਪੂਰੀ ਕਰੇ, ਮੈਨੂੰ ਰਹਿਣ ਨੂੰ ਜਗ੍ਹਾ ਮਿਲ ਜਾਏ। ਪ੍ਰਿੰਸੀਪਲ ਰਘਵੀਰ ਸਿੰਘ ਕਾਲਜ 'ਚ ਮੈਂ ਜਾਂ ਸਵੇਰੇ ਪਹੁੰਚ ਗਿਆ 10 ਵਜੇ ਉਹਨਾਂ ਨੂੰ ਮਿਲਣ ਲਈ, ਬਾਹਰ ਪੀਣ ਬੈਠਾ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਜੀ ਪ੍ਰਿੰਸੀਪਲ ਸਾਹਿਬ ਨੂੰ ਮਿਲਣਾ। ਕਹਿੰਦੇ ਉਹ ਮੀਟਿੰਗ ਚੱਲ ਰਹੀ ਹੈ, ਤੁਸੀਂ ਬਹਿ ਜਾਓ, ਵੇਟ ਕਰ। ਕਿੱਥੋਂ ਆਏ ਹੋ? ਮੈਂ ਕਿਹਾ ਜੀ ਪੰਜਾਬ ਤੋਂ। ਕਹਿੰਦੇ ਚਿੱਠ ਲਿਖ ਦਿਉ। ਚਿੱਠ ਲਿਖਤੀ, ਨਾਲ ਡੈਡੀ ਦਾ ਨਾਂ, ਮੈਨੂੰ ਕੌਣ ਜਾਣਦਾ ਸੀ। ਹਾਂਜੀ ਅੰਦਰ ਭੇਜੀ, ਜਦੋਂ 2 ਬੰਦੇ 10-15 ਮਿੰਟ ਬਾਅਦ ਮੀਟਿੰਗ ਕਰਕੇ ਨਿਕਲੇ ਤਾਂ ਅੰਦਰ ਚਿੱਠ ਭੇਜਤੀ, ਉਹਨਾਂ ਨੇ ਪੜ੍ਹੀ ਅਤੇ ਮੈਨੂੰ ਬੁਲਾ ਲਿਆ। ਮੈਂ ਜਾ ਕੇ ਫਿਰ ਉਹਨਾਂ ਨੂੰ ਮੱਥਾ ਟੇਕਿਆ ਅਤੇ ਤਾਂ ਕਿ ਉਹਨਾਂ ਨੂੰ ਅੱਛਾ ਲੱਗੇ, ਕਿਉਂਕਿ ਕੰਮ ਲੈਣਾ। ਮੈਂ ਉਹਨਾਂ ਕੋਲ ਬੈਠਿਆ ਅਤੇ ਚਿੱਠੀ ਦਿੱਤੀ ਡੈਡੀ ਦੀ। ਕਹਿੰਦੇ ਕੀ ਪੀਓਗੇ? ਮੈਂ ਕਿਹਾ ਚਾਹ ਪੀ ਲਾਂਗੇ, ਕਿਉਂਕਿ ਮੈਨੂੰ ਇਹ ਪਤਾ ਸੀ ਵੀ ਜਿਹੜੇ ਬੰਦੇ ਕੋਲ ਬੈਠਣਾ ਤੁਸੀਂ ਚਾਹ ਦਾ ਔਡਰ ਕਰੋਗੇ, ਚਾਹ ਬਣ ਜਾਊਗੀ, ਫਿਰ ਆਊਗੀ, ਤੁਹਾਨੂੰ ਟਾਈਮ ਮਿਲ ਜਾਂਦਾ ਗੱਲ ਕਰਨ ਲਈ। ਦਿਮਾਗ ਸੀਗਾ ਅਤੇ ਮੈਂ ਕਿਹਾ ਠੀਕ ਹੈ। ਅਤੇ ਉਹਨਾਂ ਨੇ ਲੈਟਰ ਪੜ੍ਹਿਆ, ਕਹਿੰਦੇ ਤੁਹਾਨੂੰ ਫਿਲਮੋਨੀਆ ਹੋ ਗਿਆ। ਹਾਂਜੀ ਫਿਲਮੋਨੀਆ ਹੋ ਗਿਆ, ਤੈਨੂੰ ਵੀ ਹੋ ਗਿਆ ਇਹ ਵਾਲਾ। ਹਾਂ ਅਤੇ ਕਹਿੰਦੇ ਕੀ ਸੇਵਾ ਕਰ ਸਕਦਾ? ਮੈਂ ਕਿਹਾ ਤੁਹਾਨੂੰ ਇਹਦੇ 'ਚ ਡੈਡੀ ਨੇ ਲਿਖਿਆ ਹੋਣਾ। ਕਹਿੰਦੇ ਉਹ ਕਹਿੰਦੇ ਤੁਹਾਨੂੰ ਰਹਿਣ ਲਈ ਕੋਈ ਜਗ੍ਹਾ? ਮੈਂ ਕਿਹਾ ਜੀ ਇੱਥੇ ਹੋਸਟਲ 'ਚ ਦੇ ਦਿਓ, ਕਿਉਂਕਿ ਪ੍ਰਿੰਸੀਪਲ ਦਾ ਜਿਹੜਾ ਰੈਜੀਡੈਂਸੀ ਖਾਲਸਾ ਕਾਲਜ ਮਟੂੰਗਾ ਬਹੁਤ ਵੱਡਾ ਕਾਲਜ ਹੈ, ਉਹਦੇ ਉੱਤੇ ਹੀ ਸੀਗਾ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਰਹਿਣ ਲਈ ਜਗ੍ਹਾ ਚਾਹੀਦੀ ਹੈ, ਕਿਸੇ ਬੰਦੇ ਨਾਲ ਐਡਜਸਟ ਕਰ ਦਿਉ, ਮੈਂ ਤਾਂ ਥੱਲੇ ਪੈ ਜੂੰਗਾ ਨਾ ਕੋਈ ਬੰਦਾ। ਮੈਨੂੰ 1-2 ਮਹੀਨਾ ਇੱਥੇ ਰਹਿਣ ਨੂੰ ਮਿਲ ਜੇ ਅਤੇ ਅੱਗੇ ਰਸਤੇ ਮੈਂ ਬਣਾ ਲੂੰਗਾ। ਹਾਂਜੀ ਜਿਵੇਂ ਕਹਿੰਦੇ ਨਾ ਮੰਜ਼ਿਲ ਕੀ ਬਾਤੇ ਤੋ ਖੁਆਬ ਜੈਸੀ ਬਾਤੇ ਹੈ, ਮੰਜ਼ਿਲ ਕੀ ਬਾਤੇ ਤੋ ਖੁਆਬ ਜੈਸੀ ਬਾਤੇ ਹੈ, ਉਮਰ ਬੀਤ ਜਾਤੀ ਹੈ ਰਾਸਤੇ ਬਣਾਉਣੇ ਮੈਂ। ਕਿਆ ਬਾਤ ਹੈ, ਹੈ ਨਾ, ਬਹੁਤ ਸੋਹਣਾ। ਅਤੇ ਮੈਂ ਕਿਹਾ ਟਾਈਮ ਤਾਂ ਲੱਗੂ, ਪਰ ਇੱਕ ਵਾਰੀ ਮੈਨੂੰ ਇੱਥੇ ਜਗ੍ਹਾ ਮਿਲ ਜੇ ਅੱਗੇ ਬਣਾ ਲਾਂਗੇ। ਕਹਿੰਦੇ ਮੈਂ ਡੀ ਪੀ ਇੱਥੇ ਸਪੋਰਟਸ ਦੇ ਜਿਹੜੇ ਲੈਕਚਰਰ ਨੇ ਉਹ ਹੋਸਟਲ ਵਾਰਡਨ ਨੇ, ਉਹਨਾਂ ਤੋਂ ਮੈਂ ਪੁੱਛਦਾ। ਮੈਂ ਕਿਹਾ ਪੁੱਛਣਾ ਨਹੀਂ ਸਰ, ਮੈਂ ਠਹਿਰਿਆ ਗੁਰਦੁਆਰੇ, ਕੱਲ੍ਹ ਦਾ ਦਿਨ ਮੇਰੇ ਕੋਲ ਹੈ ਤੇ ਪਰਸੋਂ ਦਾ, ਤੁਸੀਂ ਹੱਲ ਕਰੋ ਮੇਰਾ, ਤੁਸੀਂ ਮੇਰਾ ਹੱਲ ਕਰੋ ਬਸ, ਮੈਨੂੰ ਕਿਵੇਂ ਵੀ ਕਰਕੇ ਇੱਥੇ ਥੋੜ੍ਹਾ ਜਿਹਾ ਰੱਖ ਦਿਉ, ਫਿਰ ਅੱਗੇ ਮੈਂ ਰਸਤੇ, ਮੈਨੂੰ ਜਾਣਦਾ ਹੀ ਕੋਈ ਨਹੀਂ, ਤੁਸੀਂ ਜਾਣਦੇ ਹੋ। ਕਹਿੰਦੇ ਠੀਕ ਹੈ, ਮੈਂ ਉਹਨਾਂ ਨੂੰ ਪੁੱਛਦਾ। ਮੈਂ ਕਿਹਾ ਪੁੱਛਦਾ ਨਹੀਂ ਸਰ, ਕਰਨਾ, ਜੇ ਤੁਸੀਂ ਨਹੀਂ ਕੀਤਾ ਮੈਂ ਟੈਚ ਜਾ ਕੇ ਤੁਹਾਡੇ ਘਰ ਆ ਜਾਣਾ। ਤਾਂ ਹੱਸਣ ਲੱਗ ਗਏ। ਕਹਿੰਦੇ ਕੋਈ ਨਾ ਕੁਛ ਨਾ ਕੁਛ ਹੋ ਜਾਏਗਾ। ਮੈਂ ਗਿਆਨੀ ਕੋਲ ਗਿਆ, ਕਹਿੰਦਾ ਜੀ ਕੀ ਬਣਿਆ? ਮੈਂ ਕਿਹਾ ਲੈ ਬਣਿਆ ਕਾਹਦਾ, ਪ੍ਰਿੰਸੀਪਲ ਮਿਲ ਗਿਆ,
कल उन्हां कोल जाके पता करना है, परसों टैक्सी चाके ला जांगे। कहिंदा अच्छी गल है। फिर गल्लां गुल्लां मारियां, मैं इधर उधर घूमण गया, मैं ज़्यादा दूर ना जावां क्योंकि असी देसी बंदे पिंडां चो आए पटियाला शहर, आए लगे कि खो ना जावां। अरदास कीती, मैं यार जी मेरा काम करो। मैं उथों निकलिया जी, जाके उथे कॉलेज च पहुंचया तो स्टूल ते यानी बेंच ते कोई नहीं सी बैठा, जिस दिन पीन बैठा सी काफी मुंडे कुड़ियां खड़े सी। 10 मिनट मैं खड़ा रहा तां ओही पीन आ गया, पर मतलब सामने। हाँ जी। मैं कहा सर जी तुहानू पता मैं कल आया सी ते प्रिंसीपल साहब नू मिलना। कहिंदा तुहानू नहीं पता। मैं कहा की होया? कहिंदा राती हार्ट अटैक होया, उन्हां दी डैथ हो गई। ओए होए तेरी। हाँ। मैं कहा एक बंदा जानदा सी। हाँ। आ हैपन हो गया, डैथ हो गई तो मैं जाऊंगा कित्थे? हाँ। समझ नहीं आ रहा सी। हाँ। मैं फिर देखिया भी कितने झूठ तो नहीं बोल रहा। छुट्टी है जी, डेथ हो गई। मैं हौली हौली गुरुद्वारे पहुंचया, ज्ञानी कहना हो गया काम। मैं क्या नहीं यार, प्रिंसीपल रघुवीर सिंह की डेथ हो गई। कहना की गल कर दो, पिछले महीने तो मैं उन्होंने घरे पाठ किया, कहना उन्होंने खंड पाठ रखाया। मैं चल पिछले महीने की गल कर दे, मैं तो कल मिलिया उन्होंने, अज की गल भी रात हो गया। कहते कहते फिर हूं की करोगे? मैं क्या सोचण दे, अजे दिमाग नहीं चल रहा। चाह शाह पीती, कहिंदे किवें फिर तुसी हुण वापस जाओगे? मैं क्या वापस नहीं जाता। मैं क्या इत्थे बस आ गया, मैं तो किवें भी करूँगा। मैं थोड़ी देर बाद उन्हूं पुछया, मैं क्या यार तुसी अपना अपने नाल मैनू रख सकते हो? आई विल पे यू। मैं क्या घरों मंगाई जाऊँगा पैसे, दिंदा रहूँगा ना। कहिंदा आओ घर चलीए। एक उम्मीद जाकी मैनू। मैं क्या यार शायद काम बन गया। ओदे घरे गए, आ जिड्डा थोड़ा कमरा है ना। हाँ जी। एड्डा की कमरा सी, मतलब ये तो 2 फुट वड्डा होना। लैटिन बाथरूम कंबाइंड। ठीक है ना, इको ही सीगा बाथरूम, वही लैटिन सी, ओती ना होना थोड़ा। ते एक दीवान पिया सी, ते एक अलमारी सी इधरले पासे। एक कमरा कल्ले रहिंदे सी? एक कमरा सुन ना, ओ ते परे एक टेबल सीगा, टेबल दे उते गैस दे रख्या हुआ सी, सैंपल जे मेज ते। नहीं नहीं, टेबल नहीं होंदा जिते खड़ के रोटी बना सकदे, ते ओ सीगा उन्हें पक्का नहीं सीगा। ओके जी। ते एक अलमारी सी, एक दीवान सी, जुगाड़ जा कीता वा। ते उन्हें कहा भी अपना ओदी मम्मी सी, कहिंदी चाह बनाओ। चाह बनाई, ओ अपने काम लग गया। चाह पीती, कहिंदे आओ चलिए। मैं आ गया। कहिंदा तुहानू पता है मैं तुहानू क्यों घर लैके गया? मैं तुहानू दिखाउणा चाहुंदा सी तुसी शरीफ हो, 2 दिन तो मैनू जानदे हो। मैं तुहानू घर दिखाउणा चाहुंदा सी वी तां कि तुहानू इह ना लगे कि सानू टरका रिहा। जवाब देता। हाँ। कहिंदा आह कमरा आपे देख लो। हाँ, इहदे च मेरी मां ने चाह बना के पियाई है, ते मेरी घर वाली मेरे 2 बच्चिआं नू स्कूल तो लैण गई है। हाजी। हाँ। ते जाणी के मैं मेरी घर वाली 2 बच्चे चार हो गए, 5वां मम्मी। कहिंदा कमरे सोने आ, ते मम्मी सोंदी है दीवान ते, असीं थले साडी एक दूए च लत्तां लगदियां। हुण तूं वेख लो। मैं क्या राणा तूं हुण की करेगा? ओह अपने काम लग गया वी, सवेरे देखदे आ की करना। राती मैं उहनूं मिलिया जदों महाराज सुखासन करन आया। मैं क्या ज्ञानी जी इक गल सुणो। कहिंदे की? देखो मरदा की ना करदा, सर्वाइवल है, जाना नहीं। मैं कहा तुसी मेरा टैची रख लो। मैं सवेरे आके अद्धा पौना घंटा इत्थे फ्रैश हो सकदा, नहा सकदा और जा सकदा। हाँ जी। ते मैं फिर भी तुहानू कुछ ना कुछ देऊंगा। कहिंदे रहेंगे कित्थे? मैं कहा जिथे मर्जी, आसमान खुला है। हुण तो हुण दा ही चक्कर है, बस ओही चक्कर। तू ये देख ला लाडी। हाँ जी। पौने 3 महीने मैं करदा रहा। ਉਹ ਕਿਵੇਂ ਹੋਇਆ ਕਿ ਨੀਂਦ ਨਹੀਂ ਪੂਰੀ ਹੁੰਦੀ? ਤੁਸੀਂ ਸਟੇਸ਼ਨ 'ਤੇ ਜਾਓ, ਪੁਲਿਸ ਉਤੋਂ ਦੇ ਘਰ ਜਾਓ। 2 ਤੋਂ 4 ਮਤਲਬ ਟ੍ਰੇਨ ਬੰਦ ਹੁੰਦੀ ਹੈ, ਜਿਹੜੀ ਲੋਕਲ ਟ੍ਰੇਨ ਹੈ। ਹਾਂਜੀ। ਬਾਕੀ ਤਾਂ ਤੁਸੀਂ ਉਹ ਕਰ, ਹੁਣ ਕਿਤੇ ਵੀ ਜਾਓ ਤਾਂ ਸੌਂਗੇ ਕਿੱਥੇ? ਉਹਦਾ ਵੀ ਤਰੀਕਾ ਕੱਢਿਆ ਮੈਂ। ਹਾਂਜੀ।
ਸਾਡੇ ਨਾ ਚਰਚ ਗੇਟ ਤੋਂ ਬੋਰੀਵਿਲੀ, ਬੋਰੀਵਿਲੀ ਤੋਂ ਚਰਚ ਗੇਟ, ਹਾਂਜੀ, ਉਹ ਬਹੁਤ ਲੰਬੀ ਹੈ ਟ੍ਰੇਨ, ਜਾਂਦੀ ਹੈ ਆਉਂਦੀ ਹੈ ਜਾਂਦੀ ਹੈ ਆਉਂਦੀ ਹੈ। ਮੈਨੂੰ ਸੁਝਿਆ ਯਾਰ, ਮੈਂ ਕਿਹਾ ਇੱਕ ਕੰਮ ਕਰੀਏ, ਰਿਟਰਨ ਟਿਕਟ ਲੈ ਲਓ, ਠੀਕ ਹੈ, ਲੈ ਲਈ, ਡਿੱਬੇ ਦੇ ਲਾਸਟ ਜਾ ਕੇ ਬਹਿ ਗਏ, ਉੱਥੇ ਸੌਂ ਗਏ। ਇੰਨੀ ਪ੍ਰੈਕਟਿਸ ਹੋ ਗਈ ਕਿ ਕਿਸੇ 'ਤੇ ਗਿਰਦੇ ਸੀ ਕਹਿੰਦਾ ਸੀ ਭਾਈ ਸਾਹਿਬ ਸਿੱਧੇ ਬੈਠੋ, ਫਿਰ ਇੰਨੀ ਪ੍ਰੈਕਟਿਸ ਹੋ ਗਈ ਕਿ ਸਿਰ ਮੇਰਾ ਗਿਰਦਾ ਵੀ ਨਹੀਂ ਸੀਗਾ, ਇੰਨੀ ਪ੍ਰੈਕਟਿਸ, ਬਸ ਆਹ ਪਿੱਛੇ ਆਹ ਲਾ ਕੇ ਬੈਠਾ ਸੁੱਤੇ ਰਹਿਣਾ, ਬਸ ਨੀਂਦ ਪੂਰੀ ਕਰ ਲੈਣੀ, ਹੋਰ ਕਿੱਥੇ ਜਾਈਏ, ਘਰ ਤਾਂ ਹੈ ਨੀ। ਫਿਰ ਇੰਝ ਕਰਦੇ 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 ਕਿੰਨਾ ਚਿਰ ਚੱਲਿਆ, ਪੌਣੇ ਕੁ ਤਿੰਨ ਮਹੀਨੇ ਇਹ ਚੀਜ਼, ਠੀਕ ਹੈ ਜੀ। ਅਤੇ ਫਿਰ ਮੈਂ ਜੀ ਆਪਣਾ ਪ੍ਰਿਥਵੀ ਥੀਏਟਰ ਜਾਂਦਾ ਸੀ, ਮੈਨੂੰ ਕੋਈ ਮਿਲ ਜੇ, ਕੋਈ ਕਹਾਣੀ ਹੋਵੇ। ਫਿਰ ਉੱਥੇ ਇੱਕ ਦੋਸਤ ਬਣਿਆ, ਉਹਨੇ ਮੈਨੂੰ ਪਛਾਣ ਲਿਆ, ਕਹਿੰਦਾ ਤੁਸੀਂ ਪੰਜਾਬ ਤੋਂ ਆਏ ਹੋ ਅਤੇ ਕੀ ਕਰ ਰਹੇ ਹੋ। ਉਹਦਾ ਨਾਂ ਸੀ ਬਲਜੀਤ ਪਰਮਾਰ, ਜਿਹੜੇ ਪੱਤਰਕਾਰ ਨੇ, ਪੱਤਰਕਾਰ ਨੇ, ਉਹਨਾਂ ਨੂੰ ਮਿਲਿਆ, ਹਾਂ, ਬੜੇ ਅੱਛੇ ਬੰਦੇ ਨੇ ਜੀ। ਉਹ ਪਹਿਲਾ ਬੰਦਾ ਸੀ ਕਿ ਜਿਹਨੇ ਮੈਨੂੰ ਕਿਹਾ ਭਾਈ ਇੱਥੇ ਨਾ ਮੈਂ ਤੈਨੂੰ ਇੱਕ ਕਮਰੇ ਦੇ ਵਿੱਚ ਚਾਰ ਬੈੱਡ ਲੱਗੇ ਹੋਏ ਨੇ, ਇੱਕ ਬੈੱਡ ਦਵਾ ਸਕਦਾ ਜੋ ਮੇਰੇ ਹੱਥ, ਮੈਨੂੰ ਇੱਥੇ ਜਾਣ ਦੇ। ਉਦੋਂ ਪੱਤਰਕਾਰ ਸੀਗੇ ਉੱਥੇ ਵੀ? ਹਾਂ, ਉੱਥੇ ਪੱਤਰਕਾਰ ਸੀ। ਹਾਂਜੀ, ਠੀਕ ਹੈ ਜੀ। ਅਤੇ ਮੈਂ ਕਿਹਾ ਯਾਰ ਦਵਾ ਦੇ, ਮੈਂ ਤਾਂ ਨੀਂਦ ਨਹੀਂ ਪੂਰੀ ਹੁੰਦੀ। ਹਾਂ, ਹੁਣ ਚਾਰ ਮੰਜੇ ਸੀ ਉੱਥੇ, ਹਾਂਜੀ, ਇੱਕ ਬੰਦਾ, ਦੂਜਾ ਬੰਦਾ, ਤੀਜਾ, ਚੌਥਾ, ਮੈਂ ਆਪਣਾ ਅਟੈਚੀ ਮੰਜੇ ਥੱਲੇ ਹੀ ਰੱਖੋ ਆਪਦੇ ਥੱਲੇ। ਹਾਂ, ਅਤੇ ਉਸ ਤੋਂ ਬਾਅਦ ਉਹ ਕੀ ਹੈ ਕਿ ਉੱਥੇ ਫਿਰ ਅਸੀਂ ਟਾਈਮ ਕੱਟਿਆ। ਬਸ ਇਹ ਹੈ ਕਿ ਆਹੀ ਹੁੰਦਾ ਸੀਗਾ ਵੀ ਤੁਸੀਂ ਲੋਕਾਂ ਨੂੰ ਮਿਲਣਾ, ਹਾਂਜੀ, ਪਤਾ ਕਰਨਾ। ਪਹਿਲੇ ਤਾਂ ਇਹ ਤਿੰਨ ਚਾਰ ਮਹੀਨੇ ਤਾਂ ਮੈਨੂੰ ਇਹੀ ਸੈਟਿੰਗ 'ਚ ਲੱਗ ਗਏ ਕਿ ਬੰਬੇ 'ਚ ਪੈਰ ਲੱਗਣ, ਤਾਂ ਮੈਂ ਕੁਛ ਸੋਚਾਂ, ਫਿਰ ਲੋਕਾਂ ਨੂੰ ਮਿਲਣਾ, ਪਹਿਲਾਂ ਆਪਦਾ ਤਾਂ ਹੱਲ ਕਰਾਂ, ਹਾਂ, ਆਪਣਾ, ਫਿਰ ਹੀ ਕਿਸੇ ਨੂੰ ਮਿਲਾਂਗੇ। ਹਾਂ, ਫਿਰ ਇਸ ਵੀ ਚੱਲਦਾ ਰਿਹਾ, ਫਿਰ ਆਖਿਰ ਹੋ ਹੀ ਗਿਆ ਸਫਲਤਾਪੂਰਵਕ। ਹੁਣ ਤੁਸੀਂ ਦੱਸੋ, ਹਾਂਜੀ, ਵੀ ਦੂਜਾ ਬੰਦਾ ਤਾਂ ਫਿਰ ਕਹਿੰਦਾ ਮੈਂ ਚੱਲਦਾ ਹੀ ਹਾਂ ਘਰੇ। ਭਾਅ ਜੀ, ਮੈਂ ਉਹੀ, ਮੈਂ ਨਾ ਇਹ ਸਟੋਰੀ ਤਾਂ ਹੀ ਤੁਹਾਨੂੰ ਮੈਂ ਤੁਹਾਡੀ ਸੁਣ ਰਿਹਾ ਸਾਰੀ, ਮੈਨੂੰ ਇਹ ਹੈ ਨਾ ਵੀ ਜਿਹੜੇ ਨਵੇਂ ਜਵਾਕ ਹੈ ਇਸ ਲਾਈਨ ਨੂੰ ਸਭ ਤੋਂ ਜ਼ਿਆਦਾ ਪ੍ਰੈਫਰ ਕਰਦੇ ਆ ਆਪਣੇ ਵਾਲੀ ਨੂੰ, ਗਾਉਣ ਨੂੰ, ਐਕਟਿੰਗ ਨੂੰ। ਪਰ ਮੈਨੂੰ ਐਂ ਲੱਗਦਾ ਵੀ ਸਟਰਗਲ ਤਾਂ ਦੇਖੋ ਤੁਸੀਂ, ਤੁਸੀਂ ਨਾ ਥੋੜ੍ਹੀ ਜਿਹੀ ਸਟਰਗਲ ਨੂੰ ਕਹਿ ਦਿੰਦੇ ਆ, ਮਤਲਬ ਮੈਂ ਇਹ ਕਹਿੰਦਾ ਵੀ ਆਹ ਸਟਰਗਲ ਹੈ। ਲਾਡੀ, ਅੱਜ ਕੱਲ੍ਹ ਤਾਂ ਬਹੁਤ ਕੰਮ ਆ ਗਿਆ ਨਾ, ਤੁਹਾਡੇ ਕੋਲ ਟੀਵੀ ਹੈ, ਤੁਹਾਡੇ ਕੋਲ ਵੈਬ ਸੀਰੀਜ਼ ਨੇ, ਤੁਹਾਡੇ ਕੋਲ ਮਤਲਬ ਵੈਸੇ ਸੀਰੀਅਲਸ ਨੇ, ਤੁਸੀਂ ਆਪ ਦਾ ਕੁਝ ਬਣਾ ਲਓ, ਕੁਝ ਵੀ ਨਹੀਂ ਕਰਨਾ ਤੁਹਾਨੂੰ ਨਾ, ਮਤਲਬ ਟੀਵੀ ਤੇ ਇੰਨਾ ਕੰਮ ਹੈ, ਫਿਲਮਾਂ 'ਚ ਇੰਨਾ ਕੰਮ ਹੈ, ਕਿਤੇ ਨਾ ਕਿਤੇ ਤੁਹਾਡੀ ਸਰਵਾਈਵਲ ਹੈ, ਹੋ ਜਾਣੀ ਹੈ। ਸਾਡੇ ਕੋਲ ਤਾਂ ਇਨਕਮ ਨਹੀਂ ਸੀ, ਬਸ ਇਹ ਸੋਚ ਲਿਆ ਸੀ ਬਸ ਵੀ, ਬਸ ਫਿਰ ਉੱਥੇ ਕੀ ਹੈ ਕਿ ਕੰਮ ਤਾਂ ਮਿਲਦਾ ਹੀ ਨਹੀਂ ਸੀ। ਹਾਂਜੀ, ਫਿਰ ਮੈਨੂੰ ਕਿਸੇ ਬੰਦੇ ਨੇ ਕਿਹਾ, ਕਹਿੰਦਾ ਯਾਰ ਤੇਰੀ ਆਵਾਜ਼ ਅੱਛੀ ਹੈ, ਤੂੰ ਡਬਿੰਗ ਹੀ ਕਰ ਲਿਆ ਕਰ। ਅੱਛਾ, ਅਤੇ ਉੱਥੇ ਨਾ ਮੈਨੂੰ ਆਪਣਾ, ਮੇਰੇ ਇੱਕ ਦੋਸਤ ਪੁਰਾਣੇ ਸੀਗੇ ਉੱਥੇ ਮਿਲ ਗਏ। ਇੱਕ ਦਿਨ ਮੈਂ ਸਾਹਮਣੇ ਜਾਂਦਾ ਹੁੰਦਾ ਸੀ, ਡੇਅਰੀ ਸੀ, ਦੋ ਕੇਲੇ ਖਾਣੇ, ਇੱਕ ਗਲਾਸ ਦੁੱਧ ਪੀ ਲੈਣਾ, ਨਾਸ਼ਤਾ ਹੁੰਦਾ ਸੀ, ਕਿਉਂਕਿ ਪੈਸੇ ਆਉਂਦੇ ਨਹੀਂ ਸੀ, ਘੱਟ ਘੱਟ ਪੈਸਿਆਂ ਨਾਲ ਸਾਰੋ, ਜਿੰਨੇ ਦਿਨ ਲੰਘਦੇ ਵੱਧ ਲਗਾਓ। ਅਤੇ ਉਹ ਸੀ ਹਰਜੀਤ ਵਾਲੀਆ, ਅੱਛਾ ਜੀ, ਉਹ ਵੀ ਐਕਟਰ ਨੇ, ਅਤੇ ਉਹ ਉੱਥੇ ਮਿਲੇ, ਕਹਿੰਦੇ ਤੂੰ ਕਿਸ ਤਰ੍ਹਾਂ, ਮੈਂ ਕਿਹਾ, ਅਤੇ ਉਹ ਬੰਦੇ ਨੂੰ ਫਿਰ ਮੈਨੂੰ ਕਹਿੰਦਾ ਮੈਨੂੰ ਵੀ ਨਾਲ ਹੀ ਰਖਾ ਲੇ। ਫਿਰ ਮੈਂ ਇੱਕ ਬੈੱਡ ਖਾਲੀ ਹੋਇਆ ਉਹਨੂੰ ਬੁਲਾ ਲਿਆ, ਅਤੇ ਅਸੀਂ ਇਕੱਠੇ ਰਹਿੰਦੇ ਰਹੇ, ਇਕੱਠੇ ਲੱਭ ਲਾਂਗੇ ਕੰਮ। ਉਸ ਤੋਂ ਬਾਅਦ ਉਹ ਜਿਹੜੇ ਬੰਗਲੇ 'ਚ ਰਹਿੰਦੇ ਸੀਗੇ ਉਹ ਬੰਗਲਾ ਵਿਕ ਗਿਆ, ਹਾਂਜੀ, ਸਾਨੂੰ ਖਾਲੀ ਕਰਨ ਮਿਲ ਗਿਆ। ਅਤੇ ਫਿਰ ਉਹ ਖਾਲੀ ਕਰਨ ਦੇ ਬਾਅਦ ਨਾ ਮੈਂ ਸੋਚਿਆ ਹੁਣ ਜਾਈਏ ਕਿੱਥੇ, ਉਹਨਾਂ ਨੇ ਹਫ਼ਤੇ ਦਾ ਟਾਈਮ ਦਿੱਤਾ। ਮੈਨੂੰ ਯਾਦ ਆਇਆ ਇੱਕ ਮੇਰਾ, ਮੈਂ ਨਾਭੇ ਪੀ ਪੀ ਐੱਸ 'ਚ ਵੀ ਪੜ੍ਹਾਇਆ, ਪੰਜਾਬ ਪਬਲਿਕ ਸਕੂਲ ਪੜ੍ਹਾਇਆ। ਕਦੋਂ ਜੀ ਇਹ? ਆਹੀ 79-80, ਓਕੇ, ਹਾਂ, ਲਾਸਟ ਜੋਬ ਸੀ ਮੇਰੀ, ਠੀਕ ਹੈ ਜੀ, ਪੰਜ ਜੋਬਾਂ 'ਚੋਂ ਲਾਸਟ ਸੀ। ਅਤੇ ਉਹ ਕੀ ਹੈ ਕਿ ਉਹ ਉੱਥੇ ਨਾ ਇੱਕ ਮੁੰਡਾ ਸੀਗਾ ਭਾਟੀਆ ਕਰਕੇ, ਹਾਂਜੀ, ਉਹ ਮੇਰੇ ਕੋਲ ਪੜ੍ਹਦਾ ਸੀ, ਹੈ ਬੰਬੇ ਤੋਂ ਸੀ, ਕੁਦਰਤੀ ਲੈਂਡਲਾਈਨ ਮੈਂ ਉਹਦੀ ਕਿਤੇ ਲੈ ਲਈ ਸੀਗੀ ਵੀ ਜੇ ਕਿਤੇ ਬੰਬੇ ਕਿਤੇ ਲੋੜ ਪਵੇ ਉਹ ਲੈ ਲਈ ਸੀ। ਬੰਬੇ ਦਿਮਾਗ 'ਚ ਆਲਵੇਜ਼ ਚੱਲਦਾ ਹੀ ਸੀ ਸ਼ੁਰੂ ਤੋਂ ਤੁਹਾਡੇ। ਉਹ ਕੀ ਹੈ ਕਿ ਫਿਰ ਉਹ ਮੈਨੂੰ ਲੱਗਿਆ ਸੀ ਮੈਂ ਜਾਊਂਗਾ ਤਾਂ ਕਦੇ ਇਹਨੂੰ ਮਿਲ ਲੂੰਗਾ, ਉਹਨੇ ਆਪ ਹੀ ਕਿਹਾ ਸਰ ਮੇਰਾ ਨੰਬਰ ਲੈ ਲਓ ਕਦੇ ਆਊਂ ਤਾਂ, ਲੈਂਡਲਾਈਨ, ਹਾਂ, ਲੈਂਡਲਾਈਨ। ਮੈਂ ਫੋਨ ਕੀਤਾ, ਉਹਦੇ ਡੈਡੀ ਨੇ ਚੁੱਕਿਆ, ਮੈਂ ਉਹਨੂੰ ਕਿਹਾ ਜੀ ਮੈਂ ਰਾਣਾ ਜੰਗ ਬਹਾਦਰ ਤੁਹਾਡੇ ਬੇਟੇ ਦਾ ਟੀਚਰ ਰਿਹਾ ਅਤੇ ਮੈਂ ਉਹਨੂੰ ਮਿਲਣਾ, ਉਹਨਾਂ ਨੇ ਗੱਲ ਕਰਾਤੀ ਅਤੇ ਉਹ ਕਹਿੰਦਾ ਸਰ ਤੁਸੀਂ ਸਾਡੇ ਘਰ ਆਓ। ਅੱਛਾ ਜੀ, ਮੈਂ ਸਵੇਰੇ ਹੀ ਪਹੁੰਚ ਗਿਆ, ਉਹਨਾਂ ਨੇ ਨਾਸ਼ਤਾ ਵਾਸ਼ਤਾ ਬੜਾ ਬਣਾਇਆ ਅਤੇ ਸਾਨੂੰ ਤਾਂ ਇਹ ਹੁੰਦਾ ਸੀ ਵੀ ਰੋਟੀ ਕਿੱਥੇ ਵਧੀਆ ਖਾਈਏ, ਹਾਂਜੀ, ਨਾਸ਼ਤਾ ਕੀਤਾ, ਮੈਂ ਕਿਹਾ ਜੀ ਰਹਿਣ ਨੂੰ ਜਗ੍ਹਾ ਚਾਹੀਦੀ।
ਉਹ ਕਹਿੰਦੇ ਇਹੀ ਤਾਂ ਪ੍ਰੋਬਲਮ ਹੈ, ਟਾਈਮ ਐਂਡ ਸਪੇਸ ਨਹੀਂ ਹੈ ਬੰਬੇ 'ਚ, ਬਾਕੀ ਸਭ ਕੁਛ ਠੀਕ ਹੈ। ਪਰ ਕਹਿੰਦਾ ਸਾਡਾ ਆਫਿਸ ਹੈ ਯੂਬੀ ਬੀਚ 'ਤੇ, ਹਾਂਜੀ ਦਿਨੇ ਆਫਿਸ ਹੁੰਦਾ ਅਤੇ ਉਹਦੇ 'ਚ ਇੱਕ ਦੀਵਾਨ ਲੱਗਿਆ ਹੋਇਆ, ਇਫ ਯੂ ਡੋਂਟ ਮਾਇੰਡ। ਉਹ ਮੈਨੂੰ ਬੜੀ ਰਿਸਪੈਕਟ ਨਾਲ ਗੱਲ ਕਰੇ ਕਿਉਂਕਿ ਮੈਂ ਟੀਚਰ ਹੈ ਉਹਦੇ ਮੁੰਡੇ ਦਾ, ਹਾਂਜੀ ਕਹਿੰਦੇ ਇਫ ਯੂ ਡੋਂਟ ਮਾਇੰਡ ਆਫਿਸ 'ਚ ਮੈਂ ਤੁਹਾਨੂੰ ਐਡਜਸਟ ਸੌ ਸਕਦਾ। ਸ਼ਾਮ ਨੂੰ ਆ ਗਏ ਉੱਥੇ, ਹੁਣ ਉਹ ਮੈਨੂੰ ਕਹੇ, ਹੁਣ ਮੈਂ ਕੋਈ ਉੱਥੇ ਮੇਰੇ ਕੋਲ ਚੋਇਸ ਹੀ ਕੋਈ ਨਹੀਂ, ਮੈਨੂੰ ਤਾਂ ਇਹ ਲੱਗੇ ਵੀ ਯਾਰ ਤੂੰ ਤਾਂ ਰੱਬ ਬਣ ਗਿਆ, ਦਫ਼ਤਰ ਵਧੀਆ ਹੀ ਹੋਊਗਾ। ਮੈਂ ਹੀ ਉੱਥੋਂ ਜਦੋਂ ਖਾਲੀ ਕਰਨਾ ਸੀ ਅਟੈਚੀ ਚੱਕ ਕੇ ਉੱਥੇ ਆ ਗਿਆ, ਹਾਂਜੀ ਅਤੇ ਉੱਥੇ ਫਿਰ ਆਪਣਾ ਇੱਕ ਉੱਥੇ ਉਹਨਾਂ ਦਾ ਨੌਕਰ ਸੀ ਉਹ ਰਹਿੰਦਾ ਸੀ ਅਤੇ ਦੂਜਾ ਮੈਂ ਸੀ ਆਫਿਸ। ਪਰ ਉੱਥੇ ਇੱਕ ਫਾਇਦਾ ਹੋ ਗਿਆ ਕਿ ਉੱਥੇ ਉਹਨਾਂ ਦੇ ਫੋਨ ਲੱਗਿਆ ਸੀ ਲੈਂਡਲਾਈਨ, ਮੋਬਾਈਲ ਤਾਂ 95 'ਚ ਆਇਆ ਨਾ, ਹਾਂਜੀ ਇਹ ਪਹਿਲਾਂ ਦੀਆਂ ਗੱਲਾਂ। ਹਾਂਜੀ ਮੈਂ ਕਿਹਾ ਚਲੋ ਫਿਰ ਮੈਂ ਇੱਦਾਂ ਦੇ ਫੋਨ ਦੇ ਬਿੱਲ ਤਾਂ ਨਹੀਂ ਵਧਾਊਂਗਾ, ਮੈਂ ਇਹ ਹੈ ਵੀ ਉਹ ਨੰਬਰ ਦੇ ਦਿੰਦਾ ਸੀ ਮੈਂ ਵੀ ਜਿਹਨੇ ਮੈਨੂੰ ਕਰ ਲਿਓ ਹੈ ਨਾ। ਅਤੇ ਉੱਥੋਂ ਫਿਰ ਮੈਂ ਇੱਧਰ ਉੱਧਰ ਥੀਏਟਰਾਂ 'ਚ ਘੁੰਮਦਾ ਸੀ ਅਤੇ ਮੈਨੂੰ ਪਤਾ ਲੱਗਿਆ ਵੀ ਇਹ ਡਬਿੰਗ ਕਰ ਸਕਦੇ, ਕਹਿੰਦੇ ਜਿਹਦੇ ਆਵਾਜ਼ ਡਬਿੰਗ ਵਾਲੀ ਆ। ਅਤੇ ਫਿਰ ਉਹ ਮੈਂ ਕਾਫੀ ਫਿਲਮਾਂ ਦੀ ਡਬਿੰਗ ਕਰਦੇ ਰਹੇ ਸੀ, ਇੰਝ ਹੀ ਕਰਦੇ ਕਰਦੇ ਕਿੰਨੇ ਲੋਕ ਮਿਲੇ, ਫਿਰ ਤਾਂ ਕਾਬਲਾ ਬਣਦਾ ਗਿਆ। ਇੱਕ ਫਿਲਮ ਮੈਂ ਕਰ ਰਿਹਾ ਸੀਗਾ ਇਹਦੀ ਸੋਹਨ ਲਾਲ ਕੰਵਰ ਦੀ ਪਾਪੀ ਪੇਟ ਕਾ ਸਵਾਲ, ਉਹਦੇ 'ਚ ਕਲਕੱਤੇ ਕਾ ਦਾਦਾ ਦਿਖਾਇਆ ਸੀ ਰਾਜੇਸ਼ ਖੰਨਾ ਦੇ ਅਪੋਜਿਟ, ਹਾਂਜੀ ਅਤੇ ਉਹ ਕੀਤੀ ਅਤੇ ਉਹਨਾਂ ਦੀ ਇੱਕ ਹੋਰ ਮਤਲਬ ਮੈਂ ਡਬਿੰਗ ਕਰਨੀ ਸੀ, ਮੈਂ ਪਹੁੰਚ ਗਿਆ ਵੀ ਆਰ ਚੋਪੜਾ ਦੇ ਡਬਿੰਗ ਥੀਏਟਰ, ਉੱਥੇ ਥੱਲੇ ਇੱਕ ਔਰਤ ਬੈਠੀ ਉਹਦੇ ਨਾਲ ਇੱਕ ਕੁੜੀ ਬੈਠੀ, ਅੰਦਰ ਕੋਈ ਡਬਿੰਗ ਕਰ ਰਿਹਾ ਸੀ, ਕਹਿੰਦੇ ਥੋੜ੍ਹੀ ਦੇਰ 'ਚ ਟਾਈਮ ਮਿਲੇਗਾ। ਮੈਂ ਉਹਨਾਂ ਨੂੰ ਐਵੇਂ ਪੁੱਛ ਲਿਆ, ਮੈਂ ਕਿਹਾ ਤੁਹਾਡਾ ਨਾਂ ਕੀ ਹੈ, ਕਹਿੰਦੀ ਮਾਧੁਰੀ ਦੀਕਸ਼ਿਤ। ਅੱਛਾ ਜੀ। ਅਤੇ ਉਹਦੀ ਮਾਂ ਕਹਿੰਦੀ ਇਹਨੂੰ ਕੰਮ ਦਿਓ, ਉਹ ਵੀ ਸਟਰਗਲਰ ਸੀ ਵਿਚਾਰੀ। ਅੱਛਾ ਜੀ। ਉਦੋਂ ਮੈਂ ਕਿਹਾ ਜੀ ਮੈਂ ਤਾਂ ਇੱਕ ਹੋਰਰ ਫਿਲਮ ਕਰ ਰਿਹਾ ਰਾਮਸੇ ਦੀ, ਹਾਂਜੀ ਉਦੋਂ ਮੈਨੂੰ ਇੱਕ ਹੋਰਰ ਫਿਲਮ ਮਿਲ ਗਈ ਸੀ। ਹਾਂ। ਅਤੇ ਕਹਿੰਦੀ ਨਹੀਂ 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 ਮੈਨੂੰ ਤਾਂ ਬਹੁਤ ਡਰ ਲੱਗਦਾ, ਮੈਂ ਤਾਂ ਹੋਰਰ ਫਿਲਮਾਂ ਦੇਖ ਵੀ ਨਹੀਂ ਸਕਦੀ। ਹਾਂ। ਮੈਂ ਕਿਹਾ ਜੀ ਮੇਰੇ ਕੋਲ ਤਾਂ ਇਹੀ ਹੈ। ਇਸ ਤਰ੍ਹਾਂ ਲੋਕਾਂ ਨਾਲ ਤਾਲੁਕਾਤ ਬਣਦੇ ਗਏ, ਫਿਰ ਡਬਿੰਗ ਕਰਦਾ ਰਿਹਾ, ਉੱਥੋਂ ਸਾਨੂੰ 250 ਰੁਪਇਆ ਮਹੀਨੇ ਦਿਨ ਦਾ ਮਿਲਣ ਲੱਗ ਗਿਆ ਸੀ। ਪਰ ਰੋਜ਼ ਡਬਿੰਗ ਦੀ ਸਾਡੀ ਜ਼ਰੂਰਤ ਨਹੀਂ ਹੁੰਦੀ, ਮੇਨ ਆਰਟਿਸਟ ਤਾਂ ਕਰਨਗੇ, ਜਿਹੜੇ ਸਾਈਡ ਵਾਲੇ ਜਿਹੜੇ ਹੁੰਦੇ ਨਾ ਸੀਨ, ਇੱਕ ਸੀਨ ਦੋ ਸੀਨ, ਉਹਨਾਂ ਦੀ ਡਬਿੰਗ ਅਸੀਂ ਕਰਦੇ ਹੁੰਦੇ ਸੀ, ਉਹ ਹੋ ਗਿਆ। ਫਿਰ ਮੈਨੂੰ ਹਾਂ ਘੁੰਮਣ ਲੱਗ ਗਿਆ, ਪਰ ਮਤਲਬ 6 ਮਹੀਨੇ ਚੱਲਿਆ ਮੈਨੂੰ। ਫਿਰ ਕਿਸੇ ਬੰਦੇ ਨੇ ਕਿਹਾ ਤਾਂ ਸੂਬੀ ਰਾਜ ਕਰਕੇ ਇੱਕ ਰਾਜਸ਼੍ਰੀ ਦੇ ਹੀਰੋ ਸੀਗੇ ਸੂਬੀ ਰਾਜ, ਜਿਵੇਂ ਗੋਬਿੰਦਾ ਦਾ ਫਾਦਰ ਹੀਰੋ ਸੀ ਨਾ, ਉਹ ਵੀ ਹੀਰੋ ਸੀਗੇ ਪੁਰਾਣੇ। ਹਾਂ ਪੁਰਾਣੇ। ਉਹ ਫਿਰ ਜ਼ਿੰਦਗੀ 'ਚ ਐਸਾ ਚਰਨ ਹੁੰਦਾ ਵੀ ਉਹਨਾਂ ਦਾ ਕੰਮ ਨਹੀਂ ਚੱਲਿਆ, ਏਜ ਹੋ ਗਈ, ਅਤੇ ਉਹਨਾਂ ਨੇ ਮੈਨੂੰ ਦੇਖਿਆ ਉੱਥੇ ਇੱਕ ਦੋ ਫਿਲਮਾਂ 'ਚ ਡਬਿੰਗ ਕੀਤੀ, ਮੈਨੂੰ ਕਹਿੰਦੇ ਇੱਧਰ ਤੂੰ ਡਬਿੰਗ ਨਾ ਕਰਿਆ ਕਰ। ਅੱਛਾ ਜੀ। ਮੈਂ ਕਿਹਾ ਜੀ ਕਿਉਂ? ਕਹਿੰਦਾ ਜੇ ਤੈਨੂੰ ਡਬਿੰਗ ਆਰਟਿਸਟ ਦੀ ਮੋਹਰ ਲੱਗ ਗਈ ਤੈਨੂੰ ਕੋਈ ਕੰਮ ਨਹੀਂ ਦੇਊਗਾ। ਅੱਛਾ। ਕਹਿੰਦਾ ਇੱਥੇ ਤੁਸੀਂ ਸੋਚਦੇ ਵੀ ਡਬਿੰਗ ਕਰੂੰਗਾ, ਉੱਥੇ ਡਾਇਰੈਕਟਰ ਆਊਗਾ ਅਤੇ ਉਹਨੂੰ ਕਹਾਂਗੇ ਯਾਰ ਅਗਲੀ ਫਿਲਮ 'ਚ ਮੈਨੂੰ ਲੈ ਲੂ। ਕਹਿੰਦਾ ਉਹ ਡਬਿੰਗ ਆਰਟਿਸਟ ਸਮਝ ਕੇ ਤੈਨੂੰ ਇੱਕ ਅੱਧਾ ਸੀਨ ਦੇ ਦੂ, ਐਕਟਰ ਨਹੀਂ ਸਮਝੂਗਾ, ਜੇ ਤੂੰ ਐਕਟਰ ਬਣਨੇ ਤਾਂ ਛੱਡ ਦੇ, ਪਛਾਣ ਬਣਾਓ ਐਕਟਰ ਵਾਲੀ। ਹਾਂ ਮਤਲਬ ਮੈਂ ਕਿਹਾ ਯਾਰ ਇਹ ਹੁਣ ਪੰਗਾ ਏਜ ਵੀ ਲੱਗਾ, ਤਾਂ ਇਹ ਸੀਗਾ ਵੀ ਚਲੋ ਰੋਜ਼ੀ ਰੋਟੀ ਹੁੰਦੀ ਹੈ। ਮੈਂ ਨਾ ਜਦੋਂ ਪੰਜਾਬ ਤੋਂ ਗਿਆ ਮੇਰੇ ਕੋਲ ਵਿਜੇ ਸਕੂਟਰ ਹੁੰਦਾ ਸੀ, ਲਮਰੇਟਾ ਵਾਲਿਆਂ ਨੇ ਕੱਢਿਆ ਸੀ, ਹਾਂਜੀ ਉਹਦਾ ਮਤਲਬ ਹਰਾ ਰੰਗ ਸੀ ਲਾਈਟ ਜਿਹਾ, ਹਾਂਜੀ ਅੱਜ ਮੈਂ ਤੇਰੇ ਮਾਈਕ ਦੇ ਉੱਤੇ ਹੈ, ਹਾਂਜੀ ਹਾਂਜੀ। ਅਤੇ ਉਹ ਮੈਂ ਲੈ ਗਿਆ ਸੀਗਾ ਟ੍ਰੇਨ 'ਤੇ ਉੱਥੇ, ਮੈਂ ਕਿਹਾ ਚਲੋ ਘੁੰਮਣ ਫਿਰਨ ਹੁੰਦਾ, ਪਰ ਮੈਂ ਉਹ ਕਦੇ ਚਲਾਇਆ ਹੀ ਨਹੀਂ। ਉੱਥੇ ਜਿਹੜਾ ਜੂਹ ਬੀਚ 'ਤੇ ਰਹਿੰਦਾ ਸੀ ਉਹਨਾਂ ਦੇ ਔਫਿਸ, ਪਰ ਉੱਥੇ ਖੜ੍ਹਾ ਕਰਤਾ ਮੈਂ, ਕਦੇ ਕਦੇ ਪੈਟਰੋਲ ਪਾ ਕੇ ਕਿ ਮਤਲਬ ਕਿੱਕ ਮਾਰ ਕੇ ਇੱਥੋਂ ਥੋੜ੍ਹਾ ਜਿਹਾ ਜਾਇਆ, ਉਹ ਵੀ ਕਿਤੇ ਇਹ ਨਾ ਹੋਵੇ ਇਹਨੂੰ ਜੰਗ ਹੀ ਲੱਗ ਜਾਏ। ਅਨਿਲ ਪੰਡਿਤ ਕਰਕੇ ਇੱਕ ਮੇਰਾ ਦੋਸਤ ਸੀਗਾ, ਉਹ ਪੰਜਾਬੀ ਫਿਲਮਾਂ ਵੀ ਉਹਨੇ ਕਾਫੀ ਕੀਤੀਆਂ, ਜੀਜਾ ਸਾਰੀ 'ਚ ਵੀ ਕੀਤਾ, ਹੋਰ ਵੀ ਕੀਤੀਆਂ, ਅਤੇ ਉਹਨੇ ਗਾਣਾ ਵੀ ਗਾਇਆ ਸੀ, ਕੋਈ ਉਹਨੂੰ ਪਿੱਛ ਪਿੱਛੋਂ ਪਿੱਠ ਪਿੱਛੋਂ ਆਵਾਜ਼ਾਂ ਮਾਰੋ ਮੇਰੇ ਯਾਰ ਦਾ ਡੋਲਾ ਚੱਲਿਆ, ਬੜਾ ਪਾਪੂਲਰ ਸੌਂਗ ਸੀ। ਉਹ ਰਾਈਟਰ ਸੀ ਬੇਸਿਕਲੀ, ਉਹ ਮੇਰਾ ਦੋਸਤ ਬਣ ਗਿਆ। ਮੈਂ ਜੀਜਾ ਸਾਲੀ ਜਦੋਂ ਕੀਤੀ ਮੋਹਨ ਭਾਗੜੀ ਨਾਲ, ਦੋਸਤ ਬਣ ਗਿਆ। ਇੱਕ ਦਿਨ ਮੇਰੇ ਕੋਲ ਆਇਆ, ਕਹਿੰਦਾ ਸਕੂਟਰ ਤੂੰ ਚਲਾਉਂਦਾ ਨਹੀਂ? ਮੈਂ ਕਿਹਾ ਨਹੀਂ। ਮੈਨੂੰ ਦੇ ਦੇ। ਮੈਂ ਕਿਹਾ ਤੂੰ ਲੈ ਲੈ। ਕਹਿੰਦਾ ਪੈਟਰੋਲ ਪਵਾ ਕੇ ਯਾਰ ਮੇਰੀ ਭੱਜ ਨੱਟ ਬਹੁਤ ਹੈ, ਮੈਂ ਐਜ਼ ਰਾਈਟਰ ਇੱਥੇ ਮੀਟਿੰਗ ਉੱਥੇ ਮੀਟਿੰਗ, ਉਹਦਾ ਮੈਨੂੰ ਈਜ਼ੀ ਰਹੇਗਾ। ਮੈਂ ਕਿਹਾ ਲੈ ਜਾ, ਪਰ ਮੈਂ ਫ੍ਰੀ ਨਹੀਂ ਦਿੰਦਾ, ਕਿਉਂਕਿ ਡਬਿੰਗ ਆਰਟਿਸਟ ਮੈਂ ਕੰਮ ਛੱਡ ਚੁੱਕਿਆ ਸੀ। ਮੈਂ ਕਿਹਾ 300 ਰੁਪਏ ਮਹੀਨੇ 'ਤੇ ਦੇਊਂਗਾ ਤੈਨੂੰ।
10 ਰੁਪਈਆ ਰੋਜ਼। ਹਾਂਜੀ ਹਾਂਜੀ ਠੀਕ ਹੈ। ਕਹਿੰਦੇ ਹੁਣ ਕਹਿੰਦਾ ਯਾਰ ਇਹ ਕੀ ਗੱਲ ਬਣੀ, ਮੈਂ ਕਿਹਾ ਯਾਰ ਹੁਣ ਮੇਰੇ ਕੋਲ ਤਾਂ ਰੋਟੀ ਖਾਣ ਨੂੰ ਨਹੀਂ, ਤੂੰ ਮਤਲਬ ਕਹਿੰਦਾ ਰਹਿਣ ਨੂੰ ਜਗ੍ਹਾ ਬੜੀ ਮੁਸ਼ਕਲ ਮਿਲੀ ਹੈ। ਹਾਂ ਵੀ ਮੈਂ ਕਿਸੇ ਦੇ ਰਹਿ ਰਿਹਾ ਹਾਂ। ਮੈਂ ਕਿਹਾ 10 ਰੁਪਏ 'ਚ ਮੈਂ ਪੂਰਾ ਦਿਨ ਕੱਢਿਆ ਕਰਨਾ। ਹਾਂ ਜਿਹੜੇ ਤੁਸੀਂ ਦੇਣੇ ਆ। ਹਾਂ ਮੈਂ ਯਾਨੀ ਸਕੂਟਰ ਕਿਰਾਏ 'ਤੇ ਚੜਾਇਆ, ਫਿਰ ਰੋਜ਼ੀ ਰੋਟੀ ਚੱਲੀ, ਜੁਗਾੜ ਕਰਦੇ 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 ਫਿਰ ਮਹਾਭਾਰਤ ਮਿਲੀ, ਫਿਰ ਮੈਂ ਤੇ ਆਉਣ ਹੀ ਲੱਗਿਆ ਸੀ ਭਾਜੀ। ਹਾਂ ਜੇ ਪੀ ਦੱਤਾ ਨਾਲ ਮੁਲਾਕਾਤ ਹੋਈ। ਮਹਾਭਾਰਤ ਕਿਵੇਂ ਭਾਜੀ, ਉਹਦੇ 'ਚ ਕਿਹੜਾ ਕਰੈਕਟਰ ਸੀ ਤੁਹਾਡਾ ਜਿਹੜਾ ਉਹ ਤੋਂ ਹੀ ਤੁਸੀਂ ਜ਼ਿਆਦਾ? ਜਰਾਸੰਧ, ਜਰਾਸੰਧ। ਠੀਕ ਹੈ ਜੀ, ਅਤੇ ਉਹ ਕਿਵੇਂ ਮਿਲਿਆ ਸੀ? ਬਸ ਵੀ ਆਰ ਯਾਰ ਲੋਕਾਂ ਅਸੀਂ ਮਿਲਦੇ ਰਹਿੰਦੇ ਸੀ, ਵੀ ਆਰ ਚੋਪੜਾ ਦੇ ਦਫ਼ਤਰ ਗਏ। ਹਾਂਜੀ। ਅਤੇ ਉਹਨਾਂ ਨੇ ਆਡੀਸ਼ਨ ਲੈਣੇ ਹੁੰਦੇ ਸੀਗੇ, ਉਹਨਾਂ ਦਿਨਾਂ 'ਚ ਸਾਨੂੰ ਪਤਾ ਲੱਗਿਆ ਆਡੀਸ਼ਨ ਸ਼ੁਰੂ ਹੋ ਗਏ ਕਿ ਉਹ ਕਰੈਕਟਰ ਦੇ ਦਿੰਦੇ ਸੀ ਤੁਹਾਨੂੰ, ਹਿੰਦੀ ਵਧੀਆ ਤੁਹਾਡੀ ਹੋਵੇ ਔਰ ਤੁਸੀਂ ਮਤਲਬ ਆਪਣਾ ਆਪਣਾ ਆਡੀਸ਼ਨ ਜੋ ਵੀ ਉਹ ਤੁਹਾਨੂੰ ਡਾਇਲੋਗ ਦੇਣਗੇ ਕਰ ਲਓ। ਉਸ ਤੋਂ ਬਾਅਦ ਉਹ ਸਿਲੈਕਟ ਕਰਦੇ ਸੀ ਵੀ ਇਹਨੂੰ ਕੀ ਦਿੱਤਾ ਜਾ ਸਕਦਾ, ਅਤੇ ਮੈਂ ਉਹਦੇ 'ਚ ਰੋਲ ਕੀਤਾ ਜਰਾਸੰਧ। ਭੀਮ ਨਾਲ ਮੇਰੀ 11 ਮਿੰਟ ਦੀ ਫਾਈਟ ਸੀ। ਹਾਂਜੀ। ਅਤੇ ਉਹ ਕੀ ਹੈ ਕਿ ਕ੍ਰਿਸ਼ਨ ਜੀ ਆਉਂਦੇ ਨੇ ਅਤੇ ਮੈਂ ਯੁੱਧ ਲਈ ਚੁਣਦਾ ਇਹਨੂੰ ਭੀਮ ਨੂੰ, ਤੁਹਾਡੇ ਨਾਲ ਨਹੀਂ ਮੇਰਾ ਤਾਂ ਇਹਦੇ ਨਾਲ ਹੋਊ। ਅਤੇ ਫਿਰ ਉਹ ਜਦੋਂ ਉਹਨੂੰ ਮਾਰਦਾ, ਉਹਨੂੰ ਵਰ ਸੀ ਕਿ ਇਹਨੂੰ ਮਾਰ ਨਹੀਂ ਸਕਦਾ ਕੋਈ ਚੱਕਰਵਰਤੀ ਰਾਜਾ, ਫਿਰ ਕ੍ਰਿਸ਼ਨ ਜੀ ਨੇ ਉਹ ਕਾਂਡੀ ਮਤਲਬ ਡੱਕਾ ਤੋੜ ਕੇ ਉਲਟੀ ਦਿਸ਼ਾ 'ਚ ਸਿੱਟਿਆ, ਉਹਨੂੰ ਕਿਹਾ ਵੀ ਇਹਨੂੰ ਚੀਰ ਕੇ ਉਲਟੀ ਦਿਸ਼ਾ 'ਚ ਸਿੱਟੇਗਾ ਤਾਂ ਮਰੂਗਾ ਮਰੂਗਾ। ਉਹ ਕਰੈਕਟਰ ਸੀ, ਬਹੁਤ ਅੱਛਾ ਕਰੈਕਟਰ ਸੀ। ਸ਼ੁਰੂ ਤੋਂ ਮਤਲਬ 31 ਜਾਂ 32 ਐਪੀਸੋਡ 'ਚ ਉਹਦੀ ਡੈਥ ਹੁੰਦੀ ਹੈ, ਸ਼ੁਰੂ ਤੋਂ ਹੋਇਆ ਸੀ ਉਹ। ਪਹਿਲੇ ਆਪਣਾ ਉਦੋਂ ਰਾਜਾ ਦਾ ਇਹ ਹੁੰਦਾ ਸੀ ਨਾ, ਸੋਮਵਾਰ 'ਚ ਜਾਂਦੇ ਸੀ। ਹਾਂਜੀ। ਹੈ ਨਾ, ਉਹ ਪਾਂਡਵ ਦੀ ਘਰਵਾਲੀ ਜਿਹੜੀ ਸੀ ਉਹਦੇ ਸੋਮਵਾਰ 'ਚ ਵੀ ਗਿਆ, ਉਸ ਤੋਂ ਬਾਅਦ ਦ੍ਰੌਪਦੀ ਦੇ ਸੋਮਵਾਰ 'ਚ ਵੀ ਗਿਆ, ਜਿਹੜਾ ਜਿੱਤ ਲਵੇ ਬਸ, ਉਦੋਂ ਇਹ ਹੁੰਦਾ ਸੀਗਾ। ਬੜਾ ਮੇਨ ਕਰੈਕਟਰ ਸੀ ਕਿਉਂਕਿ ਪਹਿਲਾ ਵਿਲਨ ਸੀਗਾ ਕੰਸ, ਮੈਂ ਉਹਦਾ ਸਸੁਰ ਹੁੰਦਾ। ਮੈਂ ਕ੍ਰਿਸ਼ਨ ਨੂੰ ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਕਿ ਬਦਲਾ ਲੈਣਾ ਕਿ ਮੇਰੇ ਜਵਾਈ ਨੂੰ ਕਿਉਂ ਮਾਰਿਆ ਮਾਰਿਆ। ਪਹਿਲਾ ਵਿਲਨ ਉਹ ਸੀ, ਸੈਕਿੰਡ ਮੈਂ ਸੀ, ਬਹੁਤ ਪਾਵਰਫੁਲ ਰੋਲ ਸੀ। ਹਾਂਜੀ। ਫਿਰ ਉੱਥੋਂ ਉੱਥੋਂ ਵੀ ਕੀਤਾ ਅਤੇ ਫਿਰ ਉਸ ਤੋਂ ਬਾਅਦ ਜੇ ਪੀ ਦੱਤਾ ਨੂੰ ਮੈਂ ਮਿਲਦਾ ਰਿਹਾ ਮਿਲਦਾ ਰਿਹਾ। ਉਹਨਾਂ ਨੇ ਯਤੀਮ ਫਿਲਮ 'ਚ ਮੈਨੂੰ ਬ੍ਰੇਕ ਦਿੱਤਾ, ਮੈਂ ਉਹ ਕਰੀ ਬੈਠਾ ਇਸ ਵਾਰ ਮੇਰੇ ਮਾਂ, ਕਿਉਂਕਿ ਉੱਥੋਂ ਮੈਨੂੰ ਲੱਗਦਾ ਯਤੀਮ ਜਿਹੜਾ ਰੋਲ ਉਹ ਬਹੁਤ ਫੇਮਸ ਹੋਇਆ ਸੀ, ਪਾਵਰਫੁਲ ਸੀ। ਅਮਰੀਸ਼ ਪੁਰੀ ਦਾ ਭਰਾ ਦਾ ਰੋਲ ਸੀ। ਹਾਂਜੀ। ਅਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਮੇਰਾ ਬ੍ਰੇਕ ਹੈ। ਹਾਂਜੀ। ਉਹਨਾਂ ਨੇ ਕਿਹਾ ਵੀ ਆਪਣਾ ਰਾਈਡਿੰਗ ਕਰ ਲਏਗਾ, ਮੈਂ ਕਿਹਾ ਜੀ ਕਰ ਲੂੰਗਾ। ਹਾਂਜੀ। ਹਾਲਾਂਕਿ ਮੈਂ ਰਾਈਡਿੰਗ ਕਦੇ ਕੀਤੀ ਨਹੀਂ ਸੀ, ਪਰ ਮੈਂ ਉਹ ਫਿਲਮ ਕੀਤੀ। ਫਿਰ ਉਹਦੇ 'ਚ ਮੇਰੀ ਸਨੀ ਨਾਲ ਸੋਲੋ ਫਾਈਟ ਵੀ ਸੀ, ਉਹ ਮੈਨੂੰ ਕਿਡਨੈਪ ਵੀ ਕਰਦਾ, ਫਿਰ ਮੇਰਾ ਮੇਰੀ ਡੈਥ ਹੁੰਦੀ ਹੈ, ਫਿਰ ਮੇਰੀ ਲਾਸ਼ ਆਉਂਦੀ ਹੈ ਅਤੇ ਅਮਰੀਸ਼ ਪੁਰੀ ਕਸਮ ਖਾਂਦਾ ਇਹਨਾਂ ਦਾ ਬਦਲਾ ਲਓ, ਸਾਰੀ ਫਿਲਮ ਦਾ ਵੇਸ ਸੀਗਾ। ਉਹ ਹੋਇਆ, ਉਸ ਤੋਂ ਬਾਅਦ ਫਿਰ ਜੇ ਪੀ ਦੱਤਾ ਦੇ ਨਾਲ ਹਥਿਆਰ ਕੀਤੀ, ਬਟਵਾਰਾ ਕੀਤੀ, ਬਟਵਾਰਾ 'ਚ ਰੋਲ ਕੱਟ ਗਿਆ ਸੀ, ਹਥਿਆਰ 'ਚ ਬਹੁਤ ਅੱਛਾ ਰੋਲ ਸੀ ਮੇਰਾ। ਫੂਲ ਔਰ ਕਾਂਟੇ, ਫੂਲ ਔਰ ਕਾਂਟੇ ਤਾਂ ਬਾਅਦ 'ਚ ਆਈਆਂ, ਵਾਲੀਆਂ ਬਾਅਦ 'ਚ ਆਈਆਂ, ਬਾਅਦ 'ਚ ਆਈਆਂ। ਫਿਰ ਇਹ ਚੱਲਦੀਆਂ ਰਹੀਆਂ, ਫਿਰ ਕਰਦੇ ਕਰਦੇ ਇੱਕ ਫਿਲਮ ਬਣੀ, ਪੰਕਜ ਧੀਰ ਬਣਾ ਰਿਹਾ ਸੀਗਾ, ਉਹਦੇ 'ਚ ਕਹਿੰਦੇ ਸਾਰੇ ਗੰਜੇ ਬੰਦੇ ਚਾਹੀਦੇ। ਅੱਛਾ ਜੀ। ਉਹ ਮੈਂ ਕਿਹਾ ਯਾਰ ਮੈਂ ਰੋਲ ਕਰੂੰ, ਕਹਿੰਦੇ ਤੇਰੇ ਸੋਹਣੇ ਵਾਲ ਨੇ ਯਾਰ। ਉਹ ਮੈਂ ਕਿਹਾ ਮੈਂ ਕਰਨਾ, ਕਿਉਂਕਿ ਕੰਮ ਹੀ ਨਹੀਂ ਸੀ ਹੁੰਦਾ ਯਾਰ, ਕੰਮ ਤਾਂ ਦਿਓ। ਹਾਂਜੀ। ਮੈਂ ਦੂਜੇ ਦਿਨ ਗੰਜਾ ਕਰਕੇ ਉੱਥੇ ਪਹੁੰਚ ਗਿਆ, ਉਹ ਕਹਿੰਦੇ ਆਹ ਕੀ ਕੀਤਾ ਤੂੰ। ਮੈਂ ਕਿਹਾ ਯਾਰ ਮੈਂ ਰੋਲ ਕਰਨਾ। ਉਹ ਯਾਰ ਹਜੇ ਰੋਲ ਤੇਰਾ ਡਿਸਾਈਡ ਨਹੀਂ, ਤੂੰ ਗੰਜਾ ਹੋ ਕੇ ਆ ਗਿਆ। ਇੱਕ ਨੌਕਰ ਦਾ ਰੋਲ ਹੈ ਪਰ ਬਹੁਤ ਅੱਛਾ, ਨੌਕਰਾਣੀ ਨਾਲ ਉਹਦਾ ਰੋਮਾਂਸ ਹੈ, ਮੈਂ ਕਿਹਾ ਕਰੂੰਗਾ। ਸਾਨੂੂੰ ਤਾਂ ਇਹ ਸੀਗਾ ਕੈਮਰੇ ਸਾਹਮਣੇ ਖੜਾ ਕਰੋ, ਕੁਛ ਵੀ ਦੇ ਦਿਓ। ਫਿਲਮ ਸ਼ੁਰੂ ਹੋਈ ਪਰ ਉਹ ਬਣੀ ਨਹੀਂ। ਅੱਛਾ ਜੀ। ਠੀਕ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਹੋਣੀਆਂ ਜਿਹੜੀਆਂ ਵਿੱਚ ਰਹਿ ਗਏ ਪ੍ਰੋਜੈਕਟ। ਬਹੁਤ ਨੇ, ਬਹੁਤ ਨੇ। ਨਹੀਂ ਡੱਬਾ ਫਿਲਮ ਬਣੀ ਨਹੀਂ ਅਤੇ ਇੱਥੇ ਕਹਾਣੀ ਜੁੜਦੀ ਹੈ। ਇੱਕ ਦਿਨ ਮੈਂ ਜੂਹ 'ਤੇ ਖੜਾ, ਗੰਜਾ ਸ਼ੇਵ ਕੀਤੀ ਹੋਈ, ਮੈਨੂੰ ਦੀਪ ਢਿੱਲੋਂ ਮਿਲੇ, ਐਕਟਰ ਸੀ ਪੰਜਾਬੀ ਵਾਲੇ, ਹਰਭਜਨ ਮਾਨ ਭਾਜੀ ਦੀ ਫਿਲਮ 'ਚ ਜਿਹੜੇ ਸੀ। ਹਾਂ, ਦੀਪ ਢਿੱਲੋਂ। ਠੀਕ ਹੈ। ਦੀਪ ਢਿੱਲੋਂ ਮੈਨੂੰ ਮਿਲੇ, ਕਹਿੰਦੇ ਯਾਰ ਰਾਣੇ ਤੂੰ ਤਾਂ ਯੁਲ ਬ੍ਰੈਨਰ ਲੱਗ ਰਹੇ ਹੈ। ਯੁਲ ਬ੍ਰੈਨਰ ਕੌਣ ਹੈ? ਉਹ ਕੌਣ ਹੈ? ਉਹ ਕਹਿੰਦਾ ਹਾਲੀਵੁੱਡ ਐਕਟਰ ਹੈ। ਅੱਛਾ ਜੀ। ਤੇਰੇ ਵਰਗੀਆਂ ਅੱਖਾਂ, ਥੋੜ੍ਹਾ ਜਿਹਾ ਲੰਗੜਾ ਕੇ ਚੱਲਦਾ ਸੀ, ਤੂੰ ਤਾਂ ਲੱਗ ਰਹੇ ਹੈ। ਮੈਂ ਕਿਹਾ ਇਹਦਾ ਫਾਇਦਾ ਤਾਂ ਕੋਈ ਹੋਇਆ ਨਹੀਂ, ਉਹ ਫਿਲਮ ਬੰਦ ਹੋ ਗਈ। ਮੇਰੇ ਹਿਸਾਬ ਨਾਲ ਤੂੰ ਐਂ ਕਰ, ਮੈਂ ਉਹ ਫਿਲਮ ਕਰ ਚੁੱਕਿਆ। ਹਾਂਜੀ। ਆਪਣਾ ਫਿਰੋਜ਼ ਖਾਨ ਦੀ। ਹਾਂਜੀ। ਯਲਗਾਰ, ਕਹਿੰਦੇ ਤੂੰ ਉਹਨੂੰ ਮਿਲਣਾ, ਉਹਦੇ 'ਚ ਰੋਲ ਹੈ। ਉਹ ਮੈਂ ਕਿਹਾ ਯਾਰ ਮੈਂ ਮਿਲਿਆ ਸੀਗਾ ਉਹਨਾਂ ਨੂੰ, ਵਾਲ ਸੀਗੇ ਨਾ ਤੇਰੇ ਵਾਂਗੂ ਭਰੇ ਹੋਏ ਵਾਲ ਸੀਗੇ। ਹਾਂਜੀ। ਅਤੇ ਮੈਂ ਕਿਹਾ ਯਾਰ ਉਹਨਾਂ ਨੇ ਰਿਜੈਕਟ ਕਰਤਾ ਵੀ ਇਹਦੇ 'ਚ ਕੋਈ ਰੋਲ ਹੈ ਨਹੀਂ। ਜਲਗਾਰ 'ਚ ਉਹਦੀ ਕਾਸਟਿੰਗ ਹੋਈ ਜਾਂਦੀ ਸੀ ਹਲੇ?
ਨਹੀਂ ਸਾਰੀ ਹੋ ਗਈ, ਫਿਲਮ ਵੀ ਕਾਫੀ 80% ਬਣ ਗਈ ਸੀ। ਅੱਛਾ ਜੀ। ਤੇ ਮੈਂ ਉੱਥੇ ਗਿਆ, ਫਿਰੋਜ਼ ਖਾਨ ਬੈਠਾ, ਉਹ ਡਿਸਟ੍ਰੀਬਿਊਟਰ ਆਏ ਸੀ ਕੋਈ ਬੰਦੇ, ਉਹਨਾਂ ਨੂੰ ਮਿਲ ਰਹੇ ਸੀਗੇ, ਤੇ ਮੈਂ ਬੈਠਾ ਰਿਹਾ, ਚਾਹ ਪੀਤੀ। ਸਾਗਰ ਸਾਗਰ ਕਰਕੇ ਉਹਨਾਂ ਦੇ ਐਸੋਸੀਏਟ ਡਾਇਰੈਕਟਰ ਸੀਗੇ, ਬੜੇ ਅੱਛੇ ਬੰਦੇ ਸੀ। ਉਹ ਕਹਿੰਦੇ ਯਾਰ ਤੇਰੀ ਲੁੱਕ ਬੜੀ ਕਮਾਲ ਲੱਗ ਰਹੀ ਹੈ, ਸਾਨੂੰ ਵਿਲਨ ਚਾਹੀਦਾ, ਉਹ ਵੀ ਮੇਨ ਵਿਲਨ। ਮੈਂ ਕਿਹਾ ਅੱਛਾ, ਇਹੋ ਜਿਹਾ ਚਾਹੀਦਾ। ਮੈਂ ਖੁਸ਼ ਹੋ ਗਿਆ ਵੀ ਫਿਰੋਜ਼ ਖਾਨ ਦੀ ਪਿਕਚਰ ਜਲਗਾਰ ਵਿਲਨ। ਜਦੋਂ ਚਲੇ ਗਏ ਤੇ ਉਹਨਾਂ ਨੇ ਮੈਨੂੰ ਬੁਲਾ ਲਿਆ, ਉੱਤੇ ਗਏ, ਮੈਂ ਖੜਾ ਹੋਇਆ, ਗੁੱਡ ਬੈਠੋ ਔਰ ਕਿਆ ਕਰ ਰਹੇ ਹੋ। ਉਹ ਫੋਕਰਪੰਥੀ ਨਹੀਂ ਹੁੰਦੀ ਜਿਵੇਂ ਐਵੇਂ ਦੋ ਤਿੰਨ ਫਿਲਮਾਂ ਜਿਹੀਆਂ ਕਰ ਰਿਹਾ ਸੀਗਾ, ਮੈਂ ਗਣਾਤੀਆਂ ਆਹ ਕਰ ਰਿਹਾ ਆਹ ਕਰ ਰਿਹਾ ਆਹ ਕਰ ਰਿਹਾ। ਫਿਰੋਜ਼ ਖਾਨ ਕਹਿੰਦੇ ਯਾਰ ਸਾਨੂੰ ਤਾਂ ਨਵਾਂ ਬੰਦਾ ਚਾਹੀਦਾ। ਮੈਂ ਆਪਣੇ ਆਪ 'ਤੇ ਗੁੱਸਾ ਆਇਆ ਵੀ ਮੈਨੂੰ ਬੋਲਣ ਦੀ ਕੀ ਲੋੜ ਸੀ, ਪ੍ਰਭਾਵ ਪਾਉਣ ਦੇ ਚੱਕਰ 'ਚ। ਮੈਂ ਕਿਹਾ ਜੀ ਆਪਣਾ ਤੁਸੀਂ ਦੱਸੋ। ਕਹਿੰਦੇ ਨਵਾਂ ਬੰਦਾ ਚਾਹੀਦਾ ਥਾ, ਫਲੈਸ਼ ਚਿਹਰਾ। ਕਹਿੰਦੇ ਅਸੀਂ ਪਹਿਲਾਂ ਇੱਕ ਰੋਲ ਈਰਾਨ ਦਾ ਕੋਈ ਐਕਟਰ ਸੀਗਾ ਉਹਨੂੰ ਦੇ ਰਹੇ ਸੀ, ਉਹਦੀ ਐਕਸੀਡੈਂਟ 'ਚ ਡੈਥ ਹੋ ਗਈ। ਅੱਛਾ ਜੀ। ਫਿਰ ਅਸੀਂ ਪਾਕਿਸਤਾਨ ਦਾ ਇੱਕ ਐਕਟਰ ਚੁਣਿਆ, ਉਦੋਂ ਫਿਰ ਬਾਲ ਠਾਕਰੇ ਸਾਹਿਬ ਨੇ ਮਨਾ ਕੀਤਾ ਸੀ ਵੀ ਪਾਕਿਸਤਾਨੀ ਐਕਟਰ ਨਹੀਂ ਲੈਣੇ, ਨਹੀਂ ਲੈਣੇ, ਤੁਹਾਨੂੰ ਪਤਾ ਹੋਣਾ। ਹਾਂਜੀ। ਕਹਿੰਦੇ ਹੁਣ ਫਿਲਮ ਸਾਡੀ ਕੰਪਲੀਟ ਹੈ, ਬਸ ਉਹੀ ਕਾਰਲੋਸ ਦਾ ਸੀਕੁਐਂਸ ਰਹਿੰਦੇ ਨੇ ਤਿੰਨ ਚਾਰ ਸੀਨ। ਮੈਂ ਕਿਹਾ ਅੱਛਾ ਜੀ, ਫਿਰ ਵੀ ਤੁਮ ਕੱਲ੍ਹ ਇੱਕ ਚੱਕਰ ਲਗਾ ਦੇਣਾ। ਮੈਂ ਘਰੇ ਗਿਆ, ਮੈਂ ਇੰਨਾ ਗੁੱਸਾ ਆਇਆ ਮੇਰੇ 'ਤੇ ਵੀ ਮੈਨੂੰ ਕੀ ਕਹਿਣ ਦੀ ਲੋੜ ਸੀ ਐਡਾ ਇੰਪਰੈਸ਼ਨ ਪਾਉਣ ਲਈ, ਉਹ ਤਾਂ ਉਲਟਾ ਹੀ ਪੈ ਗਿਆ। ਕਹਿੰਦੇ ਨਵਾਂ ਬੰਦਾ ਚਾਹੀਦਾ। ਉਹ ਸ਼ਾਮ ਨੂੰ ਆਉਂਦੇ ਸੀ ਔਫਿਸ, ਲੋਕਣ ਵਾਲਾ ਨੇੜੇ ਸੀਗਾ, ਮੈਂ ਆਪਣੇ ਘਰ ਲੇਟਿਆ ਪਿਆ ਲੰਚ ਕਰਕੇ। ਪਹਿਲਾਂ ਤਾਂ ਮੇਰਾ ਮਨ ਕੀਤਾ ਵੀ ਯਾਰ ਹੋਣਾ ਤਾਂ ਹੈ ਨਹੀਂ, ਫਿਰ ਵੀ ਮੈਂ ਉਹ 4 ਵਜੇ ਆਉਂਦੇ ਸੀ, ਮੈਂ 5:30 ਦੇਖਿਆ, ਚੱਲ ਚਾਹ ਪੀ ਕੇ, ਮੈਂ ਕਿਹਾ ਆ ਤਾਂ ਹੈਗਾ। ਓਕੇ ਜੀ। ਮੈਂ ਫਿਰੋਜ਼ ਖਾਨ ਦੇ ਦਫ਼ਤਰ ਪਹੁੰਚ ਗਿਆ, ਸਾਗਰ ਕਹਿੰਦਾ ਕਿਆ ਹਾਲ ਹੈ ਬੈਠੋ। ਕਹਿੰਦਾ ਯਾਰ ਕੱਲ੍ਹ ਤੂੰ ਐਵੇਂ ਕਹਿਤਾ, ਉਹ ਪੰਜਾਬੀ ਸੀਗੇ ਵਿਚਾਰੇ, ਅਤੇ ਉਹ ਕਹਿੰਦਾ ਤੂੰ ਕੱਲ੍ਹ ਐਵੇਂ ਕਿਉਂ ਕਹਿਤਾ, ਮੈਂ ਫਿਲਮਾਂ ਕਰ ਰਿਹਾ, ਕੀ ਲੋੜ ਸੀ, ਕੀ ਲੋੜ ਸੀ। ਕਹਿੰਦਾ ਤੇਰੀਆਂ ਫਿਲਮਾਂ ਪਤਾ ਨਹੀਂ ਕਦੋਂ ਆਉਣੀਆਂ, ਤਾਂ 2 ਮਹੀਨੇ ਬਾਅਦ ਰਿਲੀਜ਼ ਹੈ, ਇਹ ਤਾਂ ਤਿਆਰ ਪਈ ਹੈ, ਇਹ ਤਾਂ ਡੇਟ ਪਈ ਹੈ, ਸਿਰਫ ਉਹ ਹੀ ਰਹਿੰਦਾ, ਬਾਕੀ ਹੈ ਹੀ ਨਹੀਂ ਸੀ। ਔਰ ਤੈਨੂੰ ਪਸੰਦ ਵੀ ਕੀਤਾ, ਕਹਿੰਦਾ ਬਾਅਦ 'ਚ ਗੱਲ ਵੀ ਕਰ ਰਹੇ ਸੀ, ਲੜਕਾ ਤਾਂ ਅੱਛਾ ਹੈ ਮਗਰ ਜੇ ਕੰਮ ਕਰ ਰਿਹਾ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਜੀ ਉਹ ਫਿਲਮਾਂ ਦਾ ਕੋਈ ਪਤਾ ਨਹੀਂ, ਫਿਰ ਵੀ ਤੂੰ ਬਹਿ ਜਾ। ਚਾਹ ਪੀਤੀ, ਗੱਪਾਂ ਮਾਰੀਆਂ, ਕੋਈ ਮੀਟਿੰਗ 'ਤੇ ਡਿਸਟ੍ਰੀਬਿਊਟਰ, ਕਿਉਂਕਿ ਲਾਸਟ ਡੇਟ ਸੀ ਨਾ, ਫਿਲਮ ਵੇਚ ਰਹੇ ਸੀ, ਅਤੇ ਉਹ ਜਦੋਂ ਗਏ ਅਤੇ ਉਹਨਾਂ ਦਾ ਡਿਊਪਲੈਕਸ ਸੀਗਾ, ਉਹ ਮਤਲਬ ਉੱਤੇ ਔਫਿਸ ਸੀਗਾ, ਉਹ ਜਦੋਂ ਬਾਹਰ ਆਏ ਅਤੇ ਉਹ ਬੰਦੇ ਨੂੰ ਛੱਡਣ ਉਹ ਗਿਆ, ਮੈਨੂੰ ਦੇਖ ਕੇ ਐਂ ਕੀਤਾ ਆਓ, ਮੈਨੂੰ ਬੁਲਾ ਲਿਆ। ਹੁਣ ਦੇਖੋ ਜ਼ਰੂਰਤ ਸੀ ਵਿਚਾਰਿਆਂ ਦੀ ਜਾਂ ਕੀ ਸੀ ਜਾਂ ਕੋਈ ਆਪਸ਼ਨ ਨਹੀਂ ਸੀ, ਮੈਂ ਜਾ ਕੇ ਬਹਿ ਗਿਆ। ਤੁਹਾਡੀ ਫਿਲਮ ਕਦੋਂ ਆਏਗੀ? ਮੈਂ ਕਿਹਾ ਜੀ ਹੁਣ ਕਦੋਂ ਪਤਾ ਹੀ ਨਹੀਂ, ਪਤਾ ਵੀ ਨਹੀਂ ਸੀਗਾ ਨਾ ਕਦੋਂ ਹੋਣੀ ਆ। ਕਹਿੰਦੇ ਹਮਾਰੀ ਤੋਂ ਅਭੀ ਰਿਲੀਜ਼ ਹੈ 2-3 ਮਹੀਨੇ ਮੈਂ। ਹਾਂਜੀ। ਡਰਾਈਵਿੰਗ ਆਤੀ ਹੈ? ਮੈਂ ਕਿਹਾ ਜੀ ਹਾਂਜੀ ਆਉਂਦੀ ਹੈ, ਮੈਨੂੰ ਨਹੀਂ ਸੀ ਆਉਂਦੀ। ਅੱਛਾ ਜੀ। ਕਾਰ ਕੂਰ ਚਲਾਉਣੀ ਨਹੀਂ ਸੀ ਆਉਂਦੀ? ਸਕੂਟਰੀ ਆਉਂਦਾ ਸੀ, ਸਕੂਟਰੀ ਆਉਂਦਾ ਸੀ। ਕਹਿੰਦੇ ਡਰਾਈਵਿੰਗ ਆਤੀ? ਮੈਂ ਕਿਹਾ ਜੀ ਆਤੀ ਹੈ। ਮੈਂ ਕਿਹਾ ਸ਼ੂਟਿੰਗ ਕਭੀ ਹੈ? ਕਹਿੰਦੇ ਮੈਂ 2-3 ਦਿਨ ਮੈਂ। ਇਹ ਵੀ ਟੈਨਸ਼ਨ ਬਣ ਗਈ ਇੱਕ। ਮੈਂ ਜਦ ਨਹੀਂ ਟੈਨਸ਼ਨ ਕੀ, ਮੈਂ ਤਾਂ ਉੱਥੋਂ ਇਹ ਹੋਇਆ ਵੀ ਮੈਨੂੰ ਕਹੋ ਸਹੀ, ਮੈਂ ਡੇ ਨਾਈਟ ਕਾਰ ਚਲਾ ਕੇ ਸਿੱਖ ਲੂੰਗਾ। ਇਹ ਜਜ਼ਬਾ ਸੀਗਾ? ਜਜ਼ਬਾ ਤਾਂ ਤੂੰ ਤਾਂ ਗੁਰਦੁਆਰੇ ਤੋਂ ਲੈ ਕੇ ਹੁਣ ਤੱਕ ਦੀ ਸਟੋਰੀ ਦੇਖ। ਜਜ਼ਬਾ ਹੀ ਹੈ। ਮੈਂ ਕਿਹਾ ਜੀ ਆਉਂਦੀ ਹੈ? ਹਾਂਜੀ। ਠੀਕ ਹੈ ਨਾ। ਉਦੋਂ ਹੀ ਕਹਿੰਦੇ ਯੂ ਆਰ ਡੂਇੰਗ ਦਾ ਰੋਲ ਡਨ ਹੈ, ਬਸ ਤੂੰ ਇਹ ਦੇਖ। ਕਹਿੰਦੇ ਕੀ ਪੀਏਗਾ? ਮੈਂ ਕਿਹਾ ਕੌਫੀ ਪਿਆ ਦੋ ਹੁਣ ਤਾਂ। ਗੱਪਾਂ ਮਾਰੀਆਂ, ਥੱਲੇ ਆਏ, ਉਹਨਾਂ ਨੇ ਸਾਗਰ ਨੂੰ ਬੁਲਾਇਆ। ਸਾਗਰ ਨੂੰ ਕਹਿੰਦੇ ਇਨਕਾ ਜੋ ਆਂਖੋਂ ਕਾ ਰੰਗ ਹੈ ਨਾ, ਹਾਂਜੀ, ਵੋ ਹੈ, ਫਿਰ ਵੀ ਇਨਕੇ ਲੈਂਸ ਡਾਲੇਂਗੇ ਹਮ, ਤੋ ਇਨਕੋ ਲੈ ਕੇ ਜਾਓ, ਕਿਉਂਕਿ 2-3 ਦਿਨ ਬਾਅਦ ਸ਼ੂਟਿੰਗ ਹੈ, ਲੈਂਸ ਬਣਵਾ ਦਿਓ, ਕੱਲ੍ਹ ਤੱਕ ਬਣ ਜਾਣੇ ਚਾਹੀਏ। ਅਤੇ ਮੈਨੂੰ ਕਹਿੰਦੇ ਆ ਕੇ ਚੈੱਕ ਚੁੱਕ ਕਰਾ ਲਈ। ਮੈਂ ਕਿਹਾ ਜੀ ਫਿਲਹਾਲ ਬਿਲਕੁਲ ਕਰਾ ਲਓ। ਹਾਂਜੀ। ਸਾਗਰ ਸਾਹਿਬ ਬੈਠੇ, ਕਹਿੰਦੇ ਯਾਰ ਰੋਲ ਮੇਨ ਵਿਲਨ ਹੈ, ਜ਼ਿੰਦਗੀ ਬਣ ਜਾਏਗੀ ਤੇਰੀ। ਮੈਂ ਕਿਹਾ ਰੱਬ ਦਾ ਸ਼ੁਕਰ ਹੈ ਮਿਲਿਆ। ਜਾ ਕੇ ਲੈਂਸ ਬਣਵਾਏ 4 ਬੰਗਲੇ, ਦੂਜੇ ਦਿਨ ਫਿਰ ਟੈਸਟ 'ਤੇ ਆਇਆ। ਪਰ ਜਦੋਂ ਇਹ ਗੱਲ ਤੈਅ ਹੋ ਗਈ ਨਾ ਸ਼ਾਮ ਨੂੰ ਆਪਣਾ 7 ਵਜੇ, ਮੈਂ ਉਹ ਲੈਂਸਾਂ ਦਾ ਦੇ ਕੇ ਮੇਜਰਮੈਂਟਸ ਨੂੰ 8 ਵਜੇ ਪਹੁੰਚਿਆ ਰਵਿੰਦਰ ਪੀਪੜ ਕੋਲ।
ਵਿਚਾਰਿਆਂ ਦੀ ਡੈਥ ਹੋ ਗਈ, ਵੱਡੇ ਅੱਛੇ ਡਾਇਰੈਕਟਰ ਸੀ ਜੀ, ਉਹ ਮੇਰੇ ਦੋਸਤ ਸੀਗੇ ਅਤੇ ਉਹਨਾਂ ਨਾਲ ਦੋਸਤੀ ਵੀ ਰਹੀ। ਗੁਲਸ਼ਨ ਕੁਮਾਰ ਦੇ ਅਸੀਂ ਉੱਥੇ ਆਫਿਸ ਜਾਂਦੇ ਹੁੰਦੇ, ਫਿਲਮਾਂ ਬਣਦੀਆਂ ਹੁੰਦੀਆਂ, ਉਹਨਾਂ ਦੀ ਫਿਲਮ ਵੀ ਕੀਤੀ ਐਜ਼ ਵਿਲਨ ਲਾਲ ਦੁਪੱਟਾ ਮਲ ਮਲਕਾ। ਅਤੇ ਮੈਂ ਕਿਹਾ ਵੀ ਬੜੇ ਯਾਰ ਇੱਕ ਕੰਮ ਆ ਗਿਆ, ਕਹਿੰਦਾ ਕੀ? ਮੈਂ ਕਿਹਾ ਗੱਡੀ ਚਲਾਉਣੀ ਸਿੱਖਣੀ, ਮੈਨੂੰ ਆਉਂਦੀ ਨਹੀਂ, ਮੈਨੂੰ ਨਹੀਂ ਆਉਂਦੀ। ਕਹਿੰਦਾ ਠੀਕ ਹੈ, ਮੈਂ ਕਿਹਾ ਕਰ ਸਿਖਾਏਗਾ? ਕਹਿੰਦਾ ਹੁਣ ਥੋੜ੍ਹੀ ਸਿਖਾਊਂਗਾ, ਕਰ ਸਹੀ। ਹੁਣ ਮੈਨੂੰ ਇਹ ਲੱਗੇ ਵੀ ਆਹ ਟਾਈਮ ਵੇਸਟ ਹੋ ਰਿਹਾ ਰਾਤ। ਦੂਜੇ ਦਿਨ ਫਿਰ ਮੈਂ ਸਵੇਰੇ ਪਹੁੰਚ ਗਿਆ, ਮੈਂ ਕਿਹਾ ਯਾਰ ਚੱਲ। ਫਿਰ ਲੋਖਣਵਾਲਾ ਦੇ ਪਿੱਛੇ ਖੁੱਲ੍ਹੀ ਸੜਕ ਸੀ, ਉੱਥੇ ਜਾ ਕੇ ਸਿੱਖੀ। ਪਹਿਲਾ ਦਿਨ ਮੈਂ 4-5 ਘੰਟੇ, ਉਹ ਕਹਿੰਦਾ ਯਾਰ ਬਸ ਬਹੁਤ ਹੋ ਗਿਆ, ਬਾਕੀ ਕੱਲ੍ਹ ਕੱਲ੍ਹ ਹੀ। ਮੈਂ ਕਿਹਾ ਟਾਈਮ ਤਾਂ ਹੈ ਨਹੀਂ, ਕੱਲ੍ਹ ਪਰਸੋਂ। ਮੈਂ ਕਹਿੰਦਾ ਤੁਸੀਂ ਐਂ ਕਰੋ ਵੀ ਹੁਣ ਮੈਂ ਤੇਰੇ ਸਾਹਮਣੇ ਚਲਾ ਰਿਹਾ ਨਾ, 25 ਤਾਂ ਗੇੜੇ ਕੱਢਦੇ, ਮੈਂ ਸਲੋ ਹੀ ਚਲਾਊਂਗਾ ਅਤੇ ਤੁਸੀਂ ਚਾਹੇ ਘਰੇ ਜਾਓ। ਕਹਿੰਦਾ ਚੱਲ ਹੌਲੀ ਹੌਲੀ ਚਲਾਈ, ਮੈਨੂੰ ਘਰ ਛੱਡ ਦੇ। ਮੈਂ ਉਹ ਗੱਡੀ 2 ਦਿਨ ਮਗਰ ਭਜਾਉਂਦਾ ਰਿਹਾ, ਭਜਾਉਂਦਾ ਰਿਹਾ, ਚਲਾਇਆ। ਫਿਰ ਵੀ ਕਹਾਣੀ ਇਹ ਹੋਈ ਕਿ ਉੱਥੇ ਮੈਂ ਸਾਗਰ ਨੂੰ ਪੁੱਛਿਆ, ਚੀਫ ਅਸਿਸਟੈਂਟ ਸੀ, ਮੈਂ ਕਿਹਾ ਯਾਰ ਮੈਨੂੰ ਇਹ ਦੱਸ ਵੀ ਉਹ ਗੱਡੀ ਕਿਹੜੀ ਚਲਾਉਣੀ ਹੈ। ਕਹਿੰਦੇ ਕੌਂਟੈਸਾ ਮੰਗਾਈ ਹੈ, ਬੜੀਆਂ ਪੁਰਾਣੀਆਂ ਆਉਂਦੀਆਂ ਸੀ ਪਹਿਲਾਂ ਕੌਂਟੈਸਾ। ਹਾਂਜੀ, ਮੈਂ ਕਿਹਾ ਅੱਛਾ ਜੀ। ਅਤੇ ਮੈਂ ਕਿਹਾ ਯਾਰ ਜਿਹੜੇ ਵੀ ਬੰਦਾ ਉੱਥੇ ਗੱਡੀ ਲੈ ਕੇ ਆਊਗਾ ਤੂੰ ਮੈਨੂੰ ਕਹਿ ਦੇਗਾ ਵੀ ਜਰਾ ਮੇਰਾ ਹੱਥ ਸਾਫ਼ ਹੋ ਜਾਏਗਾ। ਮੈਂ ਕਿਹਾ ਛੋਟੀਆਂ ਗੱਡੀਆਂ ਤਾਂ ਬਥੇਰੀਆਂ ਚਲਾਈਆਂ, ਹਾਲਾਂਕਿ 1 ਦਿਨ ਤਾਂ ਸਿੱਖੀਏ 2 ਦਿਨ, ਮੈਂ ਕਿਹਾ ਬਹੁਤ ਗੱਡੀਆਂ ਚਲਾਈਆਂ ਤੁਸੀਂ, ਮੈਂ ਕਿਹਾ ਕੰਟੈਸਾ ਥੋੜ੍ਹਾ ਮੈਨੂੰ ਚਲਾਉਣ ਦੇ ਦੂਗਾ? ਕਹਿੰਦਾ ਕੋਈ ਗੱਲ ਨਹੀਂ, ਹਾਂ ਆ ਜਾ। ਕਹਿੰਦਾ ਖਾਨ ਸਾਹਿਬ ਤਾਂ 11:30 ਤੋਂ ਪਹਿਲਾਂ ਆਉਂਦੇ ਨਹੀਂ। ਮੈਂ ਕਿਹਾ ਸ਼ਿਫਟ ਕਿੰਨੇ ਵਜੇ ਦੀ? ਕਹਿੰਦਾ 9 ਵਜੇ। ਮੈਂ ਕਿਹਾ ਮੈਂ 9 ਵਜੇ ਆ ਜਾਊਂਗਾ। ਹੁਣ 9 ਵਜੇ ਅਸੀਂ ਪਹੁੰਚ ਗਏ, ਉੱਥੇ ਕੰਟੈਸਾ ਖੜ੍ਹੀ ਸੀ ਅਤੇ ਉਹ ਬੰਦੇ ਨੂੰ ਕਿਹਾ, ਕਹਿੰਦਾ ਯਾਰ ਇਹਨੂੰ ਥੋੜ੍ਹਾ ਜਿਹਾ ਚਲਾ ਲੈਣ ਦੇ। ਮੈਂ ਉਹਨੂੰ ਨਾਲ ਬਿਠਾਇਆ, ਗੇਅਰ ਗੂਰ ਬਦਲ ਕੇ ਸਲੋਲੀ ਚਲਾਈ। ਮੈਂ ਫਿਲਮ ਸਿਟੀ 'ਚ ਘੱਟ ਤੋਂ ਘੱਟ 25 ਚੱਕਰ ਕੱਟਦੇ। ਹਾਂਜੀ, ਮੈਂ ਕਿਹਾ ਯਾਰ ਚਾਹੇ ਪੈਟਰੋਲ ਪਵਾ ਲਿਓ। ਕਹਿੰਦਾ ਯਾਰ ਐਡੀ ਵੱਡੀ ਕੰਪਨੀ ਹੈ, ਪੈਟਰੋਲ ਦਾ ਕੀ, ਭਰੀ ਜਾ। ਮੈਂ 2 ਘੰਟੇ ਗੱਡੀ ਚਲਾ ਕੇ ਐਡਾ ਵਧੀਆ ਚਲਾ ਲਈ ਨਾ ਵੀ ਹੁਣ ਮੈਨੂੰ ਬਿਨਾਂ ਦੇਖੇ ਵੀ ਚਲਾ ਸਕਦਾ, ਮੇਰੀ ਤਸੱਲੀ ਹੋ ਗਈ। ਹਾਂ, ਅਤੇ ਉਹ ਫਿਲਮ ਸੀ ਅਤੇ ਜਿਹਦੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਨਹੀਂ। ਜਲਗਾਰ, ਹਾਂ ਹੁਣ ਜਲਗਾਰ ਸੀ, ਜਲਗਾਰ 'ਚ ਮੈਂ ਗੰਜਾ ਵਿਲਨ ਸੀ, ਹਾਂਜੀ, ਨਾਲ ਹੀ ਦੂਲੇ ਰਾਜਾ ਮਿਲ ਗਈ, ਕਿਉਂਕਿ ਉਹਦੇ 'ਚ ਗੰਜਾ ਬੰਦਾ ਚਾਹੀਦਾ ਸੀ ਉਹਦਾ ਭਰਾ। ਉਹਨੂੰ ਦੇਖ ਕੇ ਹੀ ਮੈਂ ਦੇਖ ਕੇ ਉਹ ਕਾਰਲੋਸ ਤਾਂ ਨਾ ਜਵਾਕ ਮੈਂ ਦੇਖਿਆ ਸੀ ਆਪ, ਜਵਾਕ ਕੀ ਅਸੀਂ ਕਾਰਲੋਸ ਇੱਕ ਦੂਜੇ ਨੂੰ ਫੋਨ ਕਰਦੇ ਹੁੰਦੇ ਨਾ ਕਾਰਲੋਸ। ਅੱਛਾ, ਉਸ ਤੋਂ ਬਾਅਦ ਫਿਰੋਜ਼ ਸਾਹਿਬ ਮੈਨੂੰ ਕਾਰਲੋਸ ਹੀ ਬੁਲਾਉਂਦੇ ਸੀ। ਅੱਛਾ ਜੀ, ਕਾਰਲੋਸ ਕੀ ਹਾਲ ਹੈ? ਫਿਰ ਉਹਨਾਂ ਨੇ ਹੋਰ ਵੀ ਕੀਤੀਆਂ? ਨਹੀਂ, ਉਸ ਤੋਂ ਬਾਅਦ ਮੇਰੇ ਕੋਲ, ਉਸ ਤੋਂ ਬਾਅਦ ਉਹਨਾਂ ਨੇ 1 ਅੱਧੀ ਫਿਲਮ ਬਣਾਈ ਸ਼ਾਇਦ ਆਪਣੇ ਮੁੰਡੇ ਨੂੰ ਲੈ ਕੇ। ਅੱਛਾ ਜੀ, ਪ੍ਰਾਣ ਸਾਹਿਬ ਨਾਲ ਵੀ ਕੰਮ ਕੀਤਾ? ਪ੍ਰਾਣ ਸਾਹਿਬ ਨਾਲ ਬਥੇਰਾ ਕੰਮ ਕੀਤਾ। ਹਾਂ, ਉਹੀ ਕਹਿੰਦਾ ਵੀ ਪ੍ਰਾਣ ਸਾਹਿਬ ਨਾਲ ਬਥੇਰਾ ਕੰਮ, ਫਿਰ ਤੂੰ ਉਹਨਾਂ ਨਾਲ ਦੋਸਤੀ ਵੀ ਬਣ ਜਾਂਦੀ। ਦੋਸਤੀ ਬਣ ਗਈ, ਇਹ ਕਹਾਣੀ ਮੈਂ ਤੁਹਾਨੂੰ ਦੱਸਦਾ। ਹਾਂਜੀ, ਸੁਣਨ ਵਾਲੀ ਗੱਲ ਹੈ ਜਨਾਬ। ਹਾਂਜੀ, ਪ੍ਰਾਣ ਸਾਹਿਬ ਨਾਲ ਮੈਂ ਮਨੋਜ ਕੁਮਾਰ ਸਾਹਿਬ ਦੀ ਫਿਲਮ ਕਰ ਰਿਹਾ ਸੀਗਾ, ਮੇਰਾ ਹਿੰਦੁਸਤਾਨ, ਸ਼ੂਟਿੰਗ ਊਟੀ। ਊਟੀ, ਹਾਂ। ਅਤੇ ਹਾਲਾਂਕਿ ਇਹ ਆਪਣਾ ਮਨੋਜ ਸਾਹਿਬ ਸਾਨੂੰ ਬਾਏਅਰ ਲੈ ਕੇ ਆਇਆ ਸੀ। ਹਾਂਜੀ, ਦਿੱਲੀ ਤੋਂ ਛੋਟਾ ਡਕੋਟਾ ਟਾਈਪ ਜਹਾਜ਼ ਸੀ ਜਿਹਦੇ 18 ਸੀਟਾਂ, ਅਸੀਂ ਡਰਦੇ ਹੀ ਰਹੇ ਕਿਉਂਕਿ ਚੋਲ ਚਾਲ ਬੜੀ ਕਰਦਾ ਸੀਗਾ, ਮਨੀਸ਼ਾ ਕੋਇਰਾਲਾ ਸੀ, ਅਤੇ ਉਹ ਚੱਕਰ ਸੀ। ਅਤੇ ਅਸੀਂ ਪਹੁੰਚ ਗਏ ਜੀ ਉੱਥੇ ਜੀ, ਅਤੇ ਮਨੋਜ ਸਾਹਿਬ ਨਾਲ ਮੈਂ ਕਾਫੀ ਦੋਸਤੀ ਹੋ ਗਈ ਸੀ। ਅਤੇ ਉਹ ਕਰਦੇ ਕਰਦੇ ਇਹ ਹੋਇਆ ਕਿ ਉੱਥੇ ਪਹੁੰਚੇ ਅਤੇ ਗੱਲ ਇੱਕ ਹੋ ਗਈ, ਮੈਂ ਪ੍ਰਾਣ ਸਾਹਿਬ, ਅਸੀਂ ਤਾਂ ਐਂ ਹੱਥ ਬੰਨ ਕੇ ਬੈਠੇ ਰਹਿੰਦੇ ਸੀ ਨਾ, ਅਸੀਂ ਤਾਂ ਥੱਲੇ ਹੀ ਬਹਿ ਜਾਂਦੇ ਵੀ ਇਹ ਤਾਂ ਮਤਲਬ ਸਾਡੇ ਲਈ ਤਾਂ ਬਹੁਤ ਵੱਡੀ ਚੀਜ਼ ਨੇ, ਹੈ ਨਾ। ਅਤੇ ਇਹਨਾਂ ਨੂੰ ਕੋਈ ਸਵਾਲ ਪੁੱਛਣਾ ਤਾਂ ਬੜੇ ਪਿਆਰ ਔਰ ਅਦਬ ਨਾਲ ਜ਼ਿਆਦਾ ਗੱਲ ਕਰੀਏ, ਹੈ ਨਾ, ਸਾਡੇ ਲਈ ਤਾਂ ਭੀਸ਼ਮ ਪਿਤਾਮਾ ਨੇ। ਹਾਂਜੀ, ਮੈਂ ਪ੍ਰਾਣ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਸਰ ਮੈਂ ਐਕਟਿੰਗ ਤੋਂ ਠੀਕ ਹੀ ਕਰ ਲੈਤਾ ਹੂੰ, ਪਤਾ ਨਹੀਂ ਅੱਛਾ ਕਰਦੇ ਹੋ, ਮੈਨੇ ਦੇਖਾ। ਮੈਂ ਕਿਹਾ ਸਰ ਪੈਸੇ ਨਹੀਂ ਦਿੰਦੇ ਲੋਕ, ਔਰ ਦੂਜੀ ਕਹਾਣੀ ਹੈ ਸਾਨੂੰ ਟ੍ਰੇਨਾਂ 'ਤੇ ਭਜਾਈ ਫਿਰਦੇ ਨੇ, ਤਾਂ ਮਨੋਜ ਸਾਹਿਬ ਬਾਹਰ ਲੈ ਕੇ ਆਏ, ਖੁਸ਼ੀ ਹੋਈ, ਕੋਈ ਗੱਲ ਨਹੀਂ ਮਤਲਬ ਬਣ ਰਹੀ, ਸਵਾਦ ਨਹੀਂ ਆ ਰਿਹਾ। ਉਹਨਾਂ ਨੂੰ ਇਹ ਨਹੀਂ ਪਤਾ ਨਾ ਵੀ ਇਹਦਾ ਬੈਕਗਰਾਊਂਡ ਕਿੱਥੇ, ਯੂਨੀਵਰਸਿਟੀ ਲੈਕਚਰਰ ਕਿੱਥੇ, ਇੰਨੀਆਂ ਤਕੜੀਆਂ ਪੋਸਟਾਂ, ਮੈਂ ਪਬਲਿਕ ਰਿਲੇਸ਼ਨ ਆਫਿਸਰ ਵੀ ਰਿਹਾ। ਤੁਸੀਂ ਭਾਜੀ ਡਬਲ ਐਮਏ ਕੀਤੀ ਆ? ਹਾਂ, ਹੁਣ ਉਹ ਕਰਦਾ ਮੈਂ ਇੰਨਾ ਕੁਛ ਦੇ ਕੇ, ਅਤੇ ਨਾਭੇ ਵੀ ਪੜ੍ਹਾਇਆ, ਉਹ ਵੀ ਟੌਪ ਦਾ ਸਕੂਲ ਹੈ, ਟੂਰਿਜ਼ਮ ਡਿਪਾਰਟਮੈਂਟ ਰਿਹਾ, ਪਬਲਿਕ ਰਿਲੇਸ਼ਨ ਡਿਪਾਰਟਮੈਂਟ ਰਿਹਾ, ਸਭ ਜੋਬਾਂ ਛੱਡੀਆਂ, ਅਤੇ ਲਾਸਟ ਜੋਬ ਸੀ ਮੇਰੀ BPS ਜੀ। ਅਤੇ ਉਹ ਕਰਦੇ ਕਰਦੇ ਮੈਂ ਕਿਹਾ ਯਾਰ ਇੰਜ ਨਹੀਂ, ਉਹ ਫੀਲਿੰਗ ਹੁੰਦੀ ਸੀ ਯਾਰ ਜੋ ਸਟੇਟਸ ਹੈ ਮਾਇੰਡ ਦੇ ਵਿੱਚ, ਕਹਿੰਦੇ ਦਾਰੂ ਪੀਣਾ, ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਕਮਰੇ 'ਚ ਆ ਜਾਈ,
ਜਦੋਂ ਸ਼ੂਟਿੰਗ ਪੈਕਅਪ ਹੋਇਆ ਉਦੋਂ ਇੱਕ ਡੇਢ ਘੰਟਾ ਬਾਅਦ ਉਹ ਜਾ ਕੇ ਫਰੈਸ਼ ਫਰੂਸ਼ ਹੋਣਾ ਹੁੰਦਾ ਬੈਠੇ ਕਹਿੰਦੇ ਬਹਿ ਕੇ ਬਣਾ ਮੈਂ ਕਿਹਾ ਜੀ ਤੁਸੀਂ ਦੱਸੋ ਕਿੰਨਾ ਕੁ ਪਾਉਣਾ ਮੈਨੂੰ ਨਹੀਂ ਨੂੰ ਪਤਾ ਕਹਿੰਦਾ ਨੋਰਮਲ ਪੈਕ ਮੈਂ ਕਿਹਾ ਨੋਰਮਲ 30 ml ਨਹੀਂ ਨਹੀਂ ਪਟਿਆਲਾ ਵੱਡਾ ਮੈਂ ਬਣਾ ਲਈ 2 ਪੈਕ ਪੀਤਾ ਕਿਹੜੀ ਜਗ੍ਹਾ ਤੋਂ ਹੈ ਕੀ ਹੈ ਨੋਰਮਲ ਗੱਲਾਂ ਕਰੀਏ ਉਹਨਾਂ ਦੀ ਜਿਹੜੀ ਹੁਣ ਮੈਂ ਗੱਲ ਸੁਣਾਊਂਗਾ ਇਹ ਸਿਕਸ਼ਾ ਹੈ ਨਵੇਂ ਬੰਦਿਆਂ ਲਈ ਨਵੇਂ ਮੁੰਡੇ ਜਿਹੜੇ ਸਿੱਖਣਾ ਚਾਹੁੰਦੇ ਆ ਜਿਹੜੇ ਸਾਡੇ ਬੰਦੇ ਆਉਂਦੇ ਮੈਂ ਉਹਨਾਂ ਨੂੰ ਸੋਚਿਆ ਪੁਰਾਣ ਸਾਹਿਬ ਉਹੀ ਗੱਲ ਹੈ ਕਿ ਆਹ ਕਮੀ ਮਹਿਸੂਸ ਕਰ ਰਿਹਾ ਸਵਾਦ ਜਿਹਾ ਨਹੀਂ ਆ ਰਿਹਾ ਪੈਸੇ ਨਹੀਂ ਦੇ ਰਹੇ ਦੂਜਾ ਇੱਕ ਸਟੇਟਸ ਜਿਹਾ ਹੁੰਦਾ ਕਹਿੰਦਾ ਇੱਕ ਕੰਮ ਕਰਨਾ ਪਏਗਾ ਨਹੀਂ ਕਹਿੰਦਾ ਦੱਸੋ ਕਹਿੰਦੇ ਤੂੰ ਆਪਣੀ ਪਰਸਨੈਲਿਟੀ 'ਚ ਤੇਰੀ ਆਵਾਜ਼ ਅੱਛੀ ਹੈ ਤੂੰ ਆਪਣੀ ਪਰਸਨੈਲਿਟੀ 'ਚ ਆਪਣੀ ਐਕਟਿੰਗ 'ਚ ਐਸੇ ਤੇਵਰ ਪੈਦਾ ਕਰ ਮਿਹਨਤ ਕਰਕੇ ਕਿ ਤੇਰਾ ਆਲਟਰਨੇਟਿਵ ਮਾਰਕੀਟ 'ਚ ਨਾ ਹੋਵੇ ਬਸ ਵੀ ਜਿੱਤੇ ਚਾਹੀਦਾ ਇਹ ਚਾਹੀਦਾ ਤੇ ਇਹੀ ਚਾਹੀਦਾ ਕਹਿੰਦੇ ਵੀ ਇਹ ਤੁਸੀਂ ਇੰਜ ਕਰੋ ਐਸਾ ਸਟਾਈਲ ਪੈਦਾ ਕਰ ਰੈਸਲਾਂ ਕਰ ਸ਼ੀਸ਼ੇ ਸਾਹਮਣੇ ਖੜ ਕੇ ਦੂਜਾ ਕਰ ਜੇ ਉਹ ਤੇਵਰ ਬਣਾ ਤਾਂ ਕਿ ਤੇਰਾ ਆਲਟਰਨੇਟਿਵ ਮਾਰਕੀਟ 'ਚ ਹੋਵੇ ਨਾ ਲੈਣਾ ਤਾਂ ਲੈਣੀ ਹੈ ਜਿਵੇਂ ਹੁਣ ਅਸੀਂ ਨਹੀਂ ਕਹਿੰਦੇ ਯਾਰ ਆਹ ਰੋਲ ਤੁਸੀਂ ਨਾ ਨਸੀਰਉਦੀਨ ਸ਼ਾਹ ਨੂੰ ਲੈ ਲਓ ਬਾਕੀ ਤੁਹਾਡੀ ਮਰਜ਼ੀ ਹੈ ਉਹ ਕਮਾਲ ਕਰੂਗਾ ਜਾਂ ਇਹ ਰੋਲ ਦੇ ਵਿੱਚ ਮਤਲਬ ਪਰੇਸ਼ ਰਾਵਰ ਨੂੰ ਲੈ ਲਓ ਕਮਾਲ ਕਰੋ ਬਾਕੀ ਤੁਹਾਡੀ ਮਰਜ਼ੀ ਅਮਰੀਸ਼ ਪੁਰੀ ਹਾਂਜੀ ਹੋਰ ਬਹੁਤ ਨੇ ਆਪਣੇ ਸੰਜੀਵ ਕੁਮਾਰ ਜਿਹੜੇ ਐਕਟਰ ਸੀ ਇਹ ਕਮਾਲ ਸੀ ਕਹਿਣ ਦਾ ਮਤਲਬ ਹੈ ਵੀ ਉਹ ਸਟੇਟਸ ਬਣਾ ਲਾ ਫਿਰ ਮੈਂ ਉਹਦੇ ਵਿੱਚ ਇਹ ਲੱਗਾ ਰਿਹਾ ਫਿਰ ਮੈਂ 2-3 ਚੀਜ਼ਾਂ ਨੂੰ ਤੋਂ ਇੰਸਪਾਇਰ ਹੋਇਆ ਇੱਕ ਤਾਂ ਉਤਪਲ ਦੱਤ ਮੈਂ ਕਹੋ ਲਈ ਐਕਟਰ ਸੀ ਬਹੁਤ ਤਕੜਾ ਐਕਟਰ ਸੀ ਉਹਦੀ ਫਿਲਮ ਅਜੇ ਵੀ ਮੈਨੂੰ ਯਾਦ ਹੈ ਅਮਾਨੁਸ਼ ਉੱਤਮ ਕੁਮਾਰ ਨਾਲ ਹੀ ਸੀ ਅਤੇ ਉਹਦੇ 'ਚ ਉਹਦੇ ਡਾਇਲੋਗ ਸੀ ਕਮਾਲ ਉਹ ਡਾਇਲੋਗ ਮੈਂ ਬੋਲ ਬੋਲ ਕੇ ਮਤਲਬ ਤੇਵਰ ਫੜੇ ਦੂਜਾ ਪ੍ਰਾਮ ਸਾਹਿਬ ਇਹ ਦੋਨਾਂ ਬੰਦਿਆਂ ਦੀ ਪਲੱਸ ਅਮਰੀਸ਼ ਪੁਰੀ ਲਾ ਲਾ ਇਹਨਾਂ ਦੋਨਾਂ ਤਿੰਨਾਂ ਦੀ ਨਾ ਮੇਰੇ 'ਤੇ ਪ੍ਰਭਾਵ ਹੈ ਮੈਂ ਮਤਲਬ ਐ ਨੀ ਕਰਦਾ ਕਿ ਮੈਂ ਨਕਲ ਕਰ ਰਿਹਾ ਨਕਲ ਨਹੀਂ ਕਰ ਦੇਖਿਆ ਜਾਣੀ ਉਹਨਾਂ ਤੋਂ ਇੰਸਪਾਇਰ ਹੁੰਦਾ ਉਹਨਾਂ ਦੇ ਨਾਲ ਮੈਂ ਮਤਲਬ ਉਹਨਾਂ ਦੇ ਤੇਵਰ ਉਹਨਾਂ ਦੀ ਕਹਾਣੀ ਜਾਂ ਰਿਫਲੈਕਸ ਜੋ ਵੀ ਕਹਿਣਾ ਇਹ ਤਿੰਨ ਬੰਦਿਆਂ ਤੋਂ ਪ੍ਰਾਮ ਸਾਹਿਬ ਅਮਰੀਸ਼ ਪੁਰੀ ਅਤੇ ਉਤਪਲ ਦੱਤ ਇਹਨਾਂ ਤਿੰਨਾਂ ਨੂੰ ਮੈਂ ਕੰਬਾਈਨਡ ਕਰਕੇ ਆਪਣਾ ਇੱਕ ਸਟਾਈਲ ਬਣਾਇਆ ਜਿਹਦੇ ਕਰਕੇ ਐਂ ਹੁੰਦਾ ਵੀ ਹਾਂ ਭਾਈ ਜਿੱਥੇ ਇਹ ਚਾਹੀਦੇ ਨੇ ਉੱਥੇ ਇਹੀ ਚਾਹੀਦੇ ਰੱਬ ਦੀ ਬਾਕੀ ਤਾਂ ਹੋਰ ਕਹਾਣੀਆਂ ਅਤੇ ਭਾਅ ਜੀ ਇੱਕ ਇਹ ਜਿਵੇਂ ਹੁਣ ਤੁਹਾਨੂੰ ਲੱਗਦਾ ਮੈਂ ਇਹ ਸੋਚਦਾ ਹੁੰਦਾ ਵੀ ਜਿਵੇਂ ਐਕਟਰ ਹੈ ਹੁਣ ਤੁਸੀਂ ਇੰਨੇ ਸਾਲ ਦਿੱਤੇ ਆ ਤੁਹਾਡੇ ਲਈ ਕੁਛ ਚੀਜ਼ਾਂ ਔਖੀਆਂ ਹੀ ਨਹੀਂ ਹੁੰਦੀਆਂ ਕਿਉਂਕਿ ਰਹਿਸਲਾਂ ਹੀ ਇੰਨੀਆਂ ਹੋ ਗਈਆਂ ਮੈਨੂੰ ਇਹ ਲੱਗਦਾ ਵੀ ਐਕਟਰਾਂ ਦੀ ਉਵੇਂ ਜਿਵੇਂ ਜਿਹੜੀ ਤੁਸੀਂ ਗੱਲ ਬੋਲੀ ਨਾ ਰਿਸਪੈਕਟ ਨਹੀਂ ਹੁੰਦੀ ਮੈਨੂੰ ਇਹ ਲੱਗਦਾ ਹੁਣ ਆ ਕੇ ਖੁੱਲ੍ਹਿਆ ਜੋਨਰ ਬਿਲਕੁਲ ਬਿਲਕੁਲ ਜੀ ਤੁਸੀਂ ਦੇਖਿਆ ਬਹੁਤ ਪਤਾ ਕੀ ਹੈ ਹੁਣ ਤਾਂ ਪਤਾ ਕੀ ਹੈ ਸਿਸਟਮ ਬਦਲੇ ਹਾਂਜੀ ਸਿਸਟਮ ਬਦਲੇ ਮੈਂ ਜਦੋਂ ਬੰਬੇ ਸੀਗਾ ਮੈਂ 4 ਲੱਖ ਦੇ ਵਿੱਚ ਪੰਜਾਬੀ ਫਿਲਮ ਹੀ ਬਣ ਜਾਂਦੀ 5-6 ਲੱਖ 'ਚ ਹਿੰਦੀ ਫਿਲਮ ਬਣ ਜਾਂਦੀ ਕਿਆ ਬਾਤ ਹੈ ਪਹਿਲਾਂ ਹਾਂ ਅਤੇ ਹੁਣ ਦੇਖੋ 15-18 ਕਰੋੜ 20 ਕਰੋੜ 'ਚ ਪੰਜਾਬੀ ਫਿਲਮ ਬਣਦੀ ਭਾਅ ਜੀ ਕਿੱਥੋਂ ਇਹ ਵੀ ਮਾੜੀ ਜੀ ਆਪਾਂ ਇਹਦੇ ਵੀ ਡਿਟੇਲ 'ਚ ਗੱਲ ਕਰੀਏ ਉਦੋਂ ਜਿਵੇਂ ਤੁਸੀਂ ਮੈਂ ਹੁਣੇ ਤੁਹਾਨੂੰ ਦੱਸ ਦਿੰਦਾ ਹਾਂਜੀ ਮੈਂ ਫਿਲਮ ਕੀਤੀ ਜੰਗਵੀਰ ਜੀ ਹਾਂਜੀ ਹਾਂਜੀ ਜੀਜਾ ਸਾਲੀ ਹਾਂਜੀ ਉਹਦੇ 'ਚ ਵਿਲਨ ਲਿਆ ਸੀਗਾ ਆਪਣਾ ਰਜ਼ਾ ਮੁਰਾਦ ਹਾਂਜੀ ਰਜ਼ਾ ਮੁਰਾਦ ਕਹਿੰਦਾ ਮੈਂ ਤਾਂ ਹੁਣ ਪੰਜਾਬੀ ਫਿਲਮਾਂ 'ਚ ਹੀਰੋ ਕਰ ਰਿਹਾ ਮੈਂ ਵਿਲਨ ਨਹੀਂ ਕਰਨਾ ਦੂਜਾ ਮੈਂ ਉਹਨਾਂ ਨੂੰ ਮਿਲਦਾ ਰਹਿੰਦਾ ਸੀ ਉਹ ਕਹਿੰਦੇ ਚਲੋ ਰਾਣੇ ਨੂੰ ਲੈ ਲੈਂਦੇ ਹਾਂਜੀ ਉਹ ਪਾਕਿਸਤਾਨੀ ਫਿਲਮ ਸੀ ਸੋਹਰਾ ਅਤੇ ਜਵਾਈ ਉਹਦਾ ਰੀਮੇਕ ਸੀ ਉਹਦੇ 'ਚ ਇੱਕ ਰਸ਼ਤੌੜੀ ਦਾ ਕਰੈਕਟਰ ਸੀ ਹਾਂਜੀ ਅਤੇ ਉਹ ਮੈਨੂੰ ਮਿਲ ਗਿਆ ਅੱਛਾ ਕੌਮੇਡੀ ਫਿਲਮ ਸੀ ਭੁੱਲ ਜਾਂਦਾ ਰਿਸ਼ਤੇ ਅਤੇ ਉਹ ਬਹੁਤ ਅੱਛਾ ਸੀ ਉਹ ਫਿਲਮ ਦਾ ਬਜਟ ਉਹਨਾਂ ਨੇ 4 ਲੱਖ ਰੱਖਿਆ ਸੀ ਹਾਂਜੀ ਬਾਹਰ ਜੇ ਉਹਦਾ 4.5 ਲੱਖ ਖਰਚਾ ਹੋ ਗਿਆ ਇੱਕ ਦਿਨ ਮੈਂ ਬੈਠਾ ਮੈਂ ਕਿਹਾ ਯਾਰ ਹੁਣ ਜੀ ਕੀ ਤੁਹਾਡਾ ਮੂਡ ਜਿਹਾ ਔਫ ਲੱਗ ਰਿਹਾ ਕਹਿੰਦਾ ਯਾਰ 4 ਲੱਖ ਬਜਟ ਸੀ 4.5 ਲੱਖ ਖਰਚਾ ਹੋ ਗਿਆ ਹੁਣ 50,000 ਕਿੱਥੋਂ ਕਵਰ ਹੋਊ ਉਹ ਨਾ ਫਾਈਨਾਂਸ ਲੈ ਕੇ ਫਿਲਮਾਂ ਬਣਾਉਂਦੇ ਸੀ ਨਾ ਉਹਨਾਂ 'ਤੇ ਉਹ ਚੜ੍ਹਦਾ ਸੀ ਵਿਆਜ ਲੈ ਕੇ ਉਹ ਫਿਲਮ ਲੱਗੀ ਜੀ ਓਪਰੇਸ਼ਨ ਬਲਿਊ ਸਟਾਰ ਤੋਂ 6 ਮਹੀਨੇ ਬਾਅਦ ਅੱਛਾ ਗੋਲਡਨ ਟੈਂਪਲ ਤੋਂ 1 ਕਿਲੋਮੀਟਰ ਦੂਰ 'ਤੇ ਔਰ ਸਿਲਵਰ ਜੁਬਲੀ ਹੋ ਜਾਓ ਠੀਕ ਹੈ ਕਮਾਲ ਕੀਤਾ ਕਮਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਫਿਲਮ ਦੂਜੀ ਬਣਾਈ ਉਹਦਾ 5 ਲੱਖ ਬਜਟ ਸੀ ਉਹਦਾ 6 ਹੋ ਗਿਆ ਉਹ ਫਿਰ ਪਛਤਾਈ ਗਏ ਪਰ ਉਹ ਵੀ ਕਵਰ ਹੋਇਆ ਵੋਟੀ ਹੱਥ ਸੋਟੀ ਫਿਰ ਉਸ ਤੋਂ ਬਾਅਦ ਚੰਨ ਪ੍ਰਦੇਸੀ ਸ਼ੁਰੂ ਕਰਾਉਣ ਵਾਲਾ ਮੈਂ ਹੀ ਸੀਗਾ ਅੱਛਾ ਜੀ ਅਤੇ ਚੰਨ ਪ੍ਰਦੇਸੀ ਬਣੀ ਜੀ
14 ਲੱਖ ਚ ਉਹ ਕਹਿੰਦੇ ਪਾਗਲ ਨੇ ਯਾਰ ਤਿੰਨ ਫਿਲਮਾਂ ਦੇ ਪੈਸੇ ਖਰਚ ਤੇ ਕਿੱਥੇ ਕਵਰ ਇਹ ਪੂਰੀ ਉਹ ਫਿਲਮ ਪੂਰੀ ਸੁਪਰਹਿੱਟ ਹੋਈ ਪੈਸੇ ਕਮਾਏ ਫਿਰ ਇੰਜ ਹੀ ਕਰਦੇ ਕਰਦੇ ਇੱਕ ਫਿਲਮ ਬਣੀ ਕਚਹਿਰੀ ਵਿਜੇ ਟੰਡਨ ਵਿਜੇ ਟੰਡਨ ਉਹਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਉਹ ਫਿਲਮ ਤੇ 25 ਲੱਖ ਖਰਚਾ ਹੋਇਆ ਉਹ ਵੀ ਜ਼ਿਆਦਾ ਲੱਗਦੇ ਸੀ ਉਹਦੇ ਐਂ ਲੱਗਦਾ ਚਾਰ ਪਿਕਚਰਾਂ ਦੇ ਪੈਸੇ ਯਾਰ ਕਿਵੇਂ ਕਵਰ ਹੋਣਗੇ ਉਹ ਸੀ 25 ਲੱਖ ਫਿਰ ਉਸ ਤੋਂ ਬਾਅਦ 51 ਲੱਖ 'ਚ ਫਿਲਮ ਬਣੀ ਸ਼ਹੀਦ ਏ ਮੁਹੱਬਤ ਬੂਟਾ ਸਿੰਘ ਹਾਂ ਉਹ ਕਹਿੰਦੇ ਯਾਰ ਗੁਰਦਾਸ ਮਾਨ ਪੈਸੇ ਕਮਾਉਂਦੇ ਪੈਸਿਆਂ ਦੀ ਮਸ਼ੀਨ ਹੈ ਹਾਂਜੀ ਹੈਗਾ ਪਰ ਇਹਨਾਂ ਨੇ ਖੁੱਲ੍ਹ ਕੇ ਖਾੜੇ ਚਲੇ ਜਾਂਦੇ ਆ ਕਵਰ ਕਿਵੇਂ ਹੋਊਗਾ ਹਾਂ ਕਵਰ ਕਿਵੇਂ ਹੋਊਗਾ ਹਾਂ ਉਹ ਵੀ ਹੋਏ ਜੀ ਕਵਰ ਫਿਰ ਜਸਪਾਲ ਭੱਟੀ ਨੇ ਫਿਲਮ ਬਣਾਈ ਮਾਹੌਲ ਠੀਕ ਹੈ ਮਾਹੌਲ ਠੀਕ ਹੈ ਹਾਂਜੀ ਉਹਦੇ 'ਤੇ ਵੀ ਖੁੱਲ੍ਹਾ ਉਹਨਾਂ ਨੇ ਕੰਮ ਕੀਤਾ ਭਾਈ ਇਹ ਸ਼ੁਰੂਆਤਾਂ ਸੀ ਹੈ ਨਾ ਹਾਂ ਸ਼ੁਰੂਆਤ ਨੇ ਹਾਂਜੀ ਉਹ ਫਿਲਮ ਮੈਨੂੰ ਫੋਨ ਆਇਆ ਬੰਬੇ ਲੈਂਡਲਾਈਨ 'ਤੇ ਕਹਿੰਦੇ ਜੀ ਇੱਕ ਪੰਜਾਬੀ ਫਿਲਮ ਬਣ ਰਹੀ ਹੈ ਜਸਪਾਲ ਭੱਟੀ ਬਣਾ ਰਹੇ ਨੇ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਹਾਂਜੀ ਹੁਣ ਮੈਂ ਕਿਹਾ ਜੀ ਮੈਂ ਤਾਂ ਪੰਜਾਬੀ ਵੀ ਹਾਂ ਮੈਂ ਤਾਂ ਬੰਬੇ ਹਿੰਦੀ ਫਿਲਮਾਂ ਉਹ ਹਿੰਦੀ ਫਿਲਮਾਂ ਕਰਕੇ ਬੋਲ ਲੈਂਦਾ ਨਾ ਆਦਮੀ ਹਾਂਜੀ ਅਤੇ ਉਹ ਫਿਲਮ ਕੀਤੀ ਜੀ ਹਾਂਜੀ ਠੀਕ ਹੈ ਨਹੀਂ ਉਹ ਫਿਲਮ ਵੀ ਸੁਪਰਹਿੱਟ ਹੋਈ ਫਿਰ ਆ ਗਏ ਮਨਮੋਹਨ ਸਿੰਘ ਜੀ ਆਇਆਂ ਨੂੰ 1.25 ਕਰੋੜ ਦੀ ਫਿਲਮ ਯਾਨੀ ਇੰਜ ਬਜਟ 4 ਲੱਖ ਤੋਂ ਲੈ ਕੇ 5 ਲੱਖ ਤੋਂ 5 ਕਰੋੜ ਤੱਕ ਪਹੁੰਚੇ ਫਿਰ 10 ਤੱਕ ਪਹੁੰਚੇ ਹੁਣ ਜਿਹੜੀ ਪੰਜਾਬੀ ਫਿਲਮ ਹੈ ਹੁਣ ਜਿਵੇਂ ਕੈਰੀ ਔਨ ਜੱਟਾ ਗਿੱਪੀ ਗਰੇਵਾਲ ਨੇ ਬਣਾਈ ਉਹ 18 ਕਰੋੜ 'ਚ ਬਣੀ ਅਤੇ 4-5 ਕਰੋੜ ਉਹਨਾਂ ਨੇ ਉੱਤੇ ਪਬਲਿਸਿਟੀ 'ਤੇ ਲਾਇਆ ਕਿਉਂਕਿ ਸਲਮਾਨ ਖਾਨ ਦੇ ਸ਼ੋਅ 'ਚ ਦੂਜੇ ਸ਼ੋਅ 'ਚ ਕਪਿਲ ਸ਼ਰਮਾ ਦੇ ਸ਼ੋਅ 'ਚ ਆਮੀਰ ਖਾਨ ਉਹ ਸਾਰੇ ਤੇ ਪਬਲਿਸਿਟੀ ਕੀਤੀ ਉਹ ਤਾਂ ਫ੍ਰੀ ਹੁੰਦੀ ਨਹੀਂ ਉਹ ਫਿਲਮ ਨੇ 107 ਕਰੋੜ ਦਾ ਬਿਜ਼ਨਸ ਕੀਤਾ ਹੁਣ ਫਿਰ ਕਮਾਉਣ ਵੀ ਉਨੇ ਹੀ ਲੱਗ ਗਏ ਹੁਣ ਤਾਂ ਮਤਲਬ ਕੀ ਹੈ ਕਿ ਫਿਲਮ 15-20 ਕਰੋੜ ਤੱਕ ਵੀ ਲੱਗਦੀ ਹੈ ਜਿਵੇਂ ਮਸਤਾਨੇ ਸੀ ਹਾਂਜੀ ਹੈ ਨਾ ਉਹ ਦੂਜੀਆਂ ਫਿਲਮਾਂ ਮਹਿੰਗੀਆਂ ਦੀ ਅਰਦਾਸ ਕਰਾਂ ਦੁਬਾਰਾ ਅਰਦਾਸ ਕਰਾਂ ਫਿਰ ਆਪਣਾ ਬੀਬੀ ਰਜਨੀ ਤੇ ਕਹਿਣ ਦਾ ਮਤਲਬ ਹੈ ਕਿ ਗ੍ਰਾਫ 4 ਲੱਖ ਜਾਂ 5 ਲੱਖ ਤੋਂ ਲੈ ਕੇ 5 ਕਰੋੜ ਤੱਕ ਅਤੇ ਹੁਣ 20 ਕਰੋੜ ਤੱਕ ਵੀ ਬਣਦੇ ਆਹ ਜਿਹੜੀ ਮੈਂ ਫਿਲਮ ਕਰਨ ਜਾ ਰਿਹਾ ਸਰਬਾਲਾ ਹਾਂਜੀ ਟਿਪਸ ਦੀ ਫਿਲਮ ਐਮੀ ਵਿਰਕ ਮੇਰੇ ਹਿਸਾਬ ਨਾਲ ਐਮੀ ਵਿਰਕ ਔਰ ਗਿੱਪੀ ਗਰੇਵਾਲ ਸਰਗੁਣ ਮਹਿਤਾ ਹਾਂ ਸਰਗੁਣ ਮਹਿਤਾ ਅਗਲੇ ਸਾਲ ਆਉਣੀ ਹੈ ਅਗਲੇ ਸਾਲ ਹੁਣ ਚੱਲ ਰਹੀ ਸ਼ੂਟ ਹਾਂਜੀ ਅਤੇ ਹੁਣ ਇਹ ਫਿਲਮ ਦਾ ਬਜਟ ਮੇਰੇ ਹਿਸਾਬ ਨਾਲ 25-25 ਕਰੋੜ ਆਉਣਾ ਇਹਦਾ ਮਤਲਬ 5 ਲੱਖ ਤੋਂ ਲੈ ਕੇ 25 ਕਰੋੜ ਤੱਕ ਦੇਖ ਲਿਆ ਇਹਦਾ ਮਤਲਬ ਸਿਨੇਮਾ ਗਰੋ ਕਰ ਰਿਹਾ ਹਾਂ ਪੰਜਾਬੀ ਔਰ ਦੂਜੀ ਗੱਲ ਹੈ ਕਿ ਇੱਥੇ ਪੰਜਾਬ ਦੇ ਵਿੱਚ ਪੈਰਲਲ ਸਿਨੇਮਾ ਹੋ ਗਿਆ ਪਹਿਲਾਂ ਤਾਂ ਬੰਬੇ ਤੋਂ ਆਉਂਦੇ ਸੀ ਹੁਣ ਹੀਰੋ ਵੀ ਇੱਥੇ ਨੇ ਹੀਰੋਇਨਾਂ ਵੀ ਇੱਥੇ ਨੇ ਕੈਰੇਕਟਰ ਆਰਟਿਸਟ ਵੀ ਇੱਥੇ ਨੇ ਫਾਈਟ ਮਾਸਟਰ ਇੱਥੇ ਨੇ ਪ੍ਰੋਡਕਸ਼ਨ ਹਾਊਸ ਇੱਥੇ ਨੇ ਹਰ ਹੀਰੋ ਕੋਲ ਪ੍ਰੋਡਕਸ਼ਨ ਹਾਊਸ ਹੈ ਇਹ ਸਾਰਾ ਕੁਛ ਇੰਨਾ ਵਧੀਆ ਹੋ ਗਿਆ ਇਹ ਸਿਨੇਮਾ ਗਰੋ ਕੀਤਾ ਪੰਜਾਬੀ ਸਿਨੇਮਾ ਚੰਗੀ ਗੱਲ ਹੀ ਹੈ ਚੰਗੀ ਗੱਲ ਹੈ ਕਿੰਨੇ ਲੋਕਾਂ ਨੂੰ ਬਿਜ਼ਨਸ ਮਿਲਿਆ ਇਹਨਾਂ ਬਿਜ਼ਨਸ ਮਿਲਿਆ ਔਰ ਸਾਨੂੰ ਵੀ ਕਹੇ ਸੀ ਨਾ ਵੀ ਹਿੰਦੀ ਫਿਲਮਾਂ ਕਰਦੇ ਕਰਦੇ ਹੁਣ ਮੈਂ 150 ਹਿੰਦੀ ਫਿਲਮ ਕੀਤੀ ਹੋਣੀ ਹੈ ਹਾਂ 150 100 ਪੰਜਾਬੀ ਹੋ ਗਈ ਹਾਂਜੀ ਵਾਹਿਦ ਮੈਂ ਇੱਕ ਐਕਟਰ ਹਾਂ ਚੰਨ ਪ੍ਰਦੇਸੀ ਤੋਂ ਲੈ ਕੇ ਹੁਣ ਤੱਕ ਹਾਂਜੀ ਦੇਖੋ ਆਪਣੀ ਇੰਡਸਟਰੀ ਤਾਂ 10-12 ਸਾਲ ਪਹਿਲਾਂ ਅਸਟੈਬਲਿਸ਼ ਹੋਈ ਹੈ ਹੁਣ ਹੀ ਹਾਂਜੀ ਹਾਂ ਜਿਹਨੇ ਮੇਰਾ ਦਿਲ ਲੁੱਟਿਆ ਤੋਂ ਹਾਂਜੀ ਜੀ ਆਇਆਂ ਨੂੰ ਤੋਂ ਨਹੀਂ ਨਹੀਂ ਜਿਹਨੇ ਮੇਰਾ ਦਿਲ ਲੁੱਟਿਆ ਤੋਂ ਬਾਅਦ ਹਾਈਪ ਹੋ ਗਈ ਸੀ ਹਾਂਜੀ ਹਾਂ ਉਹਦੇ 'ਚ ਪਹਿਲੀ ਵਾਰੀ ਔਰ ਆਖਰੀ ਵਾਰ ਆਏ ਦਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਹੈਂ ਅਤੇ ਮੈਂ ਆਪਣਾ ਦਲਜੀਤ ਦੋਸਾਂਝ ਦਾ ਸ਼ਿੰਗਾਰਾ ਹਾਂਜੀ ਕਰੈਕਟਰ ਸੀਗਾ ਉਹਦਾ ਗਾਈਡ ਹੁੰਦਾ ਹਾਂਜੀ ਪੱਲਾ ਸਾਹਿਬ ਗਾਈਡ ਹੁੰਦੇ ਨੇ ਗਿੱਪੀ ਦੇ ਉਸ ਤੋਂ ਬਾਅਦ ਐਡੀ ਵੱਡੀ ਹਿੱਟ ਹੋਈ ਉਸ ਤੋਂ ਬਾਅਦ ਲਾਈਨ ਲੱਗ ਗਈ ਲੋਕਾਂ ਨੇ ਕਿਹਾ ਹਾਂ ਮਾਰਕੀਟ ਹੈ ਫਿਲਮਾਂ ਬਣਾਓ ਉਸ ਤੋਂ ਬਾਅਦ ਆ 10-12 ਸਾਲ 'ਚ ਫਿਲਮ ਇੰਡਸਟਰੀ ਸਾਰੀ ਗਰੋ ਕੀਤੀ ਗਰੋ ਹੋ ਗਈ ਫਿਰ ਤਾਂ ਬਹੁਤ ਹੀ ਬਣ ਲੱਗ ਬਹੁਤ ਬਣੇ ਉਹ ਤੋਂ ਹੁਣ ਸਾਡੇ ਦਿਲ 'ਚ ਇਹ ਤਮੰਨਾ ਸੀ ਕਿ ਹਿੰਦੀ ਫਿਲਮਾਂ ਤਾਂ ਕਰਦੇ ਹਾਂ ਆਪਣੀ ਮਾਂ ਬੋਲੀ ਦੀਆਂ ਫਿਲਮਾਂ ਆਪਦੀ ਮੈਂ ਉਦੋਂ ਤੋਂ ਦੇਖ ਲਓ ਵੀ ਇਹ 84 'ਚ ਬਣੀ ਸੀ ਆਪਣੀ ਇਹ ਜੀਜਾ ਸਾਲੀ ਹਾਂਜੀ ਉਸ ਤੋਂ ਪਹਿਲਾਂ ਚੰਨ ਪ੍ਰਦੇਸ਼ ਸੀ ਹਾਂਜੀ ਮੈਂ ਇੱਕ ਵਾਹਿਦ ਐਕਟਰ ਹਾਂ ਜਿਹੜਾ 79 ਤੋਂ ਲੈ ਕੇ ਹੁਣ ਤੱਕ ਚਾਹੇ ਸਾਲ 'ਚ ਇੱਕ ਫਿਲਮ ਆਵੇ ਚਾਹੇ 2 ਆਉਣ ਚਾਹੇ 3-4 ਵੀ ਆਉਣ ਮੈਂ ਰੈਗੂਲਰ ਫਿਲਮਾਂ ਕਰਦਾ ਕੋਈ ਨਾ ਕੋਈ ਚੱਲਦੀ ਰਹੀ ਪਰ ਹੁਣ ਤਾਂ ਫਿਰ ਬੂਮ ਹੀ ਆ ਗਿਆ ਨਾ ਹੁਣ ਤਾਂ ਫਿਰ ਟਾਈਮ ਦੇਖਣਾ ਪੈਂਦਾ 100 ਫਿਲਮਾਂ ਥੋੜ੍ਹੀਆਂ ਹੁੰਦੀਆਂ ਪਰ ਉਹ ਪਿਛਲੀਆਂ ਵੀ ਗਿਣ ਨਾ 25-30
ਭਾਗਯਸ਼੍ਰੀ ਨੇ ਫਿਲਮ ਬਣਾਈ ਸੀ ਚੋਮਾ ਦੇਈ ਦੇ ਮਨੋਜ ਸੀਗੇ ਜਿਹੜੇ ਐਮ ਪੀ ਨੇ ਨਾ ਹਾਂਜੀ ਮਨੋਜ ਤੇ ਉਹ ਫਿਲਮ ਕੀਤੀ ਸੀ ਫਿਰ ਰਾਜਸਥਾਨੀ ਫਿਲਮਾਂ ਕੀਤੀਆਂ ਮੈਂ ਮਾਟੀ ਰਿਆਨ ਸੁਹਾਗ ਰਿਆਸ ਹਾਂਜੀ ਹਾਂ ਮਾਟੀ ਰਿਆਨ ਉਸ ਤਰ੍ਹਾਂ ਦੀ ਫਿਲਮ ਸੀ ਜਿਵੇਂ ਮਦਰ ਇੰਡੀਆ ਮਾਂ ਗੋਲੀ ਮਾਰ ਦਿੰਦੀ ਹੈ ਓਕੇ ਇਹਦੇ 'ਚ ਮਤਲਬ ਮਾਂ ਮੈਨੂੰ ਮਾਰ ਦਿੰਦੀ ਹੈ ਮੈਂ ਉਹਨਾਂ ਦਾ ਬੇਟਾ ਹੁੰਦਾ ਫਿਲਮ ਐਡਾ ਪਿੰਡ 'ਚ ਕ੍ਰਾਈਮ ਕਰਦਾ ਅਤੇ ਮਾਂ ਨੂੰ ਗੋਲੀ ਮਾਰਨੀ ਪੈ ਜਾਂਦੀ ਮਾਟੀ ਰਿਆਨ ਕੀਤੀ ਸੁਹਾਗ ਰਿਆਸ ਇਸ ਤਰ੍ਹਾਂ ਰਾਜਸਥਾਨੀ ਫਿਲਮਾਂ ਸਾਰੀਆਂ ਲੈਂਗੁਏਜ ਦੀਆਂ ਕਰ ਲਈਆਂ ਤਕਰੀਬਨ ਹਾਂ ਸਾਊਥ 'ਚ ਕੀਤੀਆਂ ਕਾਫੀ ਕਾਫੀ ਕੰਮ ਕੀਤਾ ਬਸ ਹੁਣ ਤਾਂ ਤਜਰਬਾ ਵੱਧਦਾ ਗਿਆ ਆਇਆ ਕਿ ਫਿਲਮ ਤੁਹਾਨੂੰ ਯਾਦ ਦਿਵਾਉਣੀ ਪੈਂਦੀ ਆ ਉਹ ਫਿਲਮ ਕਿਹੜੀ ਸੀ ਮੈਂ ਕਿਹਾ 9-10 ਤਾਂ ਫਿਰ ਦੱਸੀ ਤੇ ਭਾਈ ਬੰਬੇ ਹੁਣ ਤਾਂ ਪੰਜਾਬ ਹੀ ਹੋ ਤੁਸੀਂ ਪੰਜਾਬ ਮੈਂ ਆਉਂਦਾ ਜਾਂਦਾ ਰਹਿਣਾ ਹੈ ਬੰਬੇ ਅੱਛਾ ਰਹਿਸ਼ ਹੁਣ ਬੰਬੇ ਹੀ ਹੈ ਦੀ ਫਲਾਈਟ ਆ ਜਾ ਹਾਂ ਜੀ ਉਹ ਤਾਂ ਹੁਣ ਤਾਂ ਕਨੈਕਟਡ ਆ ਚੀਜ਼ਾਂ ਐਡਾ ਕੋਈ ਖਾਸ ਉਹ ਚੱਕਰ ਹੈ ਨਹੀਂ ਬਾਕੀ ਹੁਣ ਮੈਂ ਤੁਹਾਨੂੰ ਇਹੀ ਕਹਿਣਾ ਹਾਂਜੀ ਕਿ ਮੇਰੀ ਇੱਕ ਫਿਲਮ ਹੈ ਹਾਂਜੀ ਜਿਹਦਾ ਨਾਮ ਹੈ ਚੋਰ ਦਿਲ ਇਹ ਮੈਂ ਲਾਸਟ 'ਤੇ ਹੁਣ ਗੱਲ ਕਰਨੀ ਸੀ ਬਸ ਹਾਂ ਤੁਸੀਂ ਕਰਨੀ ਸੀ ਪਰ ਮੈਨੂੰ ਐਕਸਾਈਟਮੈਂਟ ਆ ਨਾ ਕਿ ਮੈਂ ਫਿਲਮ ਦੀ ਗੱਲ ਕਰਾਂ ਹੈ ਨਾ ਇਹ ਫਿਲਮ ਬਹੁਤ ਵਧੀਆ ਫਿਲਮ ਹੈ ਮੈਂ ਇਸ ਲਈ ਵਧੀਆ ਕਹਿ ਰਿਹਾ ਕਿ ਫਿਲਮਾਂ ਤਾਂ ਮੇਰੇ ਲਈ ਸਾਰੀਆਂ ਹੀ ਵਧੀਆ ਨੇ ਸਾਰੇ ਬੱਚੇ ਪਿਆਰੇ ਸਾਰੇ ਬੱਚੇ ਪਿਆਰੇ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਹਿੱਟ ਹੋਈ ਹੈ ਮੈਂ ਉਹਦੇ ਸੀਗਾ ਹਾਂਜੀ ਹੈ ਬੀਬੀ ਰਜਨੀ ਹਿੱਟ ਹੋਈ ਹੈ ਮੈਂ ਉਹਦੇ ਸੀਗਾ ਸਾਰੀਆਂ ਫਿਲਮਾਂ ਹੀ ਤੁਹਾਨੂੰ ਤੁਹਾਡਾ ਵਧੀਆ ਕਿਰਦਾਰ ਹੁੰਦਾ ਜੀ ਸਭ 'ਚ ਹਾਂਜੀ ਅਤੇ ਇਹ ਕੀ ਹੈ ਕਿ ਹੁਣ ਜਿਹੜੀ ਮੇਰੀ ਫਿਲਮ ਰਿਲੀਜ਼ ਹੋ ਰਹੀ ਹੈ ਚੋਰ ਦਿਲ ਹਾਂਜੀ ਇਹ ਇੱਕ ਅਲੱਗ ਜੋਨਰ ਦੀ ਫਿਲਮ ਹੈ ਠੀਕ ਹੈ ਜੀ ਇਹ ਫਿਲਮ ਥ੍ਰਿਲਰ ਹੈ ਪੰਜਾਬੀ ਦੇ ਵਿੱਚ ਨਾ ਥ੍ਰਿਲਰ ਬਹੁਤ ਘੱਟ ਬਣਦੀਆਂ ਨੇ ਠੀਕ ਹੈ ਨਹੀਂ ਇਹ ਫਿਲਮ ਬੜੀ ਦੇਰ ਬਾਅਦ ਇਹ ਯੂਥ ਦੀ ਫਿਲਮ ਹੈ ਦੇਖਣ ਨੂੰ ਤਾਂ ਸਾਰੇ ਹੀ ਦੇਖਣਗੇ ਜਿਹੜੇ ਸਿਨੇਮਾ ਦੇ ਪ੍ਰੇਮੀ ਨੇ ਪਰ ਮੈਂ ਯੂਥ ਨੂੰ ਕਹਿੰਦਾ ਵੀ ਤੁਹਾਡੇ ਕੰਮ ਦੀ ਫਿਲਮ ਆਈ ਹੈ ਤੁਸੀਂ ਦੇਖੋ ਤੁਹਾਨੂੰ ਬਹੁਤ ਵਧੀਆ ਸਵਾਦ ਵੀ ਆਊਗਾ ਔਰ ਤੁਸੀਂ ਪਸੰਦ ਵੀ ਕਰੋਗੇ ਤੇ ਇਹਦੇ ਡਾਇਰੈਕਟਰ ਨੇ ਜੰਗਵੀਰ ਜੀ ਜੰਗ ਇਹ ਬਹੁਤ ਮਿਹਨਤੀ ਹੈ ਮੁੰਡਾ ਜੀ ਮਿਹਨਤੀ ਮੈਂ ਜਦੋਂ ਪਹਿਲੀ ਵਾਰੀ ਮਿਲਿਆ ਨਾ ਮੈਨੂੰ ਕੋਈ ਜ਼ਿਆਦਾ ਇੰਪ੍ਰੈਸ ਨਹੀਂ ਕੀਤਾ ਅੱਛਾ ਜੀ ਪਰ ਜਦੋਂ ਡਾਇਰੈਕਸ਼ਨ ਦੇ ਕੰਮ ਕੀਤਾ ਹਾਂਜੀ ਫਿਰ ਮੈਨੂੰ ਲੱਗਿਆ ਯਾਰ ਇਹ ਬੜਾ ਟੈਲੈਂਟਡ ਮੁੰਡਾ ਮੇਰਾ ਤਾਂ ਪੁਰਾਣਾ ਕੰਮ ਆਉਂਦਾ ਯਾਨੀ ਜਿਹੜਾ ਬੰਦਾ ਕੰਮ ਜਾਣਦਾ ਉੱਥੋਂ ਪਹਿਚਾਣਿਆ ਜਾਂਦਾ ਮੇਨ ਗੱਲ ਹੁਣ ਮੇਰੀ ਉਹਦੇ ਨਾਲ ਦੋਸਤੀ ਹੈਗੀ ਜੀ ਯਾਰਾਂ ਵਰਗੀ ਕਿਉਂ ਅਸੀਂ ਰੈਗੂਲਰ ਇਨ ਟੱਚ ਹਾਂ ਅਤੇ ਅੱਗੇ ਵੀ ਉਹਨਾਂ ਨੇ ਸਬਜੈਕਟ ਸੁਣਾਏ ਬਹੁਤ ਅੱਛੇ ਉਹਨਾਂ ਕੋਲ ਸਬਜੈਕਟ ਨੇ ਔਰ ਪਤਾ ਕੀ ਹੈ ਨਿਊ ਜਨਰੇਸ਼ਨ ਨੂੰ ਮੈਂ ਥੋੜ੍ਹਾ ਜ਼ਿਆਦਾ ਪ੍ਰੈਫਰੈਂਸ ਵੀ ਦਿੰਦਾ ਕਿਉਂਕਿ ਨਵਾਂ ਟੈਲੈਂਟ ਆ ਰਿਹਾ ਨਵੇਂ ਟੈਲੈਂਟ ਕੋਲ ਨਵੀਆਂ ਚੀਜ਼ਾਂ ਹੁੰਦੀਆਂ ਸਟੋਰੀਆਂ ਵੀ ਨਵੀਆਂ ਹੋਣਗੀਆਂ ਆਈਡੀਆਜ਼ ਵੀ ਹੋਣਗੇ ਅਤੇ ਇਸ ਲਈ ਜਿੰਨੇ ਵੀ ਯੰਗ ਬਲੱਡ ਹੈ ਨਾ ਮੈਨੂੰ ਜਦੋਂ ਵੀ ਕੋਈ ਅਪਰੋਚ ਕਰਦਾ ਮੈਨੂੰ ਕਹਿੰਦਾ ਆ ਬਈ ਵਧੀਆ ਗੱਲ ਕਰਦੇ ਦੇਖਦੇ ਹੁਣ ਇਹ ਦੇਖੋ ਨਾ ਜੰਗਵੀਰ ਮੇਰੇ ਲਈ ਸਰਪ੍ਰਾਈਜ਼ ਹੈ ਮੈਂ ਨਹੀਂ ਸੀ ਸੋਚਿਆ ਡਾਇਰੈਕਟਰ ਤਾਂ ਸਾਰੇ ਤੁਸੀਂ ਇਹ ਦੇਖੋ ਨਾ 81 ਤੋਂ ਲੈ ਕੇ ਹੁਣ ਤੱਕ ਹਾਂਜੀ ਮੈਂ ਫਿਲਮ ਇੰਡਸਟਰੀ ਦੇ ਚਾਹੇ ਹਿੰਦੀ ਚਾਹੇ ਪੰਜਾਬੀ ਹੈ 75-80 ਡਾਇਰੈਕਟਰਾਂ ਨਾਲ ਕੰਮ ਕੀਤਾ ਅੱਛਾ ਜੀ ਜਿਹਦੇ 'ਚ ਏ ਗ੍ਰੇਡ ਵੀ ਨੇ ਬੀ ਗ੍ਰੇਡ ਵੀ ਨੇ ਸੀ ਗ੍ਰੇਡ ਸਾਰੇ ਹੀ ਹੈ ਹੁਣ 75-80 ਡਾਇਰੈਕਟਰ ਥੋੜ੍ਹੇ ਹੁੰਦੇ ਨੇ ਹੈ ਨਾ ਅਤੇ ਉਹਦੇ 'ਚ ਰਾਜਕੁਮਾਰ ਸੰਤੋਸ਼ੀ ਹੈ ਲੇਖ ਟੰਡਨ ਹੈ ਬਾਕੀ ਮਨੋਜ ਕੁਮਾਰ ਹੈ ਜੀ ਯਾਨੀ ਬਹੁਤ ਵੱਡਿਆ ਬੰਦਿਆਂ ਨੇ ਕਮਾਲ ਕਰੇ ਅਤੇ ਕਹਿਣ ਦਾ ਮਤਲਬ ਹੈ ਕਿ ਅਸੀਂ ਹੁਣ ਜਦੋਂ ਦੇਖਦੇ ਹਾਂ ਨਾ ਕੋਈ ਬੰਦਾ ਅਸਿਸਟੈਂਟ ਵੀ ਆਵੇ ਹੈ ਨਾ ਸਾਨੂੰ ਇਹ ਪਤਾ ਲੱਗ ਜਾਂਦਾ ਯਾਰ ਇਹ ਮਤਲਬ ਇਹ ਬੰਦਾ ਟੈਲੈਂਟਡ ਹੈ ਅਤੇ ਅੱਗੇ ਜਾ ਕੇ ਬਹੁਤ ਵੱਡੀ ਗੱਲ ਕਰੇਗਾ ਕਰੂਗਾ ਕੁਛ ਨਾ ਕੁਛ ਹੁਣ ਇਹਨਾਂ ਦਾ ਹੀ ਅਸਿਸਟੈਂਟ ਹੈ ਜੰਗਵੀਰ ਦਾ ਜਗਦੀਪ ਹਾਂਜੀ ਉਹ ਵੀ ਬਹੁਤ ਟੈਲੈਂਟਡ ਹੈ ਉਹਦਾ ਵੀ ਵਿਜ਼ਨ ਵਧੀਆ ਉਹਦਾ ਵਿਜ਼ਨ ਵਧੀਆ ਭਾਜੀ ਕਿੰਨੀ ਤਰੀਕ ਨੂੰ ਆ ਰਹੀ ਹੈ ਇਹ ਆ 25 ਅਕਤੂਬਰ ਨੂੰ 25 ਅਕਤੂਬਰ ਨੂੰ ਆ ਰਹੀ ਹੈ ਹਫ਼ਤਾ ਰਹਿ ਗਿਆ ਬਸ ਹਾਂ ਅਗਲੇ ਸ਼ੁੱਕਰਵਾਰ ਵੀ 25 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ ਸਿਨੇਮਾ 'ਚ ਭਾਈ ਜਗਜੀਤ ਸੰਧੂ ਨੇ ਭਾਜੀ ਨੇ ਦਮਨ ਸੰਧੂ ਹੈ ਮੈਂ ਆਪਣਾ ਫਿਦਾ ਗਿੱਲ ਹੈ ਕਮਾਲ ਦੇ ਕਰੈਕਟਰ ਨੇ ਸਾਰੇ ਕਮਾਲ ਦੀ ਫਿਲਮ ਹੈ ਤੇ ਜੰਗਵੀਰ ਹੈ ਜੋ ਸਭ ਤੋਂ ਕੈਪਟਨ ਆਫ ਦਾ ਸ਼ਿਪ ਉਹਨੇ ਬਹੁਤ ਅੱਛਾ ਕੰਮ ਕੀਤਾ ਨਿਭਾਇਆ ਰੋਲ ਜਗਦੀਪ ਹੈ ਉਹਦੇ ਨਾਲ ਐਸੋਸੀਏਟ ਉਹ ਵੀ ਬਹੁਤ ਅੱਛਾ ਕੰਮ ਕੀਤਾ ਟੀਮ ਬਹੁਤ ਅੱਛੀ ਹੈ ਇਹ 11 ਦੋਸਤਾਂ ਨੇ ਫਿਲਮ ਬਣਾਈ ਹੈ ਪਰ ਟੀਮ ਬਹੁਤ ਅੱਛੀ ਹੈ ਔਰ ਇਹ ਫਿਲਮ ਟੀਮ ਜੋ ਹੈ ਬਹੁਤ ਗਰੋ ਕਰੇਗੀ ਮੈਂ ਜੰਗਵੀਰ ਨੂੰ ਬਹੁਤ ਪਸੰਦ ਕਰਦਾ ਐਜ਼ ਡਾਇਰੈਕਟਰ ਐਜ਼ ਹਿਊਮਨ ਬੀਂਗ ਵੀ ਬਹੁਤ ਅੱਛਾ ਹੈ ਅਤੇ ਇਸੇ ਲਈ ਮੈਂ ਉਹਨੂੰ ਕਦੇ ਕਦੇ ਕਹਿੰਦਾ ਹੁੰਦਾ ਯਾਰ ਮੈਂ ਨਾਟਕ ਲਿਖੇ ਨੇ ਹਾਂਜੀ ਇੱਕ ਨਾਟਕ ਐਸਾ ਜਿਹਦੇ 'ਤੇ ਤੂੰ ਫਿਲਮ ਬਣਾਏਗਾ
ਔਰ ਉਹ ਕਮਾਲ ਕਰ ਦੇਗਾ। ਮੈਂ ਨਾ ਇਹ ਕਹਿੰਦਾ ਮੈਨੂੰ ਬੜਾ ਫੇਥ ਹੈ ਉਹਦੇ ਤੇ, ਫੇਥ ਹੈ। ਮੈਂ ਹੋਰ ਗੱਲ ਮੈਂ ਇਹ ਕਹਿੰਦਾ ਸੀ ਵੀ ਤੁਸੀਂ ਮੈਂ ਜਿਹੜਾ ਸਵਾਲ ਅੱਗੇ ਕਰਨਾ ਉਹ ਤੁਸੀਂ ਇੰਟਰਵਿਊ ਚ ਵੀ ਇੰਨੇ ਪ੍ਰਪੇਅਰ ਹੋਏ ਬੈਠੇ ਆ ਵੀ ਜਿਵੇਂ ਮਤਲਬ ਫਿਲਮਾਂ ਚ ਤੁਸੀਂ ਪ੍ਰਪੇਅਰ ਬਣੀ ਗਏ, ਤੁਸੀਂ ਪਹਿਲਾਂ ਹੀ ਮੈਂ ਜਦੋਂ ਕੋਈ ਪੁੱਛਣਾ ਹੁੰਦਾ ਭਾਜੀ ਆਪ ਹੀ ਤੋਰ ਲੈਂਦੇ ਗੱਲ। ਮੈਨੂੰ ਗੱਲਾਂ ਚੋਂ ਗੱਲ ਨਿਕਲਦੀ ਹੈ ਨਾ, ਅਸੀਂ ਕੋਈ ਚੀਜ਼ ਛੱਡਦੇ ਨੀ ਵੀ ਕੋਈ ਸਵਾਲ ਰਹੂਗਾ। ਭਾਜੀ ਮੈਂ ਇਹ ਪੁੱਛਦਾ ਸੀ ਤੁਸੀਂ ਸਾਹਿਤ ਪ੍ਰੇਮੀ ਹੋ, ਬਹੁਤ ਤੁਹਾਡੇ ਨਾਵਲ ਆਏ ਬੋਧੀ ਵਾਲਾ ਤਾਰਾ, ਠੀਕ ਹੈ, ਇਹਨੂੰ ਸਾਲ ਬਹੁਤ ਬਹੁਤ ਪਹਿਲਾਂ ਦਾ ਆਇਆ ਹੋਇਆ 1979 ਬੋਧੀ ਵਾਲਾ ਤਾਰਾ ਆਇਆ ਸੀਗਾ 79 ਚ। ਜਿਥੇ ਆਪਣਾ ਬੋਧੀ ਵਾਲਾ ਤਾਰਾ ਖਤਮ ਹੁੰਦਾ ਉਥੋਂ ਚੰਨ ਦਾਗੀ ਸ਼ੁਰੂ ਹੁੰਦਾ, ਜਿਥੇ ਚੰਨ ਦਾਗੀ ਹੈ ਖਤਮ ਹੋਏਗਾ ਉਥੋਂ ਅਗਲਾ ਸ਼ੁਰੂ ਹੋਏਗਾ ਸੂਰਜ ਤਪ ਕਰਦਾ। ਮੈਨੂੰ ਲੱਗਿਆ ਜਦੋਂ ਥੀਏਟਰ ਡਿਪਾਰਟਮੈਂਟ ਜੁਆਇਨ ਕੀਤਾ, ਹਾਂਜੀ, ਮੈਨੂੰ ਲੱਗਿਆ ਯਾਰ ਇਹ ਚੀਜ਼ ਬਹੁਤ ਵਧੀਆ, ਕਿਉਂ ਇਹ ਲਾਈਵ ਖੇਲੀ ਵੀ ਜਾ ਸਕਦੀ ਹੈ। ਹਾਂਜੀ, ਹੈਨਾ, ਫਿਲਮਾਂ ਫਿਲਮ ਲਿਖਣ ਦਾ ਕਦੇ ਮਨ ਕੀਤਾ ਨੀ। ਜਿਵੇਂ ਤੁਸੀਂ ਕਿਹਾ ਨਾ ਵੀ ਗਿੱਪੀ ਭਾਜੀ ਕਹਿੰਦੇ ਸੀ ਯਾਰ ਭਾਜੀ, ਗਿੱਪੀ ਭਾਜੀ ਨੇ ਕਿਹਾ ਵੀ ਤੂੰ ਲਿਖਿਆ ਕਰ, ਹਾਂਜੀ, ਪਰ ਮੇਰਾ ਮਨ ਫਿਲਮ ਲਿਖਣ 'ਤੇ ਕੋਈ ਬਣਿਆ ਨਹੀਂ, ਕੋਈ ਸਬਜੈਕਟ ਲੈ ਕੇ ਮੈਂ ਫਿਰ ਤਿਆਰ ਕਰਕੇ ਰੱਖਾਂ ਸਬਜੈਕਟ, ਐਸਾ ਕੁਛ ਹੋਇਆ ਨਹੀਂ। ਬਾਕੀ ਮੇਰੇ ਪਲੇਸ ਜਿਹੜੇ ਹੈਗੇ ਨਾਟਕ, ਉਹਦੇ ਤੋਂ ਕਿਸੇ ਨੇ ਫਿਲਮ ਬਣਾਉਣੀ ਉਹਨੇ ਬਣਾ ਲੇਗਾ। ਉਹ ਤੁਸੀਂ ਦਿਲੋਂ ਲਿਖੀਆਂ ਨੇ ਚੀਜ਼ਾਂ, ਦਿਲੋਂ ਲਿਖੀਆਂ ਨੇ, ਅਤੇ ਬਾਕੀ ਤੁਸੀਂ ਪੜ੍ਹੋਗੇ ਐਮਾਜ਼ੋਨ ਤੇ ਅਵੇਲੇਬਲ ਨੇ, ਆਰਡਰ ਕਰ ਸਕਦੇ ਹੋ ਤੁਸੀਂ। ਸੋਹਣੇ ਨਾਵਲ ਨੇ, ਬਹੁਤ ਕਮਾਲ ਦੇ, ਤਕਰੀਬਨ ਸਾਰਿਆਂ ਨੇ ਪੜ੍ਹੇ ਹੋਏ ਆ ਜਿਹੜੇ ਸਾਹਿਤ ਪ੍ਰੇਮੀ ਨੇ। ਭਾਜੀ ਸਾਹਿਤ ਦੀ ਹੁਣ ਤੁਹਾਨੂੰ ਤੁਸੀਂ ਤਾਂ ਦੇਖੋ ਸ਼ੁਰੂ ਤੋਂ ਦੇਖਦੇ ਆ ਰਹੇ ਆ, ਪਰ ਤੁਹਾਨੂੰ ਐਂ ਲੱਗ ਰਿਹਾ ਹੁਣ ਇੱਕ ਵਾਰ ਬਹੁਤ ਬੱਚਿਆਂ ਦੀ ਰੁਚੀ ਵੱਧ ਗਈ, ਨਵੇਂ ਮੁੰਡਿਆਂ ਦੀ, ਕੁੜੀਆਂ ਦੀ, ਕਿਤਾਬਾਂ ਵੀ ਬਹੁਤ ਆ ਰਹੀਆਂ। ਚਲੋ, ਤੇ ਆ ਪਿੱਛੇ ਜੇ ਯੂਨੀਵਰਸਿਟੀ ਨਾ ਜੀ ਫੇਅਰ ਲੱਗਿਆ ਕਿਤਾਬਾਂ ਦਾ, ਕਹਿੰਦੇ ਵੀ 1.5-2 ਕਰੋੜ ਰੁਪਏ ਦੀਆਂ ਕਿਤਾਬਾਂ ਵਿਕੀਆਂ ਵਿਕੀਆਂ 5-7 ਦਿਨ। ਮੈਂ ਕਹਿਣਾ ਹੁੰਦਾ, ਹਾਂਜੀ, ਚਾਹੇ ਐਕਟਰ ਹੈ, ਚਾਹੇ ਟੈਕਨੀਸ਼ੀਅਨ ਹੈ, ਚਾਹੇ ਡਾਇਰੈਕਟਰ ਹੈ, ਜੀ, ਜਿਹੜਾ ਬੰਦਾ ਲਿਟਰੇਚਰ ਦੇ ਨਾਲ ਵਾਬਸਤਾ ਹੈ ਨਾ ਜੀ, ਉਹਦੀ ਕ੍ਰੀਏਟੀਵਿਟੀ ਕਮਾਲ ਹੋਏਗੀ। ਤੁਸੀਂ ਇਹ ਦੇਖੋ ਨਾ, ਨਾਵਲ ਅਸੀਂ ਪੜ੍ਹਦੇ ਹਾਂ ਕਿਵੇਂ ਕੋਠੇ 'ਤੇ ਸੁੱਤਾ ਹੋਇਆ ਸੀ, ਅਸਮਾਨ ਵੱਲ ਦੇਖਿਆ ਤਾਰੇ ਨਜ਼ਰ ਆਏ, ਚੰਨ ਬਦਲਾਂ ਪਿੱਛੇ ਲੁਕਿਆ ਹੋਇਆ ਸੀ, ਦੂਰੋਂ ਆਵਾਜ਼ ਆਈ ਚੌਕੀਦਾਰ ਦੀ, ਜਾਗਦੇ ਰਹੋ ਬਈ ਓਏ, ਹੁਣ ਇਹ ਸਾਰਾ ਸੀਨ ਹੈ, ਸ਼ਾਰਟ ਵਿਜ਼ਨ ਵੀ ਹੈ, ਸਾਰਾ ਕੁਛ। ਯਾਨੀ ਲਿਟਰੇਚਰ ਵਾਲਾ ਜਿਹੜਾ ਪੜ੍ਹਦਾ ਉਹ ਡਾਇਰੈਕਟਰ ਵੀ ਬਹੁਤ ਵਧੀਆ ਹੋਏਗਾ, ਉਹਦੇ ਸੀਨ ਵੀ ਕਮਾਲ ਹੋਣਗੇ, ਉਹਦਾ ਵਿਜ਼ਨ ਸੋਹਣਾ ਹੋ ਜਾਂਦਾ। ਐਜ਼ ਐਕਟਰ ਜਿਹੜਾ ਬੰਦਾ ਕੰਮ ਕਰੇਗਾ, ਜਿਹੜਾ ਆਦਮੀ ਐਜ਼ ਐਕਟਰ, ਉਹਨੂੰ ਕੈਰੇਕਟਰਾਂ ਬਾਰੇ, ਉਹਨੂੰ ਬਾਕੀ ਚੀਜ਼ਾਂ ਬਾਰੇ ਕਿੰਨਾ ਕੁਛ ਮਤਲਬ ਆਏਗਾ। ਕਰੈਕਟਰ ਅਲੱਗ ਅਲੱਗ ਕਰਨ ਲਈ ਤੁਸੀਂ ਉਹ ਸਾਰੇ ਕਰੈਕਟਰ ਹੀ ਤਾਂ ਪੜ੍ਹ ਰਹੇ ਹੋ, ਚਾਹੇ ਸ਼ੋਰਟ ਸਟੋਰੀ ਪੜ੍ਹ ਰਹੇ ਹੋ, ਚਾਹੇ ਕਹਾਣੀਆਂ ਪੜ੍ਹ ਰਹੇ ਹੋ, ਚਾਹੇ ਨਾਵਲ ਪੜ੍ਹ, ਉਹਦੇ ਵਿੱਚੋਂ ਬਹੁਤ ਕੁਛ ਕੱਢ ਸਕਦੇ, ਬਹੁਤ ਕੁਛ ਮਿਲਦਾ। ਹਾਂਜੀ, ਇਸ ਲਈ ਮੈਂ ਸਾਰੇ ਬੰਦਿਆਂ ਨੂੰ ਕਹਿੰਦਾ ਵੀ ਲਿਟਰੇਚਰ ਪੜ੍ਹਿਆ ਕਰੋ, ਕਿਉਂਕਿ ਲਿਟਰੇਚਰ ਜਿਹੜਾ ਹੈ ਨਾ, ਹਾਂਜੀ, ਉਹ ਤੁਹਾਨੂੰ ਉਹ ਚੀਜ਼ਾਂ ਦੱਸ ਦਿੰਦਾ ਜਿਹੜੀਆਂ ਤੁਹਾਨੂੰ ਜ਼ਿੰਦਗੀ 'ਚ ਐਕਸਪੀਰੀਅੰਸ ਵੀ ਨਹੀਂ ਹੁੰਦੀਆਂ। ਕਹਿੰਦੇ ਜਿਹਦੀਆਂ ਕਿਤਾਬਾਂ, ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ, ਚਿਹਰੇ ਵੀ ਪੜ੍ਹਨੇ ਚਾਹੀਦੇ, ਜਿਹਦੀਆਂ ਕਿਤਾਬਾਂ ਦੋਸਤ ਬਣ ਜਾਂਦੀਆਂ, ਕਹਿੰਦੇ ਉਹਨੂੰ ਬਾਹਰੀ ਦੁਨੀਆ ਦੀ ਲੋੜ ਨਹੀਂ ਪੈਂਦੀ। ਤੁਸੀਂ 50,000 ਦੇ ਉੱਤੇ ਕਿਤਾਬ ਪੜ੍ਹ ਚੁੱਕੇ ਹੋ, ਬਸ ਜਿੰਨੀਆਂ ਵੀ ਹੋਈਆਂ। ਹਾਂਜੀ, ਵਧੀਆ। ਤੇ ਇਹ ਤੈਨੂੰ ਸ਼ੌਂਕ ਹੈ? ਸ਼ੌਂਕ ਨਹੀਂ, ਮਤਲਬ ਅਸੀਂ ਲਿਟਰੇਚਰ ਦੇ ਸਟੂਡੈਂਟ ਹਾਂ, ਲਿਖਦੇ ਵੀ ਹਾਂ, ਹਾਂਜੀ, ਪੜ੍ਹਦੇ ਵੀ ਹਾਂ, ਕਿਉਂਕਿ ਜੋ ਜੋ ਲੋਕਾਂ ਨੇ ਲਿਖਿਆ ਉਹ ਵੀ ਕਮਾਲ ਹੈ। ਹਾਂਜੀ, ਹੁਣ ਅੱਜ ਤੁਸੀਂ ਸ਼ਰਤ ਚੰਦਰ ਨੂੰ ਨਹੀਂ ਮਿਲ ਸਕਦੇ, ਅੱਜ ਤੁਸੀਂ ਨਾਨਕ ਸਿੰਘ ਨੂੰ ਨਹੀਂ ਮਿਲ ਸਕਦੇ, ਗੁਰਦਿਆਲ ਸਿੰਘ ਨੂੰ ਨਹੀਂ ਮਿਲ ਸਕਦੇ, ਇਹ ਲੋਕ ਹੈ ਹੀ ਨਹੀਂ ਦੁਨੀਆ ਦੇ, ਪਰ ਉਹਦੀਆਂ ਕਿਤਾਬਾਂ ਨਾਲ ਤੁਸੀਂ ਗੱਲਾਂ ਕਰਕੇ ਉਹਨਾਂ ਨੂੰ ਮਿਲ ਸਕਦੇ। ਕਿਤਾਬਾਂ 'ਚ ਵੀ ਲਿਖਿਆ ਹੋਇਆ, ਔਰ ਕਿਤਾਬਾਂ ਤੋਂ ਜ਼ਿਆਦਾ ਲਿਖਿਆ ਹੋਇਆ ਚਿਹਰਿਆਂ 'ਤੇ, ਤੁਸੀਂ ਚਿਹਰੇ ਵੀ ਪੜ੍ਹੋ। ਹਾਂਜੀ, ਹਰ ਚਿਹਰਾ ਇੱਕ ਬਹੁਤ ਵੱਡੀ ਕਿਤਾਬ ਹੈ, ਹਰ ਬੰਦੇ ਦੀ ਜ਼ਿੰਦਗੀ ਇੱਕ ਫਿਲਮ ਹੈ। ਬਈ ਤੂੰ ਆਪਣੀ ਜ਼ਿੰਦਗੀ ਦਾ ਹੀਰੋ ਹੈ, ਤੇਰੇ ਇੱਥੇ ਪਤਾ ਨਹੀਂ ਕਿੱਡੀ ਵੱਡੀ ਦੁਨੀਆ। ਹਾਂਜੀ, ਠੀਕ ਹੈ, ਨਹੀਂ ਹਰ ਬੰਦਾ ਸਿਰਫ ਬੰਦਾ ਨਹੀਂ ਹੈ, ਇੱਥੇ ਦੇਖਣਾ ਵਾਸਟ ਦੁਨੀਆ ਉਹਦੇ ਕੋਲ, ਕਿੰਨੇ ਸੁਪਨੇ, ਕਿੰਨੀਆਂ ਕਹਾਣੀਆਂ, ਕਿੰਨੇ ਥੌਟਸ, ਦੇਖੋ ਇਸ ਲਈ ਹਰ ਬੰਦਾ ਕਮਾਲ ਹੈ। ਵਾਟ ਇਜ਼ ਏ ਹਿਊਮਨ ਬੀਂਗ, ਹਾਂਜੀ, ਇਨਸਾਨ ਇਜ਼ ਏ ਬੰਡਲ ਆਫ ਥੌਟਸ। ਆ ਜਿੰਨੇ ਬੰਦੇ ਬੈਠੇ ਆਪਾਂ, ਅਸੀਂ ਵਿਚਾਰਾਂ ਦੀਆਂ ਗੱਠੜੀਆਂ ਬੈਠੇ ਹਾਂ, ਸਾਰਿਆਂ ਦੇ ਅਲੱਗ ਅਲੱਗ ਵਿਚਾਰ, ਅਲੱਗ ਅਲੱਗ ਦੁਨੀਆ, ਵਿਚਾਰਾਂ ਦੀ ਗੱਠੜੀ ਹੋ ਤੁਸੀਂ, ਹਾਂਜੀ, ਬੰਡਲ ਆਫ ਥੌਟਸ। ਜਿਹੜੇ ਬੰਦੇ ਕਿਤਾਬਾਂ ਪੜ੍ਹਦੇ ਨੇ ਉਹ ਹੋਰ ਵਿਚਾਰ ਪਾ ਲੈਂਦੇ ਨੇ ਦਿਮਾਗ 'ਚ,
ਤੁਸੀਂ ਸਕੂਲ ਦੀ ਐਜੂਕੇਸ਼ਨ ਲਈ, ਲੋਕਾਂ ਨੂੰ ਮਿਲੇ, ਮਾਂ ਪਿਓ ਤੋਂ ਸਿੱਖਿਆ, ਸਮਾਜ 'ਚ ਵਿਚਰੇ ਸਿੱਖਿਆ, ਹੈ ਨਾ। ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਤਾਂ ਕਿੰਨੇ ਵਿਚਾਰ ਹੋਰ ਤੁਸੀਂ ਕਲੈਕਟ ਕਰ ਲੈਂਦੇ ਹੋ, ਜਿੰਨੇ ਮਰਜ਼ੀ ਕਰ ਲਓ, ਇਹ ਸਟੋਰ ਹੈ। ਭਾਅ ਜੀ ਮੈਨੂੰ ਇਹ ਲੱਗਦਾ ਜਿਹੜੇ ਮੈਂ ਜਿੰਨੇ ਕੁ ਆਰਟਿਸਟਿਕ ਵਾਲੇ ਬੰਦਿਆਂ ਨੂੰ ਮਿਲਿਆ, ਜਿਨ੍ਹਾਂ ਨੂੰ ਲਿਟਰੇਚਰ ਵਾਲਿਆਂ ਨੂੰ, ਤੁਹਾਨੂੰ ਵੀ ਇਨਕਲੂਡਿੰਗ, ਬੜੀ ਚੜ੍ਹਦੀ ਕਲਾ ਵਾਲੇ ਪੋਜ਼ਿਟਿਵ। ਨਹੀਂ ਨਹੀਂ, ਕਿਤਾਬਾਂ ਤੁਹਾਨੂੰ ਪੋਜ਼ਿਟਿਵ ਬਣਾਉਂਦੀਆਂ, ਮੋਟੀਵੇਸ਼ਨਲ ਹੁੰਦੀਆਂ। ਹਾਂ ਠੀਕ ਹੈ ਨਾ ਜੀ, ਉਹ ਤੁਸੀਂ ਪੜ੍ਹਦੇ ਹੋ ਨਾ, ਤੁਹਾਨੂੰ ਇੰਝ ਲੱਗਦਾ ਤੁਸੀਂ ਬੋਰ ਨਹੀਂ ਹੁੰਦੇ। ਹਾਂ, ਤੁਸੀਂ ਜਦੋਂ ਵੀ ਕਿਤੇ ਹੋ ਗਏ ਅਤੇ ਕਿਤਾਬ ਪੜ੍ਹ ਲਓ। ਤੁਸੀਂ ਇੰਨੀ ਬਿਜ਼ੀ ਜ਼ਿੰਦਗੀ 'ਚ ਫਿਰ ਕਦੋਂ ਪੜ੍ਹਦੇ ਹੋ? ਮੈਂ ਨਾਲ ਹੀ ਰੱਖੀ ਦੀਆਂ ਕਿਤਾਬਾਂ। ਵੀ ਜਿਵੇਂ ਸਫ਼ਰ ਕਰਨਾ ਜਾਂ ਕਿਤੇ ਵੀ? ਮੈਂ ਜਿੱਥੇ ਹੋਟਲ 'ਚ ਰਹਿ ਰਿਹਾ, ਕੱਲ੍ਹ ਅਸੀਂ ਜਾ ਰਹੇ ਹਾਂ ਸੂਰਤਗੜ੍ਹ, ਹਾਂਜੀ, ਸਰਵਾਲਾ ਫਿਲਮ ਦੀ ਸ਼ੂਟਿੰਗ 'ਤੇ। ਠੀਕ ਹੈ ਜੀ। ਕਿਤਾਬਾਂ ਨਾਲ ਹੀ ਰੱਖੀ ਦੀਆਂ ਵੀ ਪੜ੍ਹੀਏ ਨਾਲ ਨਾਲ, ਉੱਥੇ ਬੈਠੇ ਪੜ੍ਹ ਲਓ ਜੇ ਦੋ ਘੰਟੇ ਦਾ ਟਾਈਮ ਹੈ, ਕਿਤਾਬ ਨਾਲ ਹੈ। ਹਾਂਜੀ, ਜੇ ਤੁਸੀਂ ਅੱਜ ਮੇਰੀ ਸ਼ੂਟਿੰਗ ਨਹੀਂ ਹੈ ਤਾਂ ਕਿਤਾਬ ਪਈ ਹੈ, ਪੜ੍ਹ ਲਓ, ਇਹ ਵੀ ਸਹੀ ਹੈ। ਪੜ੍ਹਦੇ ਨਹੀਂ, ਦੇਖ ਲਓ ਆਪਾਂ ਸੁਪਨਿਆਂ ਤੋਂ ਗੱਲ ਕਰਦੇ ਕਰਦੇ ਮੈਨੂੰ ਇਹ ਲੱਗਦਾ ਵੀ ਬੰਦਾ ਸੋਚੇ ਸਹੀ ਪੂਰਾ ਹੋ ਜਾਂਦਾ। ਮਤਲਬ ਜਿਵੇਂ ਤੁਸੀਂ, ਨਹੀਂ ਨਹੀਂ ਵੀ ਮੈਂ ਜਿਵੇਂ ਤੁਸੀਂ ਸ਼ੁਰੂ ਕੀਤਾ, ਤੁਸੀਂ ਕਿਹਾ ਮੇਰੇ ਸੁਪਨੇ ਮੈਨੂੰ ਬੰਬੇ ਲੈ ਗਏ, ਬੰਬੇ ਲੈ ਗਏ। ਮੈਂ ਤੁਹਾਨੂੰ ਗੱਲ ਲਾਦਾ, ਪਤਾ ਕੀ ਹੈ, ਸੁਪਨੇ ਜਿਹੜੇ ਨੇ ਨਾ, ਹਾਂਜੀ, ਉਹ ਪੂਰੇ ਹੁੰਦੇ ਨੇ ਜੀ, ਬਸ਼ਰਤੇ ਕਿ ਤੁਸੀਂ ਇੱਕ ਮਿਹਨਤ, ਲਗਨ ਔਰ ਆਪਣੀ ਹਾਰਡ ਵਰਕ ਦੇ ਪਿੱਛੇ ਲੱਗੇ ਰਹੋ। ਤੁਸੀਂ ਛੱਡਣਾ ਨਹੀਂ, ਜੇ ਤੁਸੀਂ ਹੋ ਗਏ ਨਾ ਯਾਰ ਹੁਣ ਬਹੁਤ ਹੋ ਗਿਆ, ਨਹੀਂ ਬਣ ਰਿਹਾ ਤਾਂ ਛੱਡ ਦਿਓ। ਨਹੀਂ ਨਹੀਂ, ਕੋਈ ਵੀ ਕੰਮ, ਮੈਂ ਤੁਹਾਨੂੰ ਕਹਾਣੀ ਦੱਸੀ ਹੈ ਨਾ, ਹਾਂਜੀ, ਕਿ ਮੈਂ ਜਦੋਂ ਗਿਆ ਤਾਂ ਬੰਦਾ ਮਰ ਗਿਆ, ਹਾਂ, ਦੂਜਾ ਬੰਦਾ ਕਹਿੰਦਾ ਮੇਰੇ ਘਰੇ ਜਗ੍ਹਾ ਨਹੀਂ, ਦੇਖ ਲੈ, ਮੈਂ ਕਿਹਾ ਅਟੈਚੀ ਰੱਖ ਲਈ ਫਿਰ ਮੈਂ ਉਹ ਕਰੂੰਗਾ। ਅਤੇ ਦੋ ਤਿੰਨ ਮਹੀਨੇ ਤੁਸੀਂ ਸੜਕਾਂ 'ਤੇ ਟ੍ਰੇਨਾਂ ਦੇ ਵਿੱਚ ਸੌਂ ਰਹੇ ਹੋ, ਉਸ ਤੋਂ ਕਰਦੇ ਕਰਦੇ ਫਿਰ ਜਿੱਥੋਂ ਰਹਿ ਰਹੇ ਸੀ ਕਿਸੇ ਨੇ ਦਵਾਈ ਜਗ੍ਹਾ, ਉਹ ਕਹਿੰਦੇ ਹੁਣ ਖਾਲੀ ਕਰੋ, ਫਿਰ ਮੇਰੇ ਸਟੂਡੈਂਟ ਦੇ ਆਫਿਸ 'ਚ ਰਹਿਣਾ। ਯਾਨੀ ਕਿ ਇਹ ਸਾਰਾ ਪ੍ਰੋਸੈਸ ਤੁਹਾਨੂੰ ਇਹ ਦੱਸਦਾ, ਮੈਂ ਨਹੀਂ ਕਹਿੰਦਾ ਮੇਰੀ ਸਟਰਗਲ ਗ੍ਰੇਟ ਹੈ, ਮੈਂ ਸਿਰਫ ਇਹ ਕਹਿੰਦਾ ਵੀ ਤੁਸੀਂ ਦੇਖੋ ਮੈਂ ਲੱਗਿਆ ਰਿਹਾ ਔਰ ਹੋ ਗਿਆ। ਯਾਨੀ ਮੇਰੀ ਇਸ ਸਟਰਗਲ ਤੋਂ ਤੁਸੀਂ ਇੰਸਪਾਇਰ ਹੋ ਸਕਦੇ, ਸਿੱਖ ਸਕਦੇ। ਜਿਵੇਂ ਹੁਣ ਅੱਜ ਦੇ ਮੁੰਡੇ ਛੇਤੀ ਥੱਕ ਜਾਂਦੇ ਆ, ਉਹੀ ਤਾਂ ਕਹਿੰਦਾ ਨਾ ਵੀ ਯਾਰ ਹੁਣ 2 ਸਾਲ ਹੋ ਗਏ, 3 ਸਾਲ ਗੱਲ ਬਣਿਆ ਨਹੀਂ ਕੁਛ, ਕੰਮ ਕੋਈ ਵੀ। ਵੀਰ ਜੀ ਅਮਰੀਕਾ ਰਹਿੰਦੇ ਨੇ, ਹਾਂ, ਪਰ ਉਹਦਾ ਸੁਪਨਾ ਤਾਂ ਹੈ ਨਾ, ਇਸ ਲਈ ਵਾਰ ਵਾਰ ਇੱਥੇ ਆਉਣਗੇ, ਫਿਲਮਾਂ ਬਣਾਉਣਗੇ। ਇੱਕ ਟਾਈਮ ਐਸਾ ਆਏਗਾ ਕਿ ਉਹ ਫਿਲਮਾਂ 'ਚ ਹੀ ਹਿੱਟ ਡਾਇਰੈਕਟਰ ਬਣ ਜਾਣਗੇ, ਫਿਰ ਅਮਰੀਕਾ ਕਦੇ ਜਾਣਾ ਹੋਇਆ ਤਾਂ ਜਾਓ, ਨਹੀਂ ਤਾਂ ਮੇਨ ਫਿਲਮ ਕਰਨ ਜਾਇਆ ਕਰੂ। ਹਾਂ, ਫਿਲਮ ਉੱਥੇ ਅਤੇ ਕਹਿਣ ਦਾ ਮਤਲਬ ਕੀ ਹੈ ਕਿ ਤੁਸੀਂ ਲੱਗੇ ਰਹੋ ਹੁਣ, ਵਰਨਾ ਅਮਰੀਕਾ ਸੈੱਟ ਹੈ, ਆਦਮੀ ਕਹਿੰਦਾ ਠੀਕ ਹੈ ਯਾਰ ਚੱਲੇ ਜਾ ਰਹੇ, ਲਾਈਫ ਵਿਆਹ ਸ਼ਿਆਹ ਕਰਾਓ, ਬਾਲ ਬੱਚੇ ਪੜ੍ਹ ਲਓ, ਅਤੇ ਇੱਥੇ ਸਾਰਾ ਕੁਛ ਹੈ। ਨਹੀਂ, ਡਰੀਮ ਕਿੱਥੇ ਹੈ? ਡਰੀਮ ਤੁਹਾਡੀ ਡਰਾਈਵਿੰਗ ਫੋਰਸ ਲੈ ਜਾਂਦੀ ਹੈ। ਇਹ ਹੁਣ ਇੱਥੇ ਫਿਲਮਾਂ ਬਣਾਉਣਗੇ, ਫਿਰ ਇੱਕ ਟਾਈਮ ਐਸਾ ਆਏਗਾ ਕਿ ਫਿਲਮ ਬਣਾਉਣ ਇੱਥੇ ਆ ਕੇ ਰਿਲੀਜ਼ ਕੀਤੀ, ਫਿਰ ਉੱਥੇ ਥੋੜ੍ਹੀ ਦੇਰ ਚਲੇ ਗਏ। ਪਰ ਇਹ ਜਿਹੜਾ ਡਰੀਮ ਹੈ ਪੂਰਾ ਹੋਏਗਾ, ਕਿਉਂਕਿ ਲੱਗੇ ਹੋਏ ਨੇ ਉੱਥੇ, ਹੋਣ ਦੇ ਬਾਵਜੂਦ ਇੱਥੇ ਆ ਕੇ ਫਿਲਮ ਬਣਾ ਕੇ ਰਿਲੀਜ਼ ਕਰਕੇ ਫਿਰ ਉੱਥੇ ਜਾਂਦੇ ਨੇ 2-4 ਮਹੀਨੇ, ਫਿਰ ਇੱਥੇ ਆ ਜਾਂਦੇ ਨੇ। ਹੋਏਗਾ ਹੀ ਹੋਏਗਾ ਨਾ, ਸੁਪਨਾ ਕਿਵੇਂ ਪੂਰਾ ਹੋਊਗਾ? ਕਿਰਪਾ ਕਰੂਗਾ, ਹੁਣ ਹੋ ਹੀ ਗਿਆ ਨਾ ਫਿਲਮ, ਉਹਨਾਂ ਦੀ ਡਰੀਮ ਪ੍ਰੋਜੈਕਟ ਹੈ, ਰਿਲੀਜ਼ ਹੋ ਜਾਏਗਾ। ਦੇਖੋ ਕੁਦਰਤ ਕਹਿੰਦੀ ਹੈ ਵੀ ਜੇ ਇੱਥੇ ਤੱਕ ਪਹੁੰਚੇ ਹਾਂ, ਇਹਦਾ ਮਤਲਬ ਅੱਗੇ ਰਸਤਾ ਬਣੇਗਾ, ਬਣੇਗਾ, ਵਰਨਾ ਆਹੀ ਨਾ ਬਣਦਾ। ਮੇਰੀ ਗੱਲ ਨਾ, ਗੱਲ ਇੱਥੇ ਤੱਕ ਹੀ ਨਹੀਂ ਪਹੁੰਚਦੀ। ਹਾਂਜੀ, ਉਹਨਾਂ ਦਾ ਡਰੀਮ ਪ੍ਰੋਜੈਕਟ ਹੋ ਗਿਆ ਵੀ ਮੈਂ ਫਿਲਮ ਡਾਇਰੈਕਟਰ ਬਣਨਾ, ਉਹ ਬਣ ਗਏ। ਹੁਣ 25 ਅਕਤੂਬਰ ਨੂੰ ਲੱਗੇਗੀ, ਲੋਕ ਦੇਖਣਗੇ, ਫਿਲਮ ਹਿੱਟ ਹੋਏਗੀ, ਚੱਲੇਗੀ। ਅੱਜ ਕੱਲ੍ਹ ਸਾਰੀਆਂ ਫਿਲਮਾਂ ਪੈਸੇ ਪੂਰੇ ਕਰਦੀਆਂ ਨੇ, ਉੱਤੇ ਵੀ ਗਵਾਉਂਦੀਆਂ ਨੇ, ਠੀਕ ਹੈ ਨਹੀਂ, ਉਹ ਅਗਲੀ ਫਿਲਮ ਬਣਾਉਣਗੇ। ਉਹਨਾਂ ਦੇ ਸਬਜੈਕਟ ਸੁਣੇ ਨੇ ਬਹੁਤ ਅੱਛੇ ਨੇ, ਇਸ ਲਈ ਇਹ ਲੱਗੇ ਰਹਿਣਗੇ ਅਤੇ ਲੈਬ ਕਰਨ ਬੈਠਣਗੇ। ਹੁਣ ਜਿਹੜਾ ਬੰਦਾ ਵਿੱਚ ਹੀ ਛੱਡ ਗਿਆ, ਫਿਰ ਉਹ ਆਦਮੀ ਕਹਿੰਦਾ ਯਾਰ ਹੁਣ ਉਮਰ ਹੋ ਗਈ, ਜੋਬ ਵੀ ਨਹੀਂ ਹੋਈ, ਘਰ ਦੇ ਕਹਿੰਦੇ ਐਂ ਕਰੋ, ਫਿਰ ਮੈਨੂੰ ਕਹਿੰਦੇ ਵਿਆਹ ਕਰਾ ਲੈ, ਮੈਂ ਉਹ ਕਰਾ ਲਿਆ, ਫਿਰ ਉੱਧਰ ਨੂੰ ਫਸ ਗਿਆ। ਔਰ ਮੇਰੇ ਨਾਲ ਦੇ ਜਿੰਨੇ ਬੰਦੇ ਪਟਿਆਲੇ ਸੀ ਜੀ, ਮੈਂ ਤਾਂ ਉੱਥੋਂ ਆ ਗਿਆ, ਰਿਸਕ ਲੈ ਲਿਆ, ਸਾਰੇ ਮੇਰੇ ਨਾਲ ਦੇ ਬੰਦੇ ਉੱਥੇ ਰਿਟਾਇਰ ਹੋਏ ਨੇ, ਉਹ ਅੱਜ ਤੱਕ ਉੱਥੇ ਬੈਠੇ ਨੇ ਨੌਕਰੀਆਂ 'ਚ। ਉਹੀ ਉਹਨਾਂ ਦੀ ਜ਼ਿੰਦਗੀ ਉੱਧਰ ਹੀ ਨਹੀਂ ਨਾ। ਪੰਡਿਤ ਜਵਾਹਰ ਲਾਲ ਨਹਿਰੂ ਦੀ ਇੱਕ ਕੋਟੇਸ਼ਨ ਹੈ ਜੀ, ਲੰਬੀ ਕੋਟੇਸ਼ਨ ਹੈ ਪਰ ਕਮਾਲ ਹੈ, ਕਹਿੰਦੇ ਇਫ ਯੂ ਵਾਂਟ ਟੂ ਬਿਕਮ ਬਿਗ ਟੇਕ ਬਿਗ ਰਿਸਕ, ਅਦਰਵਾਈਜ਼ ਯੂ ਵਿਲ ਸਟਿਕ ਟੂ ਅ ਸਮਾਲ ਸਿਕਿਉਰਿਟੀ ਐਂਡ ਯੂ ਵਿਲ ਬੀ ਆਰਡੀਨਰੀ ਪਰਸਨ, ਈਵਨ ਦੋ ਦੇਰ ਇਜ਼ ਨੋ ਸਿਕਿਉਰਿਟੀ ਇਨ ਦਿਸ ਲਾਈਫ। ਕਿਹੜੀ ਸਿਕਿਉਰਿਟੀ ਦੀ ਗੱਲ ਕਰਦਾ? ਵੀ ਜੇ ਵੱਡਾ ਬਣਨਾ ਹੈ ਤਾਂ ਵੱਡੀ ਸੋਚ ਰੱਖੋ, ਸਪਨੋ ਮੈਂ ਕੰਗਾਲੀ ਨਹੀਂ ਚਾਹੀਏ, ਸਪਨੇ 'ਚ ਕੰਗਾਲੀ ਹੈ ਤਾਂ ਫਿਰ ਗੱਲ ਹੀ ਨਹੀਂ ਬਣਨੀ, ਹੈ ਨਾ। ਇਫ ਯੂ ਵਾਂਟ ਟੂ ਬਿਕਮ, ਦੇਖੇ ਨਾ ਕਿੱਡੀ ਲੰਬੀ ਹੈ, ਕਹਿੰਦਾ ਇਫ ਯੂ ਵਾਂਟ ਟੂ ਬਿਕਮ ਬਿਗ ਟੇਕ ਬਿਗ ਰਿਸਕ, ਅਦਰਵਾਈਜ਼ ਯੂ ਵਿਲ ਸਟਿਕ ਟੂ ਅ ਸਮਾਲ ਸਿਕਿਉਰਿਟੀ।
एंड यू विल बी ऑर्डिनरी पर्सन ईवन दो देर इज़ नो सिक्योरिटी इन दिस लाइफ कि सिक्योरिटी जुड़े बैठा इसलिए जिंदगी तो आए असी इस प्लैनेट के उत्ते प्रौने हाँ हाँ जी रजिस्टरी के चक्कर च ना पाओ रहो प्रौने जेड़ी स्वर्ग एंड नर्क है ना ये कोई जोग्राफिकल जगह है नहीं ये सिर्फ काल्पनिक ने हाँ जी देखी तो है नहीं किसी नहीं नहीं हाँ। जोग्राफिकल जगह नहीं है ना हाँ। जिवें पटियाला चंडीगढ़ हाँ। जोग्राफिकल है हाँ जी हाँ जी हाँ जी ये सिर्फ काल्पनिक ने हाँ जी इसलिए जीवन दे विच तुसीं आए हो अपना जीवन भी जियो अपने सपने पूरे करके निकल जाओ क्यों कुदरत ने कहा भी तैनू धरती ते भेजता हाँ जी जी लै अपनी जिंदगी जिवें वो डायलॉग है दिल हाँ, वाले दुनिया सिमरन हाँ, जी लै अपनी हाँ, असी जीते है नहीं हाँ, असी जीवन कटते हाँ जीने और कट्टण च बड़ा फर्क है जी जीन दे विच आ तुहाडे सपने आ जाणे तुसीं सपने भी पूरे कर रहे हो जीवन भी जी रहे हो इत्थे प्लैनेट ते आए हो जो तुसीं करना चाहुंदे सी कर रहे ये जीन चाहुंदा है जिहड़ा अपने सपनों के पिछे लग्या रहिंदा है वह जी रहा आपदी मेहनत पिछे वह एंड तो होएगा ही होएगा चक्कर नहीं हुण तुसीं कदे 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 कुछ लोग ना रिग्रैट करदे ने एक पंडित जवाहर लाल नहरू की सिस्टर सी विजय लक्ष्मी पंडित जी ओदी भी एक कोटेशन बहुत कमाल है ओनू किसी ने पुछया कहंदे जी थोनू किवें लग्या तुसीं जिंदगी जी कहंदी फर्स्ट क्लास जी कहंदा किवें उन्हें कोटेशन दिती बहुत इंस्पायरिंग है कहंदी इफ आई एम गिवन ए मोर चांस वन मोर चांस टू लिव दिस लाइफ अगेन इफ आई एम गिवन ए चांस टू लिव दिस लाइफ अगेन आई विल टेक द सेम रोंग टर्निंग्स आई विल टेक द सेम रोंग डिसीजनस विद नो रिग्रेट भी पछतावा कोई नहीं देखना आप कहने यार ये जिंदगी बकवास जी लांगी अगे मिले ना जिंदगी फिर वधिया जीवांगे नहीं कहंदी इफ आई एम गिवन ए चांस टू लिव दिस लाइफ अगेन आई विल टेक सेम रोंग टर्निंग्स एंड सेम रोंग डिसीजन विद नो रिग्रेट जिंदगी च करो यार गलती है तो भी कर लो वो भी तुसी कीती है ना तुहाडा डिसीजन मान लो कर लो ये गलतियां करोगे सब कुछ करोगे ता ही जाके सीखोगे हुण इंसान दा की है जी इंसान धरती ते आउंदा असीं करदे की हां हालातां नूं वाच करदे तू पैसे कमाउणे ने रोजी रोटी करनी है बाकी गल्लां करनियां ने इहदे वास्ते की कर रहे हालातां नूं वाच कर रहे ना जिहदे तां हालात वाच हो गए वो सक्सैसफुल है जिहदे नहीं होए वो फेलियर है कहानी हालातां नूं वाच करना असीं गए सी बॉम्बे हालात वाच करके बन गए बनदे सी जे ना कुछ बनदे तो टाइम दसेगा ना डिसीजन यू कैन टेक एंड डिसीजन टेकन बाय यू बिकम योर डेस्टिनी लेकिन वो टाइम विल टेल तुहाडा डिसीजन ठीक सी राइट सी या गलत सी दैट टाइम विल टेल पर टेक डिसीजंस फैसले तो लो लो ना हाँ भाई बहाने तो थोड़े को सी गई सी गए भी यार रहन नु मैं की करूंगा मैं तो मुड़े ना कुछ सी है ना उठो मेनू भेजता मैं तो सारे लोगों नु कहना सारे बच्चों नु कहना सारे नवे चाहे किसी भी फील्ड स्ट्रगल कर रहे हां जी घबराना नहीं हां जी सपना पूरा करो ओदों उत्ते कोई चीज नहीं मैं तैनू एक होर कहानी सुनाउणा कई बारी ना लोग करना कुछ चाहुंदे ने कर कुछ लैंदे ने ठीक है जी मैं थोड़ा जा एक्टर बन गया पिंड गया बेबे ने चाह बनाई कहंदी तू थाने जा के आ मैं क्या थाने की करना कहंदी तेरी मासी का मुंडा फड़िया होया उत्थे लड़ाई झगड़ा हो गया सी उनू छड़ा लिया मैं क्या मां मैं कोई डीसी लग्या हुआ कहंदी नहीं तेरा चेहरा थोड़ा जान पहचान एक्टर नू पहचान के छड़ देंगे कहते बेबे ने कहा मैं चला गया नाल मेरे दो बंदे होर सी रिश्तेदार उत्थे थानेदार दा सी पता करने उत्थे मैं जाके अजे पहुंचा ही हाँ उन्हें ऐ देखिया फिल्मां च काम करदे हो आ जाओ आ जाओ आ जाओ अच्छा वो बंदे नूं भजाता कहिंदा तू चल अगे नूं काम नहीं करना मैं कहा हुकम करो कहिंदा मैं कहा मेरी मासी दा मुंडा इत्थे वो जिहदी लड़ाई हुई है मैं कहा कहिंदा बुला भी उहनूं उहनूं आ कहिंदा अगे नूं नहीं लड़ना वो बंदे नूं सॉरी कह दी हो गया मैं कहा जी थैंक यू वेरी मच कहना थैंक यू वेरी मच नहीं मेरा एक काम करो मैं कहा की कहना मैनू है गाने लिखने का शौक हूँ थानेदार वर्दी पाई बैठा है कहना आई एम राइटर हाँ जी पहले तो यह इमेज ही दिमाग जाती नहीं भी बंदा थानेदार है थानेदार राइटर किमें हो सकता है मैं उन्होंने कहा तुम लिखते हो
ਕਹਿੰਦਾ ਹਾਂ ਮੇਰਾ ਗਾਣਾ ਫਿਲਮ 'ਚ ਕਰਾਓ। ਉਹਨੇ ਡਰਾ ਖੋਲਿਆ, ਰਜਿਸਟਰ ਕੱਟ ਕੇ ਗਾਣੇ ਸੁਣਨ ਲੱਗ ਗਿਆ। ਅੱਛਾ ਜਦੋਂ ਮੈਂ ਸੁਣੇ ਗਾਣੇ ਬਹੁਤ ਵਧੀਆ ਲਿਖੇ, ਕਮਾਲ ਲਿਟਰੇਰੀ ਲਿਟਰੇਚਰ, ਮੈਂ ਕਿਹਾ ਤੂੰ ਬਹੁਤ ਵਧੀਆ ਗਾਣੇ ਲਿਖਦੇ ਹੋ ਅਤੇ ਮੈਂ ਕਿਹਾ ਤੁਸੀਂ ਲਿਟਰੇਚਰ ਦੇ ਸਟੂਡ। ਕਹਿੰਦਾ ਯਾਰ ਮੈਂ ਕਾਲਜ ਲੈਕਚਰਰ ਬਣਨਾ ਚਾਹੀਦਾ ਸੀ। ਹਾਏ ਹਾਏ। ਮੇਰਾ ਦਾਦਾ ਕਹਿੰਦਾ ਨਾ ਘਰ 'ਚ ਕੋਈ ਪੁਲਿਸ ਵਾਲਾ ਹੋਣਾ ਚਾਹੀਦਾ। ਅੱਛਾ ਜੀ। ਪਤਾ ਨਹੀਂ ਸਾਡੇ ਕੇਸ ਕੂਸ ਹੁੰਦੇ ਸੀ ਦਾਦੇ, ਉਹਨਾਂ ਦੇ ਪੁਲਿਸ ਆਉਂਦੀ ਸੀ ਘਰ, ਉਹ ਡਰੀ ਜਾਂਦੇ ਸੀ। ਘਰ 'ਚ ਹੀ ਥਾਣੇਦਾਰ ਚਾਹੀਦਾ। ਹਾਂਜੀ। ਕਹਿੰਦਾ ਮੇਰਾ ਮਨ ਨਹੀਂ ਲੱਗਦਾ, ਮੈਂ ਬਣਨਾ ਸੀਗਾ ਕਾਲਜ ਲੈਕਚਰਰ, ਮੈਂ ਬਣ ਗਿਆ ਥਾਣੇਦਾਰ। ਮੈਨੂੰ ਪਹਿਲੀ ਵਾਰੀ ਲੱਗਿਆ ਵੀ ਡਰੀਮ ਇਹਦਾ ਕੀ ਸੀ। ਤਾਂ ਘਰਦਿਆਂ ਨੇ ਕਹਿਤਾ ਵੀ ਤੂੰ ਆਹ ਬਣਨਾ, ਉਹਨੂੰ ਜ਼ਬਰਦਸਤੀ ਥਾਣੇ। ਕਹਿੰਦਾ ਮੇਰਾ ਮਨ ਨਹੀਂ ਲੱਗਦਾ ਇੱਥੇ। ਕਹਿੰਦਾ ਬੰਦਿਆਂ ਨੂੰ ਮਿਲਾ ਕੇ ਚਾਹ ਚੂਹ ਪਿਆ ਕੇ ਮੈਂ ਇੱਥੇ ਕੇਸ ਨਿਪਟ ਦਿੰਦਾ, ਪਰ ਮਨ ਨਹੀਂ ਲੱਗਦਾ ਭਾਅ ਜੀ ਮੇਰਾ ਗਾਣਾ ਕਰਾਓ। ਮੈਂ ਕਿਹਾ ਕਰਾਊਂਗਾ। ਉਸ ਤੋਂ ਬਾਅਦ ਇੱਕ ਹੋਰ ਕਹਾਣੀ ਹੈ, ਮੈਂ ਤਾਂ ਕਹਿੰਦਾ ਵੀ ਡਰੀਮ ਪੂਰੇ ਦੱਸ ਰਿਹਾ ਹਾਂ। ਉਹ ਹੋਇਆ ਕਿ ਜੀ ਮੈਂ ਨਾਭੇ ਪੀ ਪੀ ਐਸ ਪੜ੍ਹਾਉਂਦਾ ਸੀ। ਹਾਂਜੀ। ਇੱਕ ਦਿਨ ਮੈਂ ਬਿਮਾਰ ਹੋ ਗਿਆ, ਮੈਂ ਬੰਦੇ ਕੋਲ ਗਿਆ, ਮੈਨੂੰ ਕਹਿੰਦਾ ਜੀ ਉਹ ਸਾਹਮਣੇ ਡਾਕਟਰ ਹੈ, ਸ਼ਾਮ ਨੂੰ ਆਉਂਦਾ, ਵੈਸੇ ਉਹ ਡਾਕਟਰ ਲੱਗਿਆ ਹੋਸਪਿਟਲ 'ਚ, ਅਤੇ ਤੁਸੀਂ ਜਾ ਕੇ ਉਹਨੂੰ ਮਿਲ ਲਓ, ਵਧੀਆ ਡਾਕਟਰ। ਮੈਂ ਸ਼ਾਮ ਨੂੰ ਪਹੁੰਚ ਗਿਆ, ਮੇਰੇ ਸਾਹਮਣੇ ਦੋ ਤਿੰਨ ਮਰੀਜ਼ ਬੈਠੇ ਸੀ, ਉਹਨਾਂ ਨੂੰ ਚੈੱਕ ਕੀਤਾ, ਅਤੇ ਜਦੋਂ ਮੇਰੀ ਵਾਰੀ ਆਈ ਮੈਂ ਅੰਦਰ ਗਿਆ। ਮੈਂ ਕਿਹਾ ਡਾਕਟਰ ਸਾਹਿਬ ਮੈਂ ਇੱਥੇ ਸਕੂਲ 'ਚ ਪੜ੍ਹਾਉਣਾ। ਕਹਿੰਦਾ ਬੈਠੋ। ਉਹ ਜਦੋਂ ਮੈਂ ਦੇਖਿਆ ਉੱਥੇ ਤਸਵੀਰਾਂ ਲੱਗੀਆਂ ਸੀ ਸਪੋਰਟਸਮੈਨ, ਵੱਡੇ ਤੋਂ ਵੱਡੇ ਸਪੋਰਟਸਮੈਨ, ਬਿਸ਼ਨ ਸਿੰਘ ਬੇਦੀ, ਇਮਰਾਨ ਖਾਨ, ਜੇ ਉਹ ਆਪਣੇ ਹਿੰਦੁਸਤਾਨ ਦੇ ਗਵਾਸਕਰ, ਔਰ ਜੀ ਮਿਲਖਾ ਸਿੰਘ। ਹਜੇ ਉਹ ਮੈਨੂੰ ਚੈੱਕ ਹੀ ਕਰ ਰਿਹਾ ਸੀ, ਸਟੈਟੋਸਕੋਪ ਕੱਢ ਰਿਹਾ ਸੀ। ਮੈਂ ਕਿਹਾ ਭਾਅ ਜੀ ਤੁਹਾਨੂੰ ਸਪੋਰਟਸ ਦਾ ਸ਼ੌਕ ਹੈ? ਉਦੋਂ ਹੀ ਰੱਖਦਾ ਉੱਥੇ। ਹਾਏ ਹਾਏ। ਕਹਿੰਦਾ ਮੈਂ ਤਾਂ ਜੈਵਲਿਨ ਥਰੋ ਦਾ ਬਹੁਤ ਤਕੜਾ ਪਲੇਅਰ ਹਾਂ। ਅੱਛਾ ਜੀ। ਮੈਂ ਜਾਣਾ ਸੀ ਸਪੋਰਟਸ 'ਚ। ਮੇਰੀ ਨਾਨੀ ਨੇ ਕਿਹਾ ਤੂੰ ਡਾਕਟਰ ਚਾਹੀਦਾ। ਕਹਿੰਦਾ ਸਾਡੇ ਦੋ ਰਿਸ਼ਤੇਦਾਰ ਮਰ ਗਏ ਸੀ, ਇਲਾਜ ਦੇਖਣੋ। ਹਾਂਜੀ। ਕਹਿੰਦੇ ਡਾਕਟਰ ਚਾਹੀਦਾ। ਮੈਂ ਕਿਹਾ ਤੁਸੀਂ ਸਪੋਰਟ ਜਾਣਾ ਚਾਹੁੰਦਾ ਸੀ? ਕਹਿੰਦਾ ਤੈਨੂੰ ਦਿਖਾਵਾਂ। ਓਏ ਮੁੰਡੇ ਜੈਵਲਨ ਚੱਕ। ਅੱਛਾ ਜੀ। ਮੈਂ ਸੋਚਿਆ ਮੈਨੂੰ ਪੁੱਛ ਕਿਉਂ ਲਿਆ, ਵੀ ਮੈਂ ਬਿਮਾਰ ਹਾਂ, ਤੂੰ ਮੈਨੂੰ ਥਰਮਾਮੀਟਰ ਲਾ ਦੇਖ, ਸਾਰਾ ਕੁਛ ਕਰ। ਉਹ ਕਹਿੰਦਾ ਜੈਵਲਨ ਥਰੋ ਲੈ। ਕਹਿੰਦਾ ਉੱਠੋ ਆਓ। ਪਿੱਛੇ ਨਾ ਉਹਦੇ ਮਤਲਬ ਕਲੀਨਿਕ ਦੇ ਪਿੱਛੇ ਗਰਾਊਂਡ ਸੀ, ਉੱਥੇ ਜਾ ਕੇ ਜੈਵਲਨ ਜਿਉਂ ਉਹਨੇ ਕਰਕੇ ਸਿੱਟੀ। ਕਹਿੰਦਾ ਦੇਖਿਆ, ਆਓ ਦੇ ਖੜੀ ਹੈ, ਬਰਚੇ ਮੰਗੋ। ਕਹਿੰਦਾ ਇੱਕ ਵਾਰੀ ਹੋਰ ਭੱਜ ਕੇ ਲਿਆ। ਮੈਂ ਕਿਹਾ ਭਾਜੀ ਦੇਖ ਲਿਆ? ਨਹੀਂ 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 ਤੂੰ ਦੇਖ। ਉਹਨੇ ਦੋ ਤਿੰਨ ਵਾਰੀ ਜੈਵਲਨ ਥਰੋ ਕਰਕੇ ਨਾ ਫਿਰ ਉੱਥੇ ਖੜ ਕੇ ਮੈਨੂੰ ਲੈਕਚਰ ਦੇਣ ਲੱਗ ਗਿਆ। ਕਹਿੰਦਾ ਮੈਂ ਤਾਂ ਇੰਡੀਆ ਦੀ ਟੀਮ ਤੱਕ ਪਹੁੰਚ ਗਿਆ ਸੀ। ਅੱਛਾ। ਕਹਿੰਦਾ ਮੈਂ ਸਪੋਰਟਸ 'ਚ ਜਾਣਾ ਚਾਹੁੰਦਾ ਸੀ, ਮੇਰੀ ਨਾਨੀ ਨੇ ਕਿਹਾ ਵੀ ਘਰ 'ਚ ਡਾਕਟਰ ਚਾਹੀਦਾ, ਘਰ ਦੇ ਕੁਛ ਬੰਦੇ ਮਰ ਗਏ ਸੀਗੇ, ਇਲਾਜ ਖੁਣੋ। ਮੇਰਾ ਮਨ ਨਹੀਂ ਲੱਗਦਾ ਇੱਥੇ, ਮੈਂ ਸਪੋਰਟਸ 'ਚ ਹੀ ਮਨ ਲੱਗਦਾ, ਜਿੱਥੇ ਸਪੋਰਟਸ ਦੀ ਮੈਂ ਦੇਖਣ ਵੀ ਚਲਾ ਜਾਂਦਾ, ਪਰ ਲੂਰੀਆਂ ਉੱਠਦੀਆਂ ਨੇ। ਕਹਿੰਦਾ ਮਨ ਨਹੀਂ ਲੱਗਦਾ, ਮੈਂ ਤਾਂ ਸਪੋਰਟ ਜਾਣਾ ਚਾਹੁੰਦਾ। ਮੈਂ ਕਿਹਾ ਜੀ ਮੈਨੂੰ ਤਾਂ ਠੀਕ ਕਰੋ, ਇਲਾਜ ਹੋਇਆ। ਮੈਂ ਦੋ ਦਿਨ ਸੋਚਦਾ ਰਿਹਾ ਵੀ ਉਹ ਥਾਣੇਦਾਰ ਸੀ, ਇਹ ਡਾਕਟਰ ਸੀ, ਇਹ ਡਾਕਟਰ ਸੀ, ਬਣਨਾ ਕੀ ਚਾਹੁੰਦੇ ਸੀ। ਇਸ ਲਈ ਮੈਂ ਕਹਿੰਦਾ ਵੀ ਕਦੇ ਵੀ ਮਾਂ ਪਿਓ ਦੀ ਸੁਣੋ, ਸਭ ਦੀ ਸੁਣੋ, ਪਰ ਤੁਸੀਂ ਜੇ ਇੱਥੇ ਜਿਹੜੇ ਡਰੀਮ ਨੇ ਉਹ ਪੂਰੇ ਕਰੋ, ਵਰਨਾ ਸਾਰੀ ਜ਼ਿੰਦਗੀ ਆ ਦੋ ਬੰਦਿਆਂ ਦੀ ਤਰ੍ਹਾਂ ਪਛਤਾਓਗੇ, ਮਨ ਨਹੀਂ ਲੱਗਣਾ। ਬਹੁਤ ਐਗਜ਼ਾਮਪਲਾਂ ਨੇ ਇਦਾਂ ਦੀਆਂ, ਮਨ ਨਹੀਂ ਲੱਗਣਾ, ਹਜ਼ਾਰਾਂ ਨੇ। ਪਰ ਕਹਿਣ ਦਾ ਮਤਲਬ ਹੈ ਕਿ ਮਾਂ ਪਿਓ ਕਹਿੰਦੇ ਅਸੀਂ ਆਹ ਬਣਾਉਣਾ, ਅਤੇ ਹੁਣ ਮੈਂ ਜੰਗਵੀਰ ਨੂੰ ਜਗਦੀਪ ਨੂੰ ਇਹੀ ਗੱਲ ਕਹਿੰਦਾ ਵੀ ਡਰੀਮ ਜਿਹੜਾ ਤੁਹਾਡਾ ਨਾ ਇਹ ਪੂਰੇ ਕਰੋ, ਸਕਾਈ ਇਜ਼ ਦਾ ਲਿਮਿਟ, ਵਰਨਾ ਫਿਰ ਉਹੀ ਕਹੋਗੇ ਜੀ ਮਨ ਨਹੀਂ ਲੱਗਦਾ। ਕੁਛ ਟਾਈਮ ਹੁੰਦਾ ਨਾ, ਹੁਣ ਜੇ ਅੱਜ ਤੋਂ 10-15 ਸਾਲ ਲੰਘੇ, ਉਹ ਤੋਂ ਬਾਅਦ ਕੁਛ ਕਰਨ ਜੋਗੇ ਵੀ ਨਹੀਂ, ਫਿਰ ਇੱਕ ਡਿਸਾਈਡ ਹੋ ਜਾਣਾ ਨਾ। ਫਿਰ ਆਦਮੀ ਕਹਿੰਦਾ ਯਾਰ ਇੱਥੇ ਅਮਰੀਕਾ 'ਚ ਰਹਿੰਦੇ ਹਾਂ, ਸਭ ਕੁਛ ਸਹੀ ਹੈ, ਸ਼ਾਮ ਨੂੰ ਦੋ ਪੈਗ ਲਾ ਲਈਦੇ ਨੇ, ਫਿਰ ਸੌਂ ਜਾਈਦਾ, ਇੱਥੇ ਟਾਈਮ ਨਹੀਂ, ਪ੍ਰਾਈਵੇਟ ਲਾਈਫ ਵੀ ਇੱਥੇ ਕੋਈ ਨਹੀਂ, ਪ੍ਰੋਫੈਸ਼ਨਲ ਲਾਈਫ ਵੀ ਇੱਥੇ ਕੋਈ ਨਹੀਂ। ਫਿਰ ਉਹਦੇ ਪਛਤਾਉਣ ਨਾਲ ਉਹ ਇਹੀ ਹੈ ਵੀ ਆਪਣੇ ਡਰੀਮ ਪੂਰੇ ਕਰੋ। ਇਹ ਸਾਰੇ ਬੱਚਿਆਂ ਨੂੰ ਮੈਂ ਕਹਿੰਦਾ, ਹਾਂਜੀ, ਵੀ ਆਪਣੇ ਡਰੀਮ ਨਹੀਂ ਛੱਡਣੇ, ਕਿਉਂਕਿ ਉਹਦੇ 'ਚ ਹੀ ਤੁਸੀਂ ਅਸਮਾਨ ਛੂ ਸਕਦੇ, ਕਿਉਂਕਿ ਭਾਅ ਜੀ ਮਨ ਪਸੰਦ ਦੀ ਚੀਜ਼, ਜਿਹੜਾ ਕੰਮ ਫੇਵਰੇਟ ਹੈ, ਜੇ ਉਹੀ ਤੁਹਾਡਾ ਕਿੱਤਾ ਬਣ ਜੇ, ਨਹੀਂ ਕਿੱਤਾ ਬਣ ਜੇ ਔਰ ਤੁਸੀਂ ਅਸਮਾਨ ਤੱਕ ਜਾ ਸਕਦੇ ਹੋ, ਕਿਉਂ ਉਹੀ ਤਾਂ ਚੀਜ਼ ਪਸੰਦ ਸੀ। ਹਾਂ, ਦੂਜੇ ਦਾ ਵੀ ਸਮਝੌਤਾ ਕਰਿਆ ਜਾਂ ਘਰਦਿਆਂ ਨੇ ਸਮਝੌਤੇ ਨਾਲ, ਤਾਂ ਦੋ ਦਿਨ ਦਾ ਹੋਵੇ, ਦੋ ਸਾਲ 6 ਮਹੀਨੇ ਦਾ ਹੋਵੇ, ਸਮਝ ਆਉਂਦਾ? ਹਾਂ, ਸਾਰੀ ਜ਼ਿੰਦਗੀ ਦਾ ਨਹੀਂ ਹੁੰਦਾ। ਤੇ ਭਾਅ ਜੀ ਜਿਵੇਂ ਤੁਸੀਂ ਤਾਂ ਆਪ ਦਿੱਗਜ ਹੋ, ਤੁਸੀਂ ਸਾਰਿਆਂ ਨਾਲ ਤਕਰੀਬਨ ਕੰਮ ਕੀਤਾ, ਬਹੁਤ ਵੱਡੇ ਨਾਮ ਨੇ, ਚਾਹੇ ਡਾਇਰੈਕਟਰ ਨੇ ਚਾਹੇ ਐਕਟਰ ਨੇ, ਮੈਨੂੰ ਇੱਕ ਚੀਜ਼ ਲੱਗਦੀ ਹੈ ਤੁਹਾਡੀ ਸਫਲਤਾ ਪਿੱਛੇ, ਤੁਸੀਂ ਮੈਨੂੰ ਲੱਗਦਾ ਐਂ ਨਹੀਂ ਕਦੇ ਸੋਚਿਆ ਹੋਣਾ ਵੀ ਯਾਰ ਉਹਨੇ ਆਹ ਕਰ ਲਿਆ,
अपने अजकल प्रॉब्लम मैं सवाल भी तां लेके आया ओ ये पता की है हां जी असि अपनी जिंदगी नहीं जींदे हां जी जो असि मीडिया ते देखदे ना भी उन्हें आ कर लिया उन्हें आ कर लिया मैं भी ओ करूंगा जी असि अपनी जिंदगी जीना भूल गए हां जी असि दूसरे दी जिंदगी जी रहे देख ही उधर रहे हैं इसलिए भाई अपनी जिंदगी जियो हूं तो तुम दस कि अपने ड्रीम पूरे करो अपने सपन पूरे करो ता ही तुम टॉप से जा सकते जे उ काम थोड़ा प्रोफेसन है उही थोड़ी कहने असमान छू सकते तुम कद माइंड च नहीं लिया ना भी उन्हें आ फिल्मा कर लिया उन्होंने बड़ी मिल गई उन्होंने बड़े बंदे नाल मेरा काम मैं करता हाँ जी मैं ओरी तसली है मैं क्या तू की लेना हाँ जी जो तुसी करैक्टर करदे आ फिर तुसी तैयारी जां किवें बस हुण तां चलो लोड नहीं पैंदी रोल सुन के मैं फिर ओदे करैक्टर दे पिछे उहना वी इहदे च मैं बॉडी लैंग्वेज की रखनी है हां जी स्पीच पैटर्न की रखना हां जी या इहदे मतलब चाल ढाल किवें रखनी है या स्टाइल रखना है या कोई तकिया कलाम रख लेना एक तुसी कम दी गल बड़ी वो कही सी मैं दोबारा करन लग्गिया हो तुसी ये एक बारी कहा सी मैं कितने सुनिया सी तुसी कहा सी भी जे मन लो तो पहली गल तो कच्चा रहना नहीं चाहिए जे थोड़े तो 10% कदे एक्टिंग च कच्चा वज गया रह गया तां तुसी डबिंग च तो डबल मेहनत करके वो किदां सी पता की है ये कहानी होंदी भी तुसी कोई रोल कर रहे हो जी और रोल चाहे थोड़ा जा वो भी रह गया और उच करवाउण दी लोड़ नहीं तुसी डबिंग दे विच ना अपनी स्पीच एंड वॉइस दे नाल हां जी ओनू होर वधिया कर सकदे इंप्रूव कर सकदे सोने दे सुहागा हो सकदे इसलिए कहानी यह होंदी है कि वैसे भी डबिंग च ऑप्शन बहुत होंदी है हां जी ये उदों तुसी किसी होर मूड च बोलिया तो उन्हूं सॉफ्ट मूड च भी बोल सकते हो हां जी वो चीजां तुसी उहदे च इंप्रूव कर सकते हो हां डबिंग बहुत वड्डा आर्ट है ते असीं शुरू च की डबिंग तो शुरू कीता सी देख लो कि अज महाराज की कृपा जो चक्कर है असि सूबी राज दे थैंकफुल हां जिन्होंने सानू डबिंग तो कढ़ाया बस एक लास्ट क्वेश्चन है भाजी सारी तुसी विलन दे रोल कीते बड़े कमाल दे कीते हजे तक वो सारे लोगों याद आ बहुत सारे तो ज हरेक बंद जिमें थोड़ा तो जी करता होना कदे कदे यार मैं दूजी डेब्यू फिल्म दूसरिया भी करा हीरो एज ए हीरो तो नहीं कदे सोचा है जी मैं बॉम्बे गया सी ना हाँ जी ओदो मन च हुंदा सी यार शकल भी देखण नूं ठीक ठाक है क्योंकि तुसी सोने सुनखे पहलां तो ही सीगे हाँ बस हाँ, कुदरत है हाँ जी के सीगे पर सानू किसे ने लिया ही नहीं हीरो ओही बच रहे ना भी सोने सुनखे सीगा पर हुंदा यार सानू कहे बंदे ने देखिया हाँ जी वो कहंदे इहनूं ओह रोल सूट करूगा पता नहीं शकल नहीं असी की लगदे सीगे ना वैसे भी डायरेक्टर दे हाथ हुंदा कहिंदा यार इस रोल च वधिया रहणगे फिर असीं उही ग्रो कीते गए फिर हुण पंजाबी फिल्मां भी कीतियां हिंदी भी कर रहे हां इन्हां दे विच इमोशनल रोल भी कीते कॉमेडी भी कीते हिंदी फिल्मां च पंजाबी ते कुदरत दी कृपा के मैं वैरायटी ऑफ रोल मतलब कर सारे तरह दे कीते जदों तो पंजाबी फिल्मां दा सिस्टम जा वधिया हो गया हुण तां बहुत वधिया हो ही गया हुण तुसीं मैनूं लगदा हिंदी वल इधर ही बिजी इन्ना रहिंदे हो हां जी हिंदी दो फिल्मां रेडी फॉर रिलीज ने अच्छा जी इक ते केसी बुखाड़िया दी तीसरी बेगम ठीक है जी ओदे च विलन जी है ना हां जी ते इक फिल्म ओदे च कॉमेडी कीती है कंटिन्यूटी कंटिन्यूटी ठीक है जी ओ मैनूं पता मेरे दोस्त कंटिन्यूटी जिहड़ी है ओ ओटीटी प्लेटफार्म दी फिल्म है हां जी सोनी लिव ते जी 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 ते दूजे सिनेमे च लगेगी ठीक है कम तो मतलब आए हैं भी चाहे इत्थे कर लो चाहे उत्थे करो बिजी रही दा बस तुसी ये सोचदे हैं भी अपन नूं कम है बस हुण तां रूटीन ही बन गए थोड़े हां हां और की दूजा कम आउंदा ही नहीं पहले ही प्लान हुंदा भी इत्थे इन्नी तरीक नूं इत्थे जाना आ करना शूट चल रहा है कुदरत मेहरबान है रब दी कृपा है कि चली जा रहा है चल सो चल नहीं थोड़े तो बहुत कुछ सीखने को मिलता है मैं सारे नूं ये कहना चाहना भी तुसी ये जर्न ये थोनू पॉडकास्ट स्पैशल सुनना चाहिए एक आपां पंजाब तो उठ के कित्थे पहुँच के किन्ना कुछ करिया तो उदे पिछे कारण की ने ये जरूर सुनियो इन्होंने सारे ने अपनी स्टोरी सारी मैं यही दस्सिया सारे नूं कहना चाहना कि जिहड़े तुहाडे सपने ने उन्हां दे पिछे लगो और अपने सपने पूरे करो क्योंकि जदों धरती ते इंसान जमदा हाँ जी है ओदे नाल कोई टैग नहीं हुंदा हाँ जी धरती ते जाके तुसी आ काम करना हाँ कोई मकसद लेके पैदा नहीं हुंदा नहीं हुंदा जदों तुसी 10 12 14 साल दे हुंदे हो ओदों थोड़े इत्थे ड्रीम पैदा हुंदे ने थॉट्स पैदा मैं आ बनना जदों तुसी स्पोर्ट्स दी कोई देखदे हो क्रिकेट तुहानूं लगदा मैं क्रिकेट जावां
ਜੇ ਕੋਈ ਸਿੰਗਿੰਗ ਦੇ ਦਿਓ ਤਾਂ ਫਿਰ ਤੁਸੀਂ ਕਹਿੰਦੇ ਹੋ ਮੈਂ ਸਿੰਗਿੰਗ 'ਚ ਜਾਵਾਂ। ਸ਼ੁਰੂ ਸ਼ੁਰੂ 'ਚ ਤਿੰਨ ਚਾਰ ਚੀਜ਼ਾਂ ਤੁਹਾਨੂੰ ਅਟਰੈਕਟ ਕਰਦੀਆਂ, ਉਸ ਤੋਂ ਬਾਅਦ ਫਿਰ ਇੱਕ ਚੀਜ਼ 'ਤੇ ਫੋਕਸ ਹੋ ਜਾਂਦਾ, ਵਿਆਹ ਕਰਨਾ। ਅਤੇ ਉਹ ਜਿਹੜੇ ਡਰੀਮ ਨੇ ਤੁਸੀਂ ਪੂਰੇ ਕਰੋਗੇ, ਇਸੇ ਲਈ ਕਰ ਸਕਦੇ ਹੋ ਜੇ ਤੁਸੀਂ ਮਿਹਨਤ ਨਾਲ ਉਹਦੇ ਪਿੱਛੇ ਲੱਗੇ ਰਹੋ। ਇਹ ਮੇਰਾ ਦੇਖੋ ਤੁਹਾਡੇ ਸਾਹਮਣੇ ਤਜਰਬਾ ਕਿ ਮੈਂ ਹਟਿਆ ਨਹੀਂ ਲੱਗਿਆ ਰਿਹਾ, ਔਰ ਕੁਦਰਤ ਨੇ ਕਿਹਾ ਵੀ ਇਹਦਾ ਕੁਛ ਕਰ ਦਿਓ, ਇਹਨੇ ਵਾਪਸ ਤਾਂ ਜਾਣਾ ਨਹੀਂ। ਹਾਂ ਪਰ ਭਾਜੀ ਇੱਕ ਗੱਲ, ਜਦੋਂ ਤੁਸੀਂ ਕੀਤਾ ਉਦੋਂ ਰਿਸੋਰਸਿਸ ਬਹੁਤ ਘੱਟ ਸੀ, ਬਹੁਤ ਘੱਟ। ਹੁਣ ਤਾਂ ਬਹੁਤ ਕੁਛ ਆ ਗਿਆ, ਕੋਈ ਨਹੀਂ ਸੀਗਾ ਸਾਡਾ, ਸਾਨੂੰ ਤਾਂ ਜਾਣਦਾ ਹੀ ਕੋਈ ਨਹੀਂ ਸੀ, ਹੁਣ ਤਾਂ ਬਹੁਤ ਕੁਛ ਆ ਗਿਆ, ਜਾਣਦਾ ਹੀ ਜਾਂਦਾ ਹੀ ਮਰ ਗਿਆ। ਹੁਣ ਇਹ ਚੀਜ਼ਾਂ ਨੇ ਵੀ ਹੁਣ ਨਵੇਂ ਬੰਦਿਆਂ ਨੂੰ ਆਪਸ਼ਨ ਬਹੁਤ ਨੇ। ਹਾਂ ਵੀ ਹੁਣ ਤੁਸੀਂ ਬਸ ਮਿਹਨਤ ਕਰਨ ਵਾਲੇ ਬਣੋ, ਲੋਕਾਂ ਦੀਆਂ ਜ਼ਿੰਦਗੀਆਂ 'ਚ ਧਿਆਨ ਹਟਾ ਕੇ ਆਪਦੀ ਜ਼ਿੰਦਗੀ 'ਤੇ ਫੋਕਸ ਕਰੋ। ਅਤੇ ਬਾਕੀ ਚੋਰ ਦਿਲ 25 ਤਰੀਕ ਨੂੰ ਰਿਲੀਜ਼ ਹੋ ਰਹੀ ਹੈ, ਕਮਾਲ ਦੀ ਫਿਲਮ ਹੈ, ਤੇ ਤੁਸੀਂ ਜ਼ਰੂਰ ਦੇਖਿਓ। ਮੈਂ ਇਹਨਾਂ ਨੇ ਵੀ ਕਹੀ ਹੈ ਤੇ ਮੈਂ ਵੀ ਕਹਿ ਰਿਹਾ, ਹਾਂਜੀ, ਮੈਂ ਸਾਡੀ ਚੋਰ ਦਿਲ ਦੀ ਪੂਰੀ ਟੀਮ ਵੱਲੋਂ, ਹਾਂਜੀ, ਜੰਗਵੀਰ ਜੀ ਵੱਲੋਂ, ਜਗਦੀਪ ਜੀ ਵੱਲੋਂ, ਹਾਂਜੀ, ਤੇ ਇਹਨਾਂ ਦੇ ਪ੍ਰੋਡਿਊਸਰਸ ਵੱਲੋਂ, ਹਾਂਜੀ, ਔਰ ਹੀਰੋ ਵੱਲੋਂ, ਹੀਰੋਇਨ ਵੱਲੋਂ ਇੱਕੋ ਹੀ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਫਿਲਮਾਂ ਤੁਸੀਂ ਸਾਰੀਆਂ ਦੇਖਦੇ ਹੋ, ਸਾਰੀਆਂ ਫਿਲਮਾਂ ਅਲੱਗ ਅਲੱਗ ਜੋਨਰ ਦੀਆਂ ਆਉਂਦੀਆਂ ਨੇ, ਪਰ ਇਹ ਜਿਹੜੀ ਫਿਲਮ ਹੈ ਅਲੱਗ ਜੋਨਰ ਦੀ ਹੈ, ਅਤੇ ਇਹ ਇੱਕ ਥ੍ਰਿਲਰ ਫਿਲਮ ਹੈ, ਪੰਜਾਬੀ 'ਚ ਥ੍ਰਿਲਰ ਬਹੁਤ ਘੱਟ ਬਣਦੀਆਂ ਨੇ, ਅਤੇ ਇਹ ਤੁਹਾਨੂੰ ਚੇਂਜ ਮਿਲੇਗਾ ਜਦੋਂ ਤੁਸੀਂ ਫਿਲਮ ਦੇਖੋਗੇ, ਤੁਹਾਨੂੰ ਇੱਕਦਮ ਕਹਾਣੀ ਵੀ ਫਰੈਸ਼ ਲੱਗੇਗੀ ਔਰ ਡਾਇਰੈਕਸ਼ਨ ਵੀ ਫਰੈਸ਼ ਲੱਗੇਗੀ। ਇਹ ਫਿਲਮ ਅਸੀਂ ਇੰਗਲੈਂਡ 'ਚ ਸ਼ੂਟ ਕੀਤੀ ਹੈ ਔਰ ਬਹੁਤ ਵਧੀਆ ਲੋਕੇਸ਼ਨਸ ਨੇ, ਸਟੋਰੀ ਬਹੁਤ ਵਧੀਆ, ਔਰ ਜੰਗਵੀਰ ਜੀ ਡੇ ਦੇ ਡਾਇਰੈਕਟਰ ਨੇ ਕਿ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਮੈਂ ਜਿਵੇਂ ਕਿ ਦੱਸਿਆ, ਮੈਂ ਪਹਿਲਾਂ ਉਹਨਾਂ ਤੋਂ ਇੰਪ੍ਰੈਸ ਨਹੀਂ ਸੀ, ਹੁਣ ਮੈਂ ਉਹਨਾਂ ਦਾ ਸਭ ਤੋਂ ਵੱਡਾ ਫੈਨ ਹਾਂ, ਬਹੁਤ ਅੱਛੇ ਡਾਇਰੈਕਟਰ ਨੇ। ਅਤੇ ਤੁਸੀਂ ਇਹ ਫਿਲਮ ਜ਼ਰੂਰ ਦੇਖੋਗੇ ਔਰ ਇਹਨੂੰ ਹਿੱਟ ਕਰਵਾਓ, ਕਿਉਂਕਿ ਇਹ ਟੀਮ ਨਵੀਂ ਟੀਮ ਹੈ, ਇਹ ਇਹਨਾਂ ਦਾ ਹੌਸਲਾ ਬੁਲੰਦ ਹੋਏਗਾ ਤੇ ਹੋਰ ਵੀ ਅੱਛੇ, ਫਿਰ ਅਗਲਾ ਵੱਡੀ ਇਦੋਂ ਵੱਡੀ ਚੀਜ਼ ਬਣਾਉਣ ਦੀ ਉਹ ਕਰਨਗੇ, ਔਰ ਇਦੋਂ ਵਧੀਆ ਵਧੀਆ ਵੀ, ਹਾਂਜੀ, ਕਿਉਂਕਿ ਨਵੇਂ ਬੰਦੇ ਆ, ਕੋਈ ਵੀ ਨਵਾਂ ਬੰਦਾ ਕਿਸੇ ਪ੍ਰੋਫੈਸ਼ਨ 'ਚ ਆਉਂਦਾ ਉਹਨੂੰ ਸ਼ਾਬਾਸ਼ ਦਿਆ ਕਰੋ, ਹਾਂਜੀ, ਇਸ ਕਰਕੇ ਇਹੀ ਗੁਜ਼ਾਰਿਸ਼ ਹੈ ਕਿ 25 ਅਕਤੂਬਰ ਦੇ ਪੂਰੇ ਹਫ਼ਤੇ 'ਚ ਜਦੋਂ ਵੀ ਤੁਹਾਨੂੰ ਟਾਈਮ ਮਿਲੇ, ਹਾਂਜੀ, ਇਹ ਪਿਕਚਰ ਦੇਖ ਕੇ ਆਓ, ਤੁਹਾਨੂੰ ਨਿਰਾਸ਼ਾ ਨਹੀਂ ਹੋਏਗੀ, ਬਹੁਤ ਸਵਾਦ ਹੈ, ਸਾਡਾ ਵਾਅਦਾ, ਪ੍ਰੋਪਰ ਫੈਮਿਲੀ ਮੂਵੀ ਹੈ ਜੀ, ਹਾਂ, ਦੇਖਿਓ, ਆਨੰਦ ਮਾਣਿਓ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਮਿਲਦੇ ਹਾਂ ਕਾਫੀ ਵਿਦ ਕਾਂਗੜ ਦੇ ਨਵੇਂ ਐਪੀਸੋਡ 'ਚ, ਚੈਨਲ ਸਾਡਾ ਕਰੋ ਸਬਸਕ੍ਰਾਈਬ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਧੰਨਵਾਦ ਜੀ।